ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਵਾ। ਨਾਰਾਇਣ ਨਰਪਤ ਨਮਸ਼ਕਾਰੇ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਧਾਰੇ। ਕਵਨ 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 ਗੁਣ ਕਹੀਐ ਅੰਤ ਨਹੀਂ ਕਛੁ ਪਾਰੇ। ਲਾਖ 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 ਕਈ ਕੁਰੇ ਕੋਹੇ ਐਸੋ ਵਿਚਾਰ ਬਿਸਮ 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 ਹੀ ਪਈ। ਬਿਸਮ 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 ਹੀ ਪਈ ਹੈ। ਲਾਲ ਗੁਲਾਲ ਰੰਗਾਰੇ ਕਹੁ ਨਾਨਕ ਸੰਤਨ ਰਸ ਆਈ ਹੈ। ਜਿਉ ਚਾਖ ਗੁੰਗਾ ਮੁਸਕਾਰੇ। ਆਓ ਜੀ ਤੀਸਰੇ ਔਰ ਲਾਸਟ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਮੱਥਾ ਟਿਕਾਉਣ ਵਾਲੀਆਂ ਬੀਬੀਆਂ ਨੂੰ ਖਾਸ ਬੇਨਤੀ ਹੈ ਵੀ ਇਸ਼ਾਰੇ ਨਾਲ ਅੱਗੇ ਲਗਾਓ, ਆਪ ਨਾ ਬੋਲੋ। ਜਿਹੜੀਆਂ ਭੈਣਾਂ ਪਹਿਰੇ ਤੇ ਡਿਊਟੀ ਕਰਦੀਆਂ ਹੈ ਖੁਦ ਨਾ ਬੋਲਣ, ਇਸ਼ਾਰੇ ਨਾਲ ਅੱਗੇ ਲਗਾਓ। ਸੰਗਤ ਦਾ ਇਕੱਠ ਜ਼ਿਆਦਾ ਹੋਣ ਕਰਕੇ ਕੰਟਰੋਲ ਬਹੁਤ ਜ਼ਰੂਰੀ ਹੈ। ਮੁਸ਼ਕਲ ਤੇ ਹੁੰਦਾ ਹੈ ਪਰ ਹੋ ਸਕਦਾ ਹੈ ਜੇ ਸਾਰੇ ਟਕਾ ਰੱਖਣ। ਪੰਡਾਲ ਖੋਲ੍ਹ ਦਿੱਤਾ ਗਿਆ ਹੈ ਪਿਛਲੇ ਪਾਸੇ, ਜਿੱਥੇ ਜਗ੍ਹਾ ਮਿਲੇ ਬੈਠਣਾ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਰੱਬ ਨਾਲ ਜੋੜਦੇ ਆ। ਕਿਹਦੇ ਨਾਲ ਜੋੜਦੇ ਆ ਬਈ? ਤੇ ਰੱਬ ਕਿੱਥੇ ਆ? ਸਾਡੇ ਅਸੀਂ ਇੱਥੇ ਕਿਹਨੂੰ ਪਛਾਣਨ ਆਏ ਹਾਂ, ਰੱਬ ਨੂੰ ਕਿ ਆਪਣੇ ਆਪ ਨੂੰ? ਆਪਣੇ ਆਪ ਕਿਹਨੂੰ ਸਮਝਣਾ ਚਾਹੁੰਦੇ ਹਾਂ? ਆਪਣੇ ਆਪ ਅਸੀਂ ਆਪਣੇ ਆਪ ਨੂੰ ਜਾਣਨ ਆਏ ਹਾਂ, ਆਪਣੇ ਆਪ ਨੂੰ ਸਮਝਣ ਆਏ ਹਾਂ। ਅਸੀਂ ਕਰਨਾ ਹੈ ਸਾਰਾ ਕੁਝ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਪਰਮਾਤਮਾ ਤੇਰੇ ਵਿੱਚ ਵਸਿਆ। ਤੇ ਜਿਵੇਂ ਤੁਸੀਂ ਮੇਰੇ ਤੋਂ ਪਹਿਲਾਂ ਸੁਣਿਆ ਵੀ ਹੈ ਕਿ ਘੱਟ ਘੱਟ ਮੈਂ ਹਰ ਜੋ ਵਸੈ ਸੰਤਨ ਕਹਿਓ ਪੁਕਾਰ। ਹਰ ਪਾਸੇ ਇੱਕੋ ਦੀ ਜੋਤ ਹੈ। ਆਪਾਂ ਕੱਲ ਵੀ ਗੱਲ ਕਰਦੇ ਸੀ ਇਸ ਟੌਪਿਕ ਉੱਤੇ ਤੇ ਅੱਜ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਵੇਖੋ ਕੁਦਰਤ ਦੇ ਜਰੇ ਜਰੇ ਵਿੱਚ ਪਰਮਾਤਮਾ ਦੀ ਅੰਸ਼ ਹੈ, ਫੈਲਿਆ ਹੋਇਆ। ਕੁਦਰਤ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ ਹੈ। ਇਹਨੂੰ ਸਮਝ ਕੇ ਆਪਣੀ ਜ਼ਿੰਦਗੀ ਸੋਹਣੀ ਜਿਉਣੀ ਹੈ, ਇਹਦੇ ਨਾਲ ਹੀ ਸਾਡਾ ਵਾਹ ਪੈਣਾ ਜੋ ਸਾਹਮਣੇ, ਇਹਦੇ ਨਾਲ ਹੀ ਸਾਡਾ ਵਾਹ ਪੈਣਾ। ਇਹਨੂੰ ਜਾਣਨਾ, ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਇਸ ਕਰਕੇ 500 ਸਾਲ ਪਹਿਲਾਂ ਗੁਰੂ ਸਾਹਿਬ ਦੇ ਵੇਲੇ ਉਹਨਾਂ ਨੇ ਆਪਣੇ ਤਰੀਕਿਆਂ ਨਾਲ
ਸਮਝਿਆ ਸਮਝਾਇਆ ਪਰ ਇਹਦਾ ਅੰਤ ਹੈ ਨਾ ਜਿਹੜਾ ਪਾਇਆ ਨਹੀਂ ਜਾ ਸਕਦਾ ਬੇਅੰਤ ਹੈ ਸਾਇੰਟਿਸਟ ਵੀ ਇਹੀ ਕਹਿੰਦੇ ਆ ਵੀ ਜਿੰਨਾ ਖੋਜਦੇ ਆ ਉਹਨਾਂ ਹੋਰ ਮਿਲੀ ਜਾਂਦਾ ਗਿਣਤੀ ਕੋਈ ਨਹੀਂ ਕੋਈ ਕਿਸੇ ਗਿਣਤੀ ਮਿਣਤੀ ਵਿੱਚ ਕੁਦਰਤ ਨਹੀਂ ਆ ਸਕਦਾ ਤੇ ਰੱਬ ਕਿੱਥੇ ਹੈ ਕੁਦਰਤ ਦੇ ਵਿੱਚ ਉਹਨੂੰ ਕੁਦਰਤ ਕਹੋ ਉਹਨੂੰ ਕਾਦਰ ਕਹੋ ਲੱਗਦੇ ਦੋ ਹੈ ਪਰ ਹੈ ਇੱਕ ਹੈ ਮੈਂ ਕਿੰਨੀ ਵਾਰੀ ਇਹ ਗੱਲ ਕਰ ਚੁੱਕਿਆ ਕਹਿੰਦੇ ਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੁਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ ਬਾਣੀ ਚ ਤੇ ਲਿਖਿਆ ਵੀ ਇੱਕ ਰੱਬ ਹੈ ਇੱਕ ਉਹਦੀ ਕੁਦਰਤ ਹੈ ਪਰ ਨਹੀਂ ਭਾਈ ਬਾਣੀ ਪੋਇਟਰੀ ਹੈ ਕਾਵ ਭਾਸ਼ਾ ਹੈ ਤੇ ਜਦੋਂ ਕਾਵ ਭਾਸ਼ਾ ਵਿੱਚ ਗੱਲ ਹੁੰਦੀ ਹੈ ਫਿਰ ਇਦਾਂ ਹੀ ਕਿਹਾ ਜਾਂਦਾ ਤੂੰ ਬਹੁਤ ਸੋਹਣਾ ਹੈ ਤੇਰਾ ਨੱਕ ਬਹੁਤ ਸੋਹਣਾ ਹੈ ਇਹ ਦੋ ਹੈ ਕਿ ਇੱਕ ਹੈ ਬੰਦਾ ਤੇ ਬੰਦੇ ਦਾ ਨੱਕ ਦੋ ਹੈ ਇੱਕ ਹੀ ਹੈ ਤੇਰੀਆਂ ਅੱਖਾਂ ਸੋਹਣੀਆਂ ਹੁਣ ਤਿੰਨ ਹੋ ਗਏ ਤੇਰੀ ਆਵਾਜ਼ ਸੋਹਣੀ ਹੈ ਚਾਰ ਹੋ ਗਏ ਜੇ ਗੀਤ ਬਣਾਉਣਾ ਹੁੰਦਾ ਹੈ ਤੇ ਐ ਨਹੀਂ ਲੱਗਦਾ ਵੀ ਕਈ ਕਈਆਂ ਦੀ ਸਿਫਤ ਹੋ ਰਹੀ ਹੈ ਦਰਖਤ ਤੇ ਪੱਤੇ ਅੱਡ ਅੱਡ ਥੋੜੋ ਹੈ ਕੱਲਾ ਦਰਖਤ ਕਹਿ ਲਓ ਤਾਂ ਵੀ ਉਹੀ ਗੱਲ ਹੈ ਦਰਖਤ ਦੇ ਪੱਤੇ ਦਰਖਤ ਦੇ ਫਲ ਦਰਖਤ ਦੇ ਫੁੱਲ ਤੇ ਕਈ ਕੁਛ ਬਣ ਗਿਆ ਇਦਾਂ ਹੀ ਕਾਵ ਭਾਸ਼ਾ ਵਿੱਚ ਜਦੋਂ ਕਿਹਾ ਨਾ ਤੂੰ ਬੜਾ ਸੋਹਣਾ ਹੈ ਤੇ ਕਿਤੇ ਕਿਤੇ ਕਿਹਾ ਤੂੰ ਤੇ ਤੇਰੀ ਕੁਦਰਤ ਬਹੁਤ ਸੋਹਣਾ ਇਹ ਦੋ ਨਹੀਂ ਬਣ ਜਾਂਦੇ ਹੈ ਇੱਕੋ ਹੀ ਹੈ ਇੱਕ ਓਅੰਕਾਰ ਇੱਕ ਦਾ ਫੈਲਾ ਇੱਕ ਦਾ ਪਸਾਰਾ ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਇੱਕ ਹੀ ਸਾਰੇ ਪਾਸੇ ਪਸਰਿਆ ਹੋਇਆ ਹੈ ਇੱਕ ਦਾ ਸਾਰੇ ਪਾਸੇ ਫੈਲਾ ਹੈ ਉਹਨੂੰ ਤੁਸੀਂ ਇੱਕ ਐਨਰਜੀ ਕਹਿ ਲਓ ਯੂਨੀਵਰਸਲ ਐਨਰਜੀ ਕਹਿ ਲਓ ਉਹਨੂੰ ਤੁਸੀਂ ਸ਼ਕਤੀ ਕਹਿ ਲਓ ਉਹਨੂੰ ਤੁਸੀਂ ਨੂਰ ਕਹਿ ਲਓ ਉਹਨੂੰ ਤੁਸੀਂ ਰੱਬ ਕਹਿ ਲਓ ਇੱਕੋ ਹੀ ਗੱਲ ਹੈ ਇਹਦੇ ਤੋਂ ਕੋਈ ਮੁਨਕਰ ਨਹੀਂ ਇਹਦੀਆਂ ਕੁਛ ਰਿਕੁਆਇਰਮੈਂਟਸ ਹਨ ਕੁਝ ਸ਼ਰਤਾਂ ਨੇ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਤੇ ਕੁਦਰਤ ਦਿਆਲ ਹੈ ਜੇ ਪੂਰੀਆਂ ਨਾ ਕੀਤੀਆਂ ਤੇ ਦਿਆਲ ਹੈ ਉਹਨੂੰ ਚਾਹੇ ਪੂਜੋ ਚਾਹੇ ਨਾ ਪੂਜੋ ਕੋਈ ਫਰਕ ਨਹੀਂ ਪੈਂਦਾ ਮੰਨੋ ਚਾਹੇ ਨਾ ਮੰਨੋ ਕੋਈ ਇਹ ਜਿਹੜਾ ਰੱਬ ਹੈ ਕਾਮਰੇਡ ਰੱਬ ਨੂੰ ਨਹੀਂ ਮੰਨਦੇ ਪਰ ਨਿਆਣੇ ਤੇ ਉਹਨਾਂ ਦੇ ਵੀ ਹੁੰਦੇ ਆ ਫਿਰ ਤੇ ਹੋਣੇ ਨਹੀਂ ਚਾਹੀਦੇ ਸਰੀਰ ਵੀ ਉਹਨਾਂ ਦੇ ਵੱਧਦੇ ਆ ਸਾਡੇ ਵਾਂਗੂ ਉਹਨਾਂ ਦੀਆਂ ਖੇਤਾਂ 'ਚ ਮੀਂਹ ਪੈਂਦਾ ਕਿ ਨਹੀਂ ਪੈਂਦਾ ਬੋਲੋ ਬੋਲੋ ਪੈਂਦਾ ਹੈ ਕਹਿ ਹੀ ਨਹੀਂ ਸਕਦੇ ਇੱਕ ਰੱਬ ਉਹ ਹੈ ਜਿਹੜਾ ਪੁਜਾਰੀ ਦਾ ਬਣਾਇਆ ਹੋਇਆ ਕਾਢ ਕੱਢੀ ਦਿਮਾਗ ਦੀ ਕਾਢ ਹੈ ਵੀ ਇੱਕ ਰੱਬ ਵੱਖਰਾ ਹੈ ਇੱਕ ਰੱਬ ਜਿਹੜੀ ਕੁਦਰਤ ਦੇ ਵਿੱਚ ਜਿਹੜੀ ਉਹ ਐਨਰਜੀ ਨੂੰ ਕਹਿ ਲਓ ਠੀਕ ਹੈ ਇੱਕ ਜਿਹੜਾ ਕਿਤੇ ਵੱਖਰਾ ਬੈਠਾ ਉਹ ਕੀ ਆਪਣਿਆਂ ਤੇ ਕਿਰਪਾ ਕਰਦਾ ਲੈ ਬੰਦਾ ਆਪਣੇ ਵਰਗਾ ਸਮਝਦਾ ਰੱਬ ਨੂੰ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ ਰੱਬ ਤੇਰੇ ਵਰਗਾ ਅੰਨਾ ਹੈ ਜਿਹੜਾ ਉਹਦੇ ਗੁਣ ਗਾਉਂਦਾ ਹੈ ਉਹਦੇ ਤੇ ਕਿਰਪਾ ਕਰਦਾ ਜਿਹੜਾ ਨਹੀਂ ਗਾਉਂਦਾ ਉਹਦਾ ਨੁਕਸਾਨ ਕਰਦਾ ਹੈ ਫਿਰ ਤੇ ਨਿਰਵੈਰ ਕਿੱਦਾਂ ਹੋਇਆ ਬਈ ਉਹਦੇ ਵੈਰ ਰੱਖਦਾ ਹੈ ਆਪਣਿਆਂ ਤੇ ਕਿਰਪਾ ਕਰਦਾ ਦੂਜਿਆਂ ਤੇ ਕਿਰਪਾ ਨਹੀਂ ਕਰਦਾ ਉਹ ਨਿਰਵੈਰ ਕਿਵੇਂ ਹੋਇਆ ਤਾਂ ਕਰਕੇ ਅਸੀਂ ਜੇ ਇਹਨਾਂ ਗੱਲਾਂ ਨੂੰ ਸਮਝੀਏ ਤੇ ਦਿਮਾਗ ਚੱਲ ਜਾਏ ਪਿਆਰਿਓ ਇੱਕ ਦਾ ਫੈਲਾ ਤੇ ਇੱਕ ਦਾ ਸਮੁੱਚਾ ਗਿਆਨ ਉਹ ਗੁਰੂ ਜਿਹਨੂੰ ਕਹਿੰਦੇ ਹੈ ਨਾਨਕ ਮਨਮੁਖ ਅੰਧ ਪਿਆਰ ਲੋਕਾਂ ਮਨਮੁਖਾਂ ਦਾ ਹਨੇਰੇ ਨਾਲ ਪਿਆਰ ਹੈ ਪਰ ਬਾਜ ਗੁਰੂ ਡੂਬਾ ਸੰਸਾਰ ਸਾਰਾ ਸੰਸਾਰ ਹੀ ਕਹਿੰਦੇ ਗੁਰੂ ਬਿਨਾਂ ਡੁੱਬ ਰਿਹਾ ਉਹ ਗੁਰੂ ਕੀ ਹੈ ਗਿਆਨ ਉਹ ਗਿਆਨ ਗੁਰੂ ਕੁਦਰਤ ਦਾ ਸਮੁੱਚਾ ਗਿਆਨ ਸਾਰਾ ਗਿਆਨ ਉਹ ਸਮੁੱਚਾ ਜਿਹੜਾ ਵੱਡਾ ਗਿਆਨ ਹੈ ਉਹਦੇ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਜੋੜਦੇ ਹੈ ਗੁਰਬਾਣੀ ਸਾਨੂੰ ਉਸ ਗਿਆਨ ਨਾਲ ਜੋੜਦੀ ਹੈ ਜਿਹੜਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਵੇ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਗੁਰਬਾਣੀ ਸਾਨੂੰ ਰੱਬ ਨਾਲ ਜੋੜਦੀ ਹੈ ਰੱਬ ਨਾਲ ਕੁਦਰਤ ਨਾਲ
ਉਹਦਾ ਗਿਆਨ ਹੈ ਜਿਹੜਾ ਉਹਦੇ ਨਾਲ। ਇਸ ਕਰਕੇ ਉਹ ਸਦਾ ਰਹਿਣਾ ਹੈ, ਨਵੇਂ ਤੋਂ ਨਵਾਂ ਰਹਿਣਾ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਕੁਦਰਤ ਵੀ ਵਧੀ ਜਾ ਰਹੀ ਹੈ, ਫੈਲ ਰਹੀ ਹੈ, ਹੋਰ ਵੱਧ ਰਹੀ ਹੈ, ਤੇ ਉਹਦਾ ਗਿਆਨ ਵੀ ਦਿਨ ਪਰ ਦਿਨ ਵੱਧ ਰਿਹਾ। ਕੋਈ ਇਹਦਾ ਨਾ ਅੰਤ ਆਇਆ ਤੇ ਨਾ ਅੰਤ ਆਉਣਾ ਹੈ। ਇਸ ਕਰਕੇ ਜ਼ਿੰਦਗੀ ਵਿੱਚ ਗਿਆਨ ਦਾ ਦੀਵਾ ਬਾਲਣਾ ਪੈਣਾ। ਸਮਝ ਆਵੇ, ਚਾਨਣ ਹੋਵੇ, ਜਿਹੜੀਆਂ ਠੋਕਰਾਂ ਖਾਂਦੇ ਆ, ਜਿਹੜੇ ਦੁਹੀ ਦੁਹੀ ਰਹਿੰਦੇ ਆ, ਕੈਮ ਕੈਮ ਰਹਿਣ ਲੱਗ ਜਾਈਏ, ਚੜ੍ਹਦੀ ਕਲਾ ਵਿੱਚ ਰਹਿਣ ਲੱਗ ਜਾਈਏ। ਸੋ ਆਓ ਸਾਰੇ ਯਤਨ ਕਰਦੇ ਆ, ਸਾਰੇ ਥੋੜਾ ਚਿਰ ਸ਼ਬਦ ਪੜੋ, 10-15 ਮਿੰਟ ਮੱਥਾ ਟੇਕ ਲੈਣ ਜਿੰਨੇ ਟੇਕ ਸਕਦੇ ਐ। ਅੱਜ ਤੇ ਸਾਰੀ ਸੰਗਤ ਤਕਰੀਬਨ ਇਹ ਕਹਿ ਲਓ ਵੀ 75% ਆ ਹੀ ਗਏ ਐ ਮੱਥਾ ਟੇਕ ਲਿਆ। ਜਿਹੜੇ ਜਿਹੜੇ ਰਹਿੰਦੇ ਆ, ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਬੈਠੀ ਜਾਇਓ। ਪਰਸ ਮੋਬਾਈਲ ਗਹਿਣੇ ਆਪਣੇ ਸੰਭਾਲ ਕੇ ਰੱਖਿਓ, ਧਿਆਨ ਰੱਖਿਓ ਭਾਈ, ਬੱਚਿਆਂ ਦਾ ਵੀ ਖਿਆਲ ਰੱਖਿਓ। ਟਿਕਾ ਬਣਾ ਕੇ ਆਪਾਂ ਥੋੜਾ ਚਿਰ ਬੈਠੀਏ, ਆਓ ਰਲ ਕੇ ਸਮਝਣ ਦੀ ਕੋਸ਼ਿਸ਼ ਕਰੀਏ। ਭਗਤ ਰਵਿਦਾਸ ਜੀ ਦਾ ਬਚਨ ਸਮਝਦੇ ਆ। ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ। ਪੜੋ ਨਾਮ ਤੇਰੇ ਨਾਮ ਤੇਰੇ ਕੀ ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ। ਗੱਜ ਕੇ ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ। ਪਇਓ ਉਜਿਆਰ ਪਵਨ ਸਗਲਾਰੇ, 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 ਪਵਨ ਸਗਲਾਰੇ। ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ।
तेरे की जोत लगा नाम तेरे की जोत लगा नाम तेरे की जोत लगा नाम तेरे की जोत लगाई नाम तेरो आरती भजन मुरारे 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 हर के नाम बिन झूठे सगल बसार हर के नाम बिन झूठे सगल पसार हर के नाम बिन झूठे सगल पसार नाम बिन झूठे सगल पसार हर के नाम बिन झूठे सगल पसार हर के नाम बिन झूठे सगल पसार नाम तेरे की जोत लगाए 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 नाम तेरे की संगो नाम भाई नाम दा मतलब है जी ज्ञान ज्ञान लेके तेरे गुण मेरी जिंदगी जाए है तेरे गुणा नू जिंदगी च धारण करना यही मेरी जोत है लोग जोतां लाउंदे फिरदे है पर साडे लई तेरा ज्ञान ही सब कुछ है तेरा ज्ञान लैना समझ लैनी एहो ही आरतियां है एहो ही नहाउणा है साडा सारा कुछ की है रब दा ज्ञान लैना कुदरत दा ज्ञान लैना समझ लैनी जिंदगी जीउण लई समझ सब तो जरूरी है नाम दा अर्थ ज्ञान ज्ञान चो फिर पैदा होणगे गुण ज्ञान लैके गुण आउणे समझ लैके गुण आउणे साडे लई सारा कुछ गुरु दा ज्ञान लो सुनो भगत जी की कहिंदे नाम तेरो आसनो नाम तेरो उरसा नाम तेरा केसरो ले छिटकार नाम तेरा अंबुला नाम तेरो चंदनो नाम तेरा अंबुला नाम तेरो चंदनो कस जपे नाम ने तुझे कौचारे नाम तेरा दीवा नाम तेरो बाती नाम
ਰੋਤੇ ਰੋਤੇ ਮਾਹੇ ਪਸਾਰੇ ਨਾਮ ਤੇਰੇ ਦੀ ਜੋਤ ਲਗਾਈ ਭਇਓ ਜਿਆਰੋ ਪਵਨ ਸਗਲਾਰੇ ਨਾਮ ਤੇਰੋ ਪਗਾ ਨਾਮ ਫੂਲ ਮਾਲਾ ਪਾਰੀ ਅਠਾਰਾਂ ਸਗਲ ਜੂਠਾਰੇ ਲਗਾ
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖੀਏ ਜਾਚਾਂ 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 ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਪ੍ਰਬੰਧਕਾਂ ਨੂੰ ਬੇਨਤੀ ਹੈ ਪਹਿਰੇਦਾਰਾਂ ਨੂੰ ਜਿਹੜੀ ਸੰਗਤ ਖੜੀ ਹੈ ਇੱਥੇ ਹੀ ਮੱਥਾ ਟਿਕਾ ਕੇ ਪਾ ਲਓ ਜਗ੍ਹਾ ਕੰਮ ਆ ਜਾਏਗੀ ਨਹੀਂ ਤੇ ਬਹੁਤ ਪਿੱਛੇ ਬਹਿਣਾ ਪਏਗਾ ਜਾ ਕੇ ਜਿੱਥੇ ਜਿੱਥੇ ਖੜੇ ਖੁੱਲੇ ਖੁੱਲੇ ਇੱਥੇ ਹੀ ਬਹਿ ਜਾਓ ਜਿੱਥੇ ਖੜੇ ਭੈਣਾਂ ਨੂੰ ਭੈਣਾਂ ਵਾਲੇ ਪਾਸੇ ਵੀਰਾਂ ਨੂੰ ਵੀਰਾਂ ਵਾਲੇ ਪਾਸੇ ਖੁੱਲੇ ਖੁੱਲੇ ਬੈਠੋ ਜ਼ਿਆਦਾ ਅੱਗੇ ਨਾ ਆਇਓ ਬਈ ਜਿੱਥੇ ਖੜੇ ਹੋ ਇੱਥੇ ਹੀ ਬੈਠੋ ਜਿੱਥੇ ਜਿੱਥੇ ਖੜੇ ਹੋ ਇੱਥੇ ਇੱਥੇ ਹੀ ਬੈਠੋ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖੀਏ ਜਾਚਾਂ 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 ਦੀ ਬਾਣੀ ਤੋਂ ਜੀਵਨ ਦੀਆਂ ਸਿੱਖੀਏ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖੀਏ ਜਾਚਾਂ 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 ਜੀਵਨ ਦੀਆਂ ਸਿੱਖੀਏ ਬੋਲੋ ਇੱਕ ਵਾਰ ਜੀਵਨ ਦੀਆਂ ਸਿੱਖੀਏ ਜਾਚਾਂ ਜੀਵਨ ਦੀਆਂ ਸਿੱਖੀਏ ਜਾਚਾਂ ਓ ਜੀਵਨ ਦੀਆਂ ਸਿੱਖੀਏ ਜਾਚਾਂ ਜੀਵਨ ਦੀਆਂ ਸਿੱਖੀਏ 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 ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖੀਏ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਸਿੱਖੀਏ ਜਾਚਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ 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 ਸਿੱਖੀਏ ਜਾਚਾਂ ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਖੜੇ ਹੈ ਜੀ ਸਾਰਿਆਂ ਨੂੰ ਬੇਨਤੀ ਹੈ
ਪਹਿਰੇਦਾਰ ਪਿੱਛੇ ਕਾਇਮ ਰਹਿਣ, ਆਉਣ ਵਾਲੀ ਸੰਗਤ ਨੂੰ ਪਿੱਛੇ ਹੀ ਬਿਠਾਈ ਜਾਇਓ, ਉੱਥੇ ਹੀ ਟਿਕਾ ਦਿਓ। ਜਿਹੜੇ ਖੜੇ ਹੋ ਵੀਰੋ ਭੈਣੋ, ਕਿਰਪਾ ਕਰਕੇ ਬੈਠ ਜਾਓ। ਕੋਸ਼ਿਸ਼ ਕਰੀਏ ਵੀ ਇਕਾਗਰ ਚਿੱਤ ਹੋ ਕੇ ਬੈਠਿਆ ਜਾਏ। ਐਡੇ ਵੱਡੇ ਇਕੱਠ ਵਿੱਚ ਕਈ ਵਾਰੀ ਸਾਊਂਡ ਸਿਸਟਮ ਵੀ ਓਨਾ ਕੰਮ ਨਹੀਂ ਕਰਦਾ, ਐਡੀ ਦੂਰ ਤੱਕ ਆਵਾਜ਼ ਨਹੀਂ ਪਹੁੰਚਦੀ, ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਜਿੰਨਾ ਕੁ ਹੋ ਸਕਦਾ ਹੈ। ਆਪਾਂ ਰਲ ਮਿਲ ਕੇ ਕੁਝ ਸਮਾਂ ਹਾਜ਼ਰੀ ਭਰੀਏ। ਭੈਣਾਂ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਜਿੱਥੇ ਖੜੇ ਹੋ ਕਿਰਪਾ ਕਰਕੇ ਬਹਿ ਜਾਓ, ਆਵਾਜ਼ ਨਾ ਕਿਸੇ ਪਾਸਿਓਂ ਕੋਈ ਆਵੇ, ਟਕਾ ਬਣਾ ਕੇ ਰੱਖੀ। ਅੱਜ ਤੀਸਰਾ ਔਰ ਲਾਸਟ ਦੀਵਾਨ ਹੈ। ਕਈ ਵੀਰ ਇੱਦਾਂ ਦੇ ਆ ਜਿਹਨਾਂ ਪਰਸੋਂ ਹਾਜ਼ਰੀ ਭਰੀ, ਕਈ ਕੱਲ੍ਹ ਆਏ ਔਰ ਕਈ ਅੱਜ ਪਹਿਲੇ ਦਿਨ ਆਏ ਹੋਣਗੇ। ਬਸ ਜਿਸ ਬੰਦੇ ਨੇ ਬਦਲਣਾ ਹੈ, ਜਿਹਨੇ ਚੇਂਜ ਹੋਣਾ ਹੈ, ਉਹਦੇ ਲਈ ਥੋੜ੍ਹਾ ਜਿਹਾ ਵੀ ਬਹੁਤ ਹੁੰਦਾ ਹੈ। ਕਈ ਸਾਰੀ ਜ਼ਿੰਦਗੀ ਸੁਣਦੇ ਰਹਿੰਦੇ ਆ ਪਰ ਅਸਰ ਨਹੀਂ ਕਬੂਲਦੇ। ਹਰ ਬੰਦੇ ਨੂੰ ਗਿਆਨ ਨਹੀਂ ਵਿਖਾਉਣਾ, ਗਿਆਨ ਵਿੱਚੋਂ ਪੈਦਾ ਹੋਏ ਗੁਣ ਵਿਖਾਉਣੇ ਆ। ਮੈਂ ਤੁਹਾਨੂੰ ਚੇਤਾ ਹੋਣਾ, ਪਰਸੋਂ ਦੇ ਦੀਵਾਨ ਚਰਚ ਕੀਤੀ ਸੀ, ਕਿਸੇ ਨੇ ਸਾਨੂੰ ਸਿਖਾ ਦਿੱਤਾ ਆ ਮਾਤਾ ਪਿਤਾ ਦੀ ਸੇਵਾ ਕਰੋ, ਮਾਤਾ ਪਿਤਾ ਦੀ ਸੇਵਾ ਕਰੋ। ਆਪਾਂ ਲੋਕਾਂ ਨੂੰ ਜੋ ਸੁਣਿਆ ਸੁਣਾ ਰਹੇ ਹਾਂ, ਇਹ ਕੀ ਹੈ? ਗਿਆਨ ਸੁਣਿਆ ਤੇ ਗਿਆਨ ਅੱਗੇ ਸੁਣਾ ਰਹੇ ਹਾਂ। ਇੱਕ ਕੀ ਹੈ? ਮਾਤਾ ਪਿਤਾ ਦੀ ਸੇਵਾ ਕਰਦੇ ਹਾਂ, ਉਹ ਗੁਣ ਹੈ। ਗਿਆਨ ਤੋਂ ਪੈਦਾ ਹੋਣਗੇ ਗੁਣ, ਤੇ ਜੇ ਜ਼ਿੰਦਗੀ ਵਿੱਚ ਗੁਣ ਨਾ ਆਏ ਤੇ ਫਿਰ ਗਿਆਨ ਦਾ ਤੇ ਫੋਕਾ ਹੰਕਾਰ ਹੀ ਹੁੰਦਾ ਹੈ। ਗਿਆਨ ਲਿਆ ਉਹ ਗਿਆਨ ਦਾ ਨਿਰਾ ਹੰਕਾਰ ਹੀ ਹੁੰਦਾ ਭਾਈ, ਲਾਭ ਨਹੀਂ ਹੁੰਦਾ, ਸਗੋਂ ਉਹਦਾ ਤੇ ਨੁਕਸਾਨ ਹੋ ਜਾਂਦਾ ਹੈ। ਬੰਦਾ ਪੜ੍ਹ ਲਿਖ ਕੇ ਕਮਲਾ ਜਿਹਾ ਹੋ ਜਾਂਦਾ ਹੈ, ਗੱਲਾਂ ਜ਼ਰੂਰ ਆ ਜਾਂਦੀਆਂ, ਦਲੀਲਾਂ ਜ਼ਰੂਰ ਆ ਜਾਂਦੀਆਂ, ਪਰ ਜਿੰਨਾ ਚਿਰ ਪ੍ਰੈਕਟੀਕਲਿਟੀ ਨਹੀਂ ਹੁੰਦੀ, ਵਿਹਾਰ ਨਹੀਂ ਬਦਲਦਾ, ਉਹਨਾਂ ਚਿਰ ਲਏ ਗਿਆਨ ਦਾ ਕੋਈ ਫਾਇਦਾ ਨਹੀਂ। ਸਾਡੇ ਵਿੱਚੋਂ ਉਹ ਗਿਆਨ ਦੇ ਜੋ ਅਸੀਂ ਸੁਣਦੇ ਹਾਂ ਉਹਦੇ ਦਰਸ਼ਨ ਹੋਣੇ ਚਾਹੀਦੇ ਹੈ। ਕੋਈ ਬੰਦਾ ਡਾਕਟਰੀ ਦੀ ਪੜ੍ਹਾਈ ਕਰਦਾ, ਵੀਰੋ ਇੱਧਰ ਸੁਣੋ, ਡਾਕਟਰ ਬਣ ਗਿਆ, ਡਾਕਟਰੀ ਦੀ ਪੜ੍ਹਾਈ ਕਰਦਾ ਤੇ ਲੋਕਾਂ ਨੂੰ ਕੀ ਵਿਖਾਉਂਦਾ ਡਾਕਟਰੀ ਦੀ ਪੜ੍ਹਾਈ? ਜਦੋਂ ਕੋਈ ਦੁਨੀਆਂ ਦਾ ਬੰਦਾ ਪੁੱਛਦਾ ਉਹਨੂੰ ਪੜ੍ਹਾਈ ਵਿਖਾਉਂਦਾ ਕਿ ਜੋ ਪੜ੍ਹ ਕੇ ਗੁਣ ਲਏ ਹੈ ਬੰਦਿਆਂ ਨੂੰ ਠੀਕ ਕਰਕੇ ਵਿਖਾਉਂਦਾ? ਭਲਾ ਠੀਕ ਕਰਕੇ ਵਿਖਾਉਂਦਾ? ਪੜ੍ਹਾਈ ਥੋੜਾ ਵਿਖਾਉਂਦਾ ਰਹਿੰਦਾ ਉਹ। ਜਦੋਂ ਡਾਕਟਰ ਬਣ ਗਿਆ, ਪੜ੍ਹ ਲਿਆ ਤੇ ਪੜ੍ਹਨ ਤੋਂ ਬਾਅਦ ਫਿਰ ਉਹ ਜਿਹੜੇ ਉਹਦੇ ਚ ਗੁਣ ਆਏ ਹੈ, ਜਿਹੜੀ ਉਹਦੇ ਵਿੱਚ ਕੁਆਲਿਟੀ ਆਈ ਹੈ, ਉਹ ਲੋਕਾਂ ਨੂੰ ਠੀਕ ਕਰਕੇ ਆਪਣਾ ਗੁਣ ਵਿਖਾਉਂਦਾ। ਵਕੀਲ ਹੈ ਜਿਹੜਾ ਲੋਕਾਂ ਨੂੰ ਆਪਣੀਆਂ ਪੜ੍ਹਾਈ ਨਹੀਂ ਵਿਖਾਉਂਦਾ, ਉਹ ਕੇਸ ਲੜ ਕੇ ਵਿਖਾਉਂਦਾ। ਉਹਦੇ ਕਰਮਾਂ ਵਿੱਚੋਂ ਦਿਸਣਾ ਚਾਹੀਦਾ। ਜੋ ਗਿਆਨ ਅਸੀਂ ਲਿਆ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਲਾਗੂ ਹੋਣਾ ਚਾਹੀਦਾ, ਉਹ ਦਿਸਣਾ ਚਾਹੀਦਾ। ਤੇ ਗਿਆਨ ਸੁਣ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਇਹ ਦਲੇਰੀ ਦਾ ਕੰਮ ਹੈ, ਹਿੰਮਤ ਦਾ ਕੰਮ ਹੈ। ਹਰ ਬੰਦਾ ਸੁਣ ਲੈਂਦਾ ਹੈ ਪਰ ਲਾਗੂ ਕੌਣ ਕਰੇ? ਮੈਂ ਬਹੁਤ ਵਾਰ ਇਹ ਗੱਲ ਕੀਤੀ ਹੈ, ਜੇ ਤੁਹਾਡੇ ਪਿੰਡਾਂ ਦੇ ਵਿੱਚ ਵੇਖੋਗੇ, ਇਕੱਲੇ ਇਕੱਲੇ ਪਿੰਡ ਵਿੱਚ ਜਾਓ ਤੇ ਨੌਜਵਾਨ ਵੀਰੋ ਕਈ ਇਸ ਇਲਾਕੇ ਦੇ ਮੈਨੂੰ ਕਹਿੰਦੇ ਆ, ਸਾਡੇ ਇਲਾਕੇ 'ਚ ਦੀਵਾਨ ਰੱਖਿਆ ਕਰੋ, ਸਾਡੇ ਏਰੀਏ ਵਿੱਚ ਆਇਆ ਕਰੋ, ਪਿੰਡਾਂ ਵਿੱਚ ਚੱਲੋ, ਪ੍ਰੋਗਰਾਮ ਕਰੀਏ, ਨੇੜੇ ਨੇੜੇ ਕਰਦੇ ਹਾਂ, ਇੱਦਾਂ ਆਪਾਂ ਗੱਲ ਕਰਦੇ ਹਾਂ। ਪਰ ਤੁਸੀਂ ਨੋਟ ਕਰਕੇ ਵੇਖਿਓ ਵੀ ਤੁਸੀਂ ਜਦੋਂ ਮੈਨੂੰ ਸਟੇਜ 'ਤੇ ਬੁਲਾਓਗੇ, ਪੰਡਾਲ ਲਾਓਗੇ, ਟੈਂਟ ਲਾਓਗੇ, ਲੰਗਰ ਵੀ ਕਰੋਗੇ, ਐਡਾ ਵੱਡਾ ਪ੍ਰਬੰਧ ਕਰਨਾ, ਕਿੱਡਾ ਇੰਤਜ਼ਾਮ ਕਰਨਾ ਪਏਗਾ, ਖਰਚਾ ਤੇ ਜੇ ਇਕੱਠ ਜ਼ਿਆਦਾ ਹੋਏਗਾ ਤੇ ਖਰਚਾ ਵੀ ਕਰੋਗੇ, ਸਭ ਕੁਝ ਕਰਦੇ ਹੀ ਆ। ਪਰ ਤੁਸੀਂ ਜੇ ਆਪਣੇ ਪਿੰਡ 'ਚ ਜਾਓ ਤੇ ਪਿੰਡ ਵਿੱਚ ਜਾ ਕੇ ਇੱਕ ਲਿਸਟ ਬਣਾਓ, ਇਕੱਲੇ ਇਕੱਲੇ ਘਰ ਜਾਓ ਵੀ ਦੀਵਾਨਾਂ ਵਿੱਚ ਅਸੀਂ ਸੁਣਨਾ ਕੀ ਹੈ, ਚੰਗੀਆਂ ਚੰਗੀਆਂ ਗੱਲਾਂ, ਗੁਰਬਾਣੀ ਨੇ ਸਾਨੂੰ ਕੀ ਸਮਝਾਇਆ, ਅਸੀਂ ਚੰਗੇ ਗੁਣ ਸਾਡੇ ਪਿੰਡ 'ਚ ਆਉਣ ਤਾਂ ਹੀ ਦੀਵਾਨ ਲਵਾਉਣੇ ਆ ਨਾ ਪਿਆਰਿਓ। ਤੇ ਤੁਸੀਂ ਲਿਸਟ ਬਣਾਓ ਪਿੰਡਾਂ 'ਚ ਜਾ ਕੇ, ਤੁਸੀਂ ਨਾ ਇਕੱਲੇ ਇਕੱਲੇ ਘਰ ਜਾਇਓ, 5-7 ਨੌਜਵਾਨ ਇਕੱਠੇ ਹੋ ਜਾਓ ਤੇ ਇਕੱਲੇ ਇਕੱਲੇ ਘਰ ਜਾ ਕੇ ਪੁੱਛੋ, ਲਿਸਟ ਬਣਾਓ ਪੂਰੀ, ਪਹਿਲੇ ਨੰਬਰ ਤੇ ਇਦਾਂ ਸਾਰੇ ਜਿੰਨੇ ਚੰਗੀਆਂ ਚੰਗੀਆਂ ਗੱਲਾਂ, ਚੰਗੇ ਚੰਗੇ ਗੁਣ ਹੈ ਜਿਹੜੇ, ਪੁੱਛ ਲਓ। ਇਕੱਲੇ ਇਕੱਲੇ ਘਰ ਜਾਇਓ, ਪੁੱਛਿਓ
ਦਾਜ ਲੈਣਾ ਠੀਕ ਹੈ ਕਿ ਗਲਤ ਹੈ? ਕੱਲੇ ਕੱਲੇ ਘਰ ਜਾਇਓ, ਬੀਬੀਆਂ ਨੂੰ ਵੀ ਪੁੱਛਿਓ, ਬੰਦਿਆਂ ਨੂੰ ਵੀ ਪੁੱਛਿਓ, ਤੁਹਾਡੇ ਪਿੰਡ ਵਿੱਚ 2000 ਬੰਦਾ ਰਹਿੰਦਾ ਹੈ, ਬੱਚਿਆਂ ਨੂੰ ਛੱਡ ਕੇ 2000 ਬਜ਼ੁਰਗ ਨੂੰ, ਸਾਰਿਆਂ ਨੌਜਵਾਨਾਂ ਨੂੰ ਪੁੱਛਿਓ ਤੇ ਤੁਹਾਨੂੰ ਜਵਾਬ ਕੀ ਮਿਲੇਗਾ? ਤੁਸੀਂ ਸਾਰਿਆਂ ਨੇ ਹੁਣ ਇਹੋ ਹੀ ਦੇਣਾ ਜਵਾਬ। ਲੋ ਦੱਸੋ, ਦਾਜ ਲੈਣਾ ਦੇਣਾ ਠੀਕ ਹੈ ਕਿ ਗਲਤ ਹੈ? ਬੋਲਣਾ ਹੈ ਬਈ। ਅੱਛਾ, ਪੇਟ ਵਿੱਚ ਧੀਆਂ ਨੂੰ ਮਾਰਨਾ ਠੀਕ ਹੈ ਕਿ ਗਲਤ ਹੈ? ਗਲਤ ਹੈ। ਇਹੀ ਲਿਖਾਉਣਗੇ ਸਾਰੇ ਕਿ ਠੀਕ ਲਿਖਾਉਣਗੇ, ਗਲਤ ਹੀ ਲਿਖਾਉਣਗੇ? ਹੁਣ ਬੋਲੋ, ਸ਼ਰਾਬ ਪੀਣੀ ਠੀਕ ਹੈ ਕਿ ਗਲਤ ਹੈ? ਗਲਤ ਹੈ। ਨਸ਼ੇ ਕਰਨੇ ਠੀਕ ਹੈ ਕਿ ਗਲਤ ਹੈ? ਅੱਛਾ, ਉਸ ਤੋਂ ਬਾਅਦ ਫਿਰ ਪਰਾਇਆ ਸੰਗ ਕਰਨਾ ਆਪਣੀ ਘਰਵਾਲੀ ਦੇ ਹੁੰਦਿਆਂ ਬਾਹਰ ਕਿਤੇ ਸੰਬੰਧ, ਨਜਾਇਜ਼ ਸੰਬੰਧ ਠੀਕ ਹੈ ਕਿ ਗਲਤ ਹੈ? ਗਲਤ ਹੈ ਨਾ, ਇਹੀ ਜਵਾਬ ਦੇਣਗੇ। ਲੱਚਰਵਾਦ ਠੀਕ ਹੈ ਕਿ ਗਲਤ ਹੈ? ਬੋਲੋ, ਨਗੇਜਵਾਦ ਠੀਕ ਹੈ ਕਿ ਗਲਤ ਹੈ? ਦੋ ਨੰਬਰ ਦੇ ਕੰਮ, ਦੋ ਨੰਬਰ ਦੇ ਧੰਦੇ ਠੀਕ ਹੈ ਕਿ ਗਲਤ ਹੈ? ਰਿਸ਼ਵਤਾਂ ਠੀਕ ਹੈ ਕਿ ਗਲਤ ਹੈ? ਬੇਈਮਾਨੀ ਠੀਕ ਹੈ ਕਿ ਗਲਤ ਹੈ? ਸਾਰੇ ਇਹੀ ਕਹਿਣਗੇ। ਤੁਸੀਂ ਲਿਸਟ ਜਦੋਂ ਸਾਰੀ ਚੈੱਕ ਕਰੋਗੇ, ਇੱਧਰ ਧਿਆਨ ਦਿਓ, ਘਰੇ ਆ ਕੇ ਨੋਟ ਕਰਿਓ, ਤੁਹਾਨੂੰ ਐਂ ਲੱਗਣਾ ਹੈ ਵੀ ਸਾਰੇ ਬ੍ਰਹਮ ਗਿਆਨੀ ਤੇ ਰਹਿੰਦੀ ਮੇਰੇ ਪਿੰਡ 'ਚ ਨੇ, ਸਾਰਿਆਂ ਨੂੰ ਪਤਾ ਹੈ, ਆਖੋ ਸਤਨਾਮ, ਤੇ ਮੇਰੇ ਤੋਂ ਕੀ ਸੁਣੇਗਾ? ਇਹ ਦੱਸ, ਮੇਰੇ ਤੋਂ ਕੀ ਸੁਣਾ ਸੁਣਾਉਣਾ ਤਾਂ ਇਹਨਾਂ ਨੂੰ, ਤੇਰਾ ਸਾਰਾ ਪਿੰਡ ਤੇ ਜਾਣਦਾ ਜਿਹੜਾ ਮੈਂ ਦੱਸਣਾ, ਕੱਲੇ ਕੱਲੇ ਨੂੰ ਤੇ ਪਤਾ, ਮੇਰੇ ਤੋਂ ਕੀ ਪੁੱਛਦਾ ਜਿਹੜਾ ਐਡੀ ਗੋਲੀ ਖਾ ਕੇ ਬੈਠਾ ਹੁੰਦਾ ਕਾਲੀ ਦੀ, ਉਹ ਵੀ ਕਹਿੰਦਾ ਨਸ਼ਾ ਬਹੁਤ ਗਲਤ ਹੈ, ਕਹਿੰਦਾ ਕਿ ਨਹੀਂ ਕਹਿੰਦਾ? ਜਿਹਦੀ ਕਾਟੋ ਫੁੱਲਾਂ ਤੇ ਹੁੰਦੀ ਹੋਈ ਉਦੋਂ ਹੈ ਸਵੇਰੇ, ਕਿਉਂ ਬਈ? ਉਹ ਵੀ ਕੀ ਕਹਿੰਦਾ ਵੀ ਨਸ਼ਾ ਗਲਤ ਹੈ, ਲੈ ਲਓ ਸਵਾਦ, ਮੇਰੇ ਤੋਂ ਕੀ ਸਿਖਾਉਣਾ ਤੁਸੀਂ ਇਹਨਾਂ ਨੂੰ? ਆ ਜਿਹੜੀ ਬੀਬੀ ਕਹਿੰਦੀ ਚੈੱਕ ਕਰਾ ਲਓ ਐਤਕੀ ਤੀਜਾ, ਵੀ ਤੀਜਾ ਬੱਚਾ ਹੋਣਾ ਹੈ, ਐਤਕੀ ਚੈੱਕ ਕਰਾਉਣਾ, ਜੇ ਹੋਈ ਧੀ ਤੇ ਅਸੀਂ ਨਹੀਂ, ਸਾਨੂੰ ਦੋ ਬਥੇਰੇ ਹੈ। ਉਹ ਸੱਸ ਨੇ ਪਤਾ ਕੀ ਕਹਿਣਾ, ਲਿਖ ਪੁੱਤ ਧੀਆਂ ਨੂੰ ਪੇਟ ਵਿੱਚ ਮਾਰਨਾ ਬਹੁਤ ਗਲਤ ਹੈ, ਉਹ ਵੀ ਇਹ ਲਿਖਾਓ, ਪਤਾ ਤੇ ਸਾਰਿਆਂ ਨੂੰ ਹੀ ਹੈ। ਮੇਰੇ ਤੋਂ ਕਿਹੜੀ, ਤੁਸੀਂ ਅੱਜ ਕਿਹੜੀ ਚੀਜ਼ ਸੁਣੋਗੇ ਜਿਹੜੀ ਤੁਹਾਨੂੰ ਨਹੀਂ ਪਤਾ? ਦੱਸੋ ਮੈਨੂੰ ਬਈ, ਪਿਆਰਿਓ ਟਿਕਾ ਬਣਾ ਲਓ, ਵੀਰੋ ਪਹਿਰੇਦਾਰੋ ਆਵਾਜ਼ ਨਾ ਹੁਣ ਆਵੇ, ਬਿਲਕੁਲ ਸ਼ਾਂਤ ਰਹੋ ਸਾਰੇ ਜਿਹੜੇ ਪਹਿਰੇਦਾਰ ਵੀਰੋ, ਹੁਣ ਤੁਸੀਂ ਰਾਹ ਨਾ ਬਣਵਾਉਣ ਲੱਗ ਜਾਓ, ਖੜੇ ਰਹੋ ਬਸ, ਨਿਗਾਹ ਰੱਖੋ ਪਿੱਛੇ ਆਉਣ ਵਾਲਿਆਂ, ਜਦੋਂ ਪੰਜ ਪਿਆਰੇ ਆਏ ਮੈਂ ਆਪੇ ਰਾਹ ਬਣਾ ਦੂੰ ਸਟੇਜ ਤੇ ਬੈਠੇ, ਤੁਸੀਂ ਨਿਗਾਹ ਰੱਖੋ ਬਾਹਰ, ਬਾਕੀ ਸਾਰੇ ਪਹਿਰੇਦਾਰ ਬਹਿ ਜਾਓ, ਤੁਸੀਂ ਬਹਿ ਜਾਓ ਵੀਰੋ, ਥੱਲੇ ਬਹਿ ਜਾਓ, ਬਸ ਖੜੇ ਨਾ ਹੋਵੋ, ਬਹਿ ਜਾਓ। ਹੁਣ ਇੱਧਰ ਸੁਣਿਓ ਵੀਰੋ, ਧਿਆਨ ਦਿਓ ਵੀ ਮੇਰੇ ਤੋਂ ਕੀ ਸੁਣਨਾ ਚਾਹੁੰਦੇ ਹੋ ਜਿਹਦਾ ਤੁਹਾਨੂੰ ਨਹੀਂ ਪਤਾ? ਇਹ ਇੰਟਰਟੇਨਮੈਂਟ ਨਹੀਂ ਲੱਗਦਾ ਸਾਨੂੰ ਵੀ ਬਸ ਜਿਵੇਂ ਇੱਕ ਟਾਈਮ ਜਿਹਾ ਪਾਸ ਕਰਨਾ ਹੁੰਦਾ, ਬੱਲੇ ਬੱਲੇ ਲਾ 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 ਲਾ, ਚਲੋ ਚਲੋ ਗੱਡੀਆਂ ਜਾਂਦੀਆਂ, ਟਰਾਲੀਆਂ ਚੱਲੀਆਂ, ਬਹਿ ਜਾਓ ਓਏ, ਐਂ ਜੇ ਨਹੀਂ ਲੱਗਦਾ? ਮੈਨੂੰ ਤੇ ਐਂ ਲੱਗਦਾ। ਕਿਹੜੀ ਗੱਲ ਹੈ ਜਿਹਦਾ ਸਾਨੂੰ, ਅੱਜ ਕੌਣ ਕਹਿ ਸਕਦਾ ਮੈਨੂੰ ਪਤਾ ਨਹੀਂ? ਮੈਨੂੰ ਇਸ ਗੱਲ ਦਾ ਤੇ ਪਤਾ ਹੀ ਨਹੀਂ, ਸਭ ਪਤਾ ਪਰ ਮੇਰੇ ਮੰਨਣ ਵਿੱਚ ਕਮੀ ਹੈ, ਘਾਟ ਮੇਰੇ ਵਿੱਚ। ਮੈਨੂੰ ਸਾਰਾ ਪਤਾ, ਮੈਂ ਜਾਣਦਾ ਸਾਰਾ ਕੁਝ ਹਾਂ, ਮਨ ਜਾਣਤ ਸਭ ਬਾਤ, ਪੜੋ, ਜਾਣਦਾ ਹੈ ਜੀ ਮਨ, ਭੁਲੇਖਾ ਕੋਈ ਨਹੀਂ, ਪਰ ਕਰੀ ਕਰੀਏ ਕੀ, ਜਾਣ ਜਾਣ ਕੇ ਕਰਦੇ ਹਾਂ ਗਲਤੀਆਂ, ਭੁੱਲਾਂ ਜਾਣ ਜਾਣ ਕੇ ਕਰਦੇ ਹਾਂ, ਸਭ ਪਤਾ ਹੈ। ਹਰ ਬੰਦੇ ਨੂੰ ਆਪਣੇ ਫਰਜ਼ਾਂ ਦਾ, ਆਪਣੀ ਡਿਊਟੀ ਦਾ ਪਤਾ ਹੈ। ਕਿਹੜੇ ਸਰਪੰਚ ਨੂੰ ਨਹੀਂ ਪਤਾ ਗਰਾਂਟਾਂ ਖਾਣੀਆਂ ਗਲਤ ਨੇ? ਉਹਨੂੰ ਪਤਾ ਨਹੀਂ ਪੈਸਾ ਕਾਹਦੇ ਲਈ ਆਇਆ, ਮੇਰੇ ਖਾਤੇ 'ਚ ਜਮ੍ਹਾਂ ਕਰਾਉਣ ਲਈ ਆਇਆ ਕਿ ਪਿੰਡ 'ਤੇ ਲਾਉਣ ਲਈ ਆਇਆ? ਬੋਲੋ, ਸਰਪੰਚ ਨੂੰ ਪਤਾ ਨਹੀਂ? ਸ਼ਰਾਬ ਦੀ ਬੋਤਲ ਵਾਲਿਆਂ ਨੇ ਤੇ ਆਪ ਲਿਖ ਕੇ ਲਾ ਰੱਖਿਆ ਵੀ ਸ਼ਰਾਬ ਸਿਹਤ ਲਈ, ਲਿਖਿਆ ਹੁੰਦਾ ਨਾ ਬੋਤਲ ਦੇ ਉੱਤੇ। ਜਰਦੇ ਦੀਆਂ ਪੁੜੀਆਂ 'ਤੇ ਕੀ ਲਿਖਿਆ ਹੁੰਦਾ? ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ, ਤੰਬਾਕੂ ਤੋਂ ਖੂਹ ਹੈ, ਹੱਥ 'ਚ ਦੀਵਾ ਹੈ, ਅਗਲੇ ਨੇ ਲਿਖ ਕੇ ਲਾਇਆ, ਗਿਆਨ ਵੀ ਦਿੱਤਾ, ਪੁੜੀ ਦੇ ਉੱਤੇ ਹੀ ਲਿਖਿਆ ਪਿਆ, ਪਰ ਫਿਰ ਵੀ ਖਾਂਦਾ। ਚਾਨਣ ਤੇ ਹੈ, ਬੋਤਲ ਦੇ ਉੱਤੇ ਲਿਖਿਆ ਪਿਆ, ਅਗਲਿਆਂ ਨੇ ਗਿਆਨ ਲਿਖ ਕੇ ਵੀ, ਆਹ ਗਿਆਨ ਦੀ ਗੱਲ ਹੈ ਵੀ ਇਹਦੇ ਨਾਲ ਸਿਹਤ ਖਰਾਬ ਹੁੰਦੀ ਹੈ, ਲਿਖ ਦਿਓ ਲਿਖ ਦਿਓ, ਪਰ ਅਗਲਾ ਅੱਖਾਂ ਬੰਦ ਕਰਕੇ ਲੰਘ ਜਾਂਦਾ, ਛੱਡ ਯਾਰ ਇਹ, ਪੜ੍ਹੇ ਪਰੇ ਕਰੋ।
ਇਹਨੂੰ ਕਹਿੰਦੇ ਆ ਜਾਣਦਾ ਸਾਰਾ ਕੁਝ ਹੈ, ਹੱਥ 'ਚ ਦੀਵਾ ਹੈ ਫਿਰ ਵੀ ਖੂਹ 'ਚ ਡਿੱਗਦਾ, ਚਾਨਣ ਤੇ ਹੈ ਪਰ ਡਿੱਗਦਾ। ਤੇ ਵੇਖੋ ਵੀਰੋ, ਬਾਹਰ ਦੀਵਾ ਬਥੇਰਾ, ਚਾਨਣ ਬਥੇਰਾ ਹੈ, ਅੰਦਰ ਹਨੇਰਾ ਯਾਰ। ਬਾਹਰ ਸੂਰਜ ਚੜਿਆ ਪਿਆ, ਚਾਨਣ ਹੀ ਚਾਨਣ ਹੈ ਜੀ ਸਾਨੂੰ ਅੱਜ ਬਾਹਰ, ਪਰ ਮੇਰੇ ਕਮਰੇ 'ਚ ਹਨੇਰਾ, ਮੈਂ ਗੇਟ ਬੰਦ ਕੀਤੇ ਪਏ ਐ, ਮੈਂ ਚਾਨਣ ਆਉਣ ਦੇਣਾ ਚਾਹੁੰਦਾ ਨਹੀਂ। ਜੇ ਦਰਵਾਜ਼ਾ ਖੋਲ੍ਹਾਂ ਤੇ ਚਾਨਣ ਮੇਰੀ ਜ਼ਿੰਦਗੀ ਜਾ ਸਕਦਾ। ਮੈਂ ਬੰਦ ਕਰਤੇ ਗੇਟ, ਕਰੀ ਚੱਲੋ ਸਿਆਣੀਆਂ ਗੱਲਾਂ, ਮੈਂ ਸੱਗੇ ਬੀਨ ਵਜਾਈ ਚੱਲੋ, ਕਈ ਜੋ ਜਿੰਨੀਆਂ ਵਧੀਆ ਵਧੀਆ ਗੱਲਾਂ ਕਹਿਣੀਆਂ, ਪਰ ਮੈਂ ਨਹੀਂ ਮੰਨਣਾ ਚਾਹੁੰਦਾ, ਮੈਂ ਨਹੀਂ ਬਦਲਣਾ ਚਾਹੁੰਦਾ, ਕਰ ਲੈ ਜੋ ਮਰਜ਼ੀ। ਅਸੀਂ ਕਦੇ ਆਪਣੇ ਬਾਪ ਦੀ ਨਹੀਂ ਮੰਨੀ, ਅਸੀਂ ਦੀ ਮਸੀਂ ਨਹੀਂ ਕਿਸੇ ਦੀ ਪਰਵਾਹ ਕਰਦੇ, ਅਸੀਂ ਉਹ ਲੋਕ ਹਾਂ। ਪਰ ਸਿਆਣੇ ਬਣ ਸਕਦੇ ਹਾਂ ਜੇ ਸਿਆਣੇ ਬਣਨਾ ਚਾਹਾਂਗੇ, ਬਦਲ ਸਕਦੇ ਹਾਂ ਜੇ ਬਦਲਣਾ ਚਾਹਾਂਗੇ। ਜ਼ਿੰਦਗੀ 'ਚ ਗਿਆਨ ਦਾ ਦੀਵਾ ਬਦਲ ਬਲ ਸਕਦਾ ਜੇ ਮੈਂ ਜ਼ਿੰਦਗੀ ਵਿੱਚ ਗਿਆਨ ਦਾ ਦੀਵਾ ਬਾਲਣਾ ਚਾਹਾਂਗਾ। ਪਰ ਜੇ ਮੈਂ ਇਹੋ ਜਿਹਾ ਬਣਿਆ ਰਿਹਾ, ਮਨ ਜਾਣ ਤਾਂ ਸਭ ਬਾਤ, ਫਿਰ ਮੇਰਾ ਨਿਕੰਮੇ ਦਾ ਕੁਛ ਨਹੀਂ ਬਣ ਸਕਦਾ। ਫਿਰ ਮੇਰਾ ਫਿਰ ਪਿਆਰਿਓ ਮੈਂ ਪਿਰਥੀ ਚੰਦ ਹੋਵਾਂ, ਵੇਖਿਓ ਮੈਂ ਪਿਰਥੀ ਚੰਦ ਹੋਵਾਂ, ਫਿਰ ਭਾਵੇਂ ਗੁਰੂ ਰਾਮਦਾਸ ਜੀ ਦੇ ਘਰ ਜੰਮ ਪਵਾਂ ਤਾਂ ਕੋਈ ਫਰਕ ਨਹੀਂ ਪੈਂਦਾ। ਪੈ ਗਿਆ ਸੀ ਫਰਕ, ਪਿਰਥੀ ਚੰਦ ਦੇ ਗੁਰੂ ਰਾਮਦਾਸ ਜੀ ਦੇ ਘਰੇ ਜੰਮਣ ਨਾਲ ਫਰਕ ਪੈ ਗਿਆ ਸੀ, ਬਦਲ ਗਿਆ ਸੀ ਉਹ। ਬੀਬੀ ਭਾਨੀ ਦੀ ਕੁੱਖੋਂ ਹੀ ਗੁਰੂ ਅਰਜਨ ਦੇਵ ਜੰਮਦੇ ਆ, ਬੀਬੀ ਭਾਨੀ ਦੀ ਕੁੱਖੋਂ ਹੀ ਪਿਰਥੀ ਚੰਦ ਜੰਮਦਾ। ਕਈ ਵਾਰੀ ਅਗਲਾ ਕਹਿੰਦਾ ਮਾਹੌਲ ਵਧੀਆ ਹੋਵੇ ਜੀ ਫਿਰ ਬੰਦਾ ਬਣ ਜਾਂਦਾ ਹੈ, ਮਾਹੌਲ ਵਧੀਆ ਰੱਖੋ ਘਰ ਦਾ। ਪਰ ਗੁਰੂ ਅਰਜਨ ਦੇਵ ਤੇ ਪਿਰਥੀ ਚੰਦ ਤੇ ਇੱਕੇ ਮਾਹੌਲ 'ਚ ਪਲੇ ਆ, ਮਾਹੌਲ ਘਰ ਦਾ ਇੱਕੇ ਜਿਹਾ ਹੀ ਸੀ ਦੋਨਾਂ ਦਾ। ਗੁਰੂ ਹਰਕ੍ਰਿਸ਼ਨ ਤੇ ਰਾਮ ਰਾਏ, ਗੁਰੂ ਹਰ ਰਾਏ ਸਾਹਿਬ ਦਾ ਦੂਜਾ ਵੱਡਾ ਪੁੱਤ ਰਾਮ ਰਾਏ, ਉਹ ਸਰਕਾਰ ਦੀ ਚਾਪਲੂਸੀ ਲੱਗ ਗਿਆ ਕਰਨ, ਪੈਰਾਂ 'ਚ ਬਹਿ ਗਿਆ ਜਾ ਕੇ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਬਣ ਗਏ, ਉਹ 8 ਸਾਲ ਦੀ ਉਮਰ। ਰਾਮ ਰਾਏ ਡਰ ਗਿਆ, ਹਰਕ੍ਰਿਸ਼ਨ ਜੀ ਨਹੀਂ ਡਰੇ। ਇੱਕ ਮਾਂ ਦੇ ਕੁੱਖੋਂ ਜੰਮੇ ਐ, ਇੱਕ ਘਰ 'ਚ ਜੰਮੇ ਐ, ਇੱਕੇ ਮਾਹੌਲ 'ਚ ਰਹਿੰਦੇ ਐ, ਪਰ ਇੱਕ ਦੀਵਾ ਬਾਲਣਾ ਚਾਹੁੰਦਾ ਹੈ, ਇੱਕ ਦੀਵਾ ਬਾਲਣਾ ਨਹੀਂ ਚਾਹੁੰਦਾ। ਮੈਂ ਨਹੀਂ ਤੇਰੇ ਤੋਂ ਲਾਹਾ ਲੈਣਾ, ਤੂੰ ਜਿੱਡਾ ਦੁਨੀਆ ਕੇ ਬਾਬਾ ਨਾਨਕਾ, ਦੁਨੀਆ ਤੈਨੂੰ ਜਿੰਨਾ ਮਰਜ਼ੀ ਪੂਜੇ, ਮੈਂ ਸ਼੍ਰੀ ਚੰਦਾ, ਮੈਂ ਸਿਰ ਧੂਣਾ ਲਾਉਂ, ਮੈਂ ਸਿਰ 'ਚ ਸਵਾਹ ਪਾਉਂ, ਮੈਂ ਜਟਾਂ ਵਧਾਉਂ, ਮੈਂ ਨੰਗਾ ਰਹੂੰ, ਤੂੰ ਕਰ ਲੈ ਜੋ ਕਰਦਾ, ਮੈਂ ਤੇਰਾ ਪੋਤਾ, ਪਰ ਮੈਂ ਨਹੀਂ ਮੰਨਦਾ। ਹੁਣ ਉਹਦਾ ਕੀ ਕਰੂੰਗੇ, ਨਹੀਂ ਮੰਨਣਾ, ਮੈਂ ਮਰਜ਼ੀ ਕਰੂੰਗਾ ਆਪਣੀ। ਬਦਲ ਸਕਦੇ ਹੋ ਜੇ ਬਦਲੋਗੇ, ਤੇ ਜੇ ਮੈਂ ਇਦਾਂ ਦਾ, ਮੈਨੂੰ ਫਿਰ ਨਹੀਂ ਕੋਈ ਬਦਲ ਸਕਦਾ। ਤੇ ਮੈਂ ਕੱਲ ਵੀ ਕਿਹਾ ਸੀ, ਤੁਸੀਂ ਕਿਸੇ ਨੂੰ ਨਹੀਂ ਬਦਲ ਸਕਦੇ, ਆਪਣੇ ਆਪ ਵੀਰੋ ਤੁਹਾਨੂੰ ਇੱਕੋ ਹੀ ਬੰਦਾ ਬਦਲ ਸਕਦਾ। ਸਾਰੇ ਵੀਰ ਸੁਣੋ, ਸਾਰੀਆਂ ਭੈਣਾਂ ਸੁਣੋ, ਤੁਹਾਨੂੰ ਇੱਕੋ ਹੀ ਬੰਦਾ ਬਦਲ ਸਕਦਾ, ਇੱਕੋ ਹੀ। ਉਹਦਾ ਨਾਂ ਦੱਸੋ ਕੌਣ ਹੈ, ਬੋਲੋ ਕੌਣ ਬਦਲ ਸਕਦਾ? ਤੈਨੂੰ ਤੂੰ ਆਪ ਹੀ ਬਦਲ ਸਕਦਾ, ਹੋਰ ਕੋਈ ਨਹੀਂ ਬਦਲ ਸਕਦਾ। ਤੈਨੂੰ ਤੂੰ ਆਪ ਬਦਲ ਸਕਦਾ, ਦੁਨੀਆ 'ਚ ਕੋਈ ਨਹੀਂ ਜੰਮਿਆ ਜਿਹੜਾ ਤੈਨੂੰ ਬਦਲ ਦੇ, ਕੋਈ ਨਹੀਂ ਜੰਮਿਆ, ਕੋਈ ਨਹੀਂ ਬਦਲ ਸਕਦਾ। ਸਾਰੀ ਜ਼ਿੰਮੇਵਾਰੀ ਤੇਰੀ ਹੈ। ਜਿੰਨਾ ਮਰਜ਼ੀ ਬਾਹਰ ਚਾਨਣ ਹੋਵੇ, ਤੈਨੂੰ ਗੇਟ ਖੋਲ੍ਹਣਾ ਪੈਣਾ, ਤਾਂ ਘਰੇ ਵੜੂ ਤੇਰੇ ਚਾਨਣ। ਆਹ ਗੇਟ ਤੈਂ ਬੰਦ ਕਰਿਆ ਤਾਂ ਬੰਦ ਹੈ ਸਾਰਾ। ਜੇ ਤੂੰ ਨਹੀਂ ਬਦਲਿਆ ਤਾਂ ਤੂੰ ਆਪਣੀ ਮਰਜ਼ੀ ਕਰਕੇ ਨਹੀਂ ਬਦਲਿਆ। ਕੋਈ ਨਹੀਂ ਜੀ ਕਿਸੇ ਨੂੰ ਬਦਲ ਸਕਦਾ। ਮੈਂ ਸਟੇਜ ਤੇ ਬੈਠਾ, ਮੇਰੇ ਘਰ ਦਾ ਮਾਹੌਲ ਧਾਰਮਿਕ ਸੀ, ਸਾਡੇ ਨਾਮ ਜਪਦੇ ਸੀ ਸਾਰੇ, ਪਾਠ ਕਰਦੇ ਸੀ ਸਾਰੇ, ਗੁਰਦੁਆਰੇ ਜਾਂਦੇ ਸੀ ਸਾਰੇ। ਨਹੀਂ, ਮੈਂ ਪਹਿਲਾਂ ਸਭ ਤੋਂ ਇੱਧਰ ਆਇਆ, ਮੇਰੇ ਮਾਂ ਪਿਓ ਤੇ ਕਿਤੇ ਬਾਅਦ 'ਚ ਆਇਆ ਮੇਰੇ ਤੋਂ, ਉਹਨਾਂ ਨੇ ਬਹੁਤ ਲੇਟ ਅੰਮ੍ਰਿਤ ਛਕਿਆ। ਹਰ ਬੰਦਾ ਆਪਣੀ ਲਾਈਫ ਦਾ ਜ਼ਿੰਮੇਵਾਰ ਹੈ, ਬਣ ਮਾਹੌਲ ਐ ਐ ਲੋਕ ਐ। ਮੈਂ ਤੁਹਾਨੂੰ ਕੱਲ ਵੀ ਕਿਹਾ ਸੀ, ਏਜੰਸੀਆਂ ਐ ਕਰਦੀਆਂ, ਆਰ ਐਸ ਐਸ ਐ ਕਰਦੀ, ਯਾਰ ਆਰ ਐਸ ਐਸ ਤੈਨੂੰ ਸ਼ਾਮ ਨੂੰ ਕਹਿੰਦੀ ਚੱਲ ਠੇਕੇ ਤੇ, ਤੈਨੂੰ ਆਰ ਐਸ ਐਸ ਗੋਲੀ ਵੱਟ ਕੇ ਦੇ ਕੇ ਜਾਂਦੀ ਹੈ ਵੀ ਖਾ।
ਜਿੱਥੇ ਵੋਟ ਪਾਉਣਾ ਹੈ ਉਹਦੇ ਏਜੰਸੀਆਂ ਪਵਾ ਕੇ ਜਾਂਦੀਆਂ ਤੇਰੀ ਵੋਟ ਜ਼ਮੀਰਾਂ ਤੇ ਆਪ ਵੇਚ ਦੇਣਾ 2000 ਰੁਪਈਆ ਲੈ ਕੇ 200 ਰੁਪਈਆ ਲੈ ਕੇ ਵਿਕ ਜਾਂਦਾ ਹੈ ਬੋਤਲ ਪਿੱਛੇ ਵਿਕ ਜਾਂਦਾ ਹੈ ਤੇ ਕਹੀ ਜਾਂਦਾ ਯਾਰ ਲੋਕਾਂ ਨੇ ਗੰਦ ਪਾਤਾ ਨਹੀਂ ਅਸੀਂ ਆਪ ਗੰਦ ਪਾਇਆ ਇਹ ਸਾਰੇ ਕਾਸੇ ਦੇ ਜ਼ਿੰਮੇਵਾਰ ਕੌਣ ਹੈ ਜੀ ਅਸੀਂ ਆਪ ਤੇ ਠੀਕ ਕੌਣ ਕਰੂ ਅਸੀਂ ਆਪ ਕੁਛ ਨਹੀਂ ਵਿਗੜਿਆ ਕਹਿੰਦੇ ਡੁੱਲੇ ਬੇਰਾਂ ਦਾ ਅੱਜ ਬਦਲ ਜੋ ਅੱਜ ਚੇਂਜ ਕਰ ਲਓ ਆਪਣੇ ਆਪ ਨੂੰ ਆਜ ਮਲਾਵਾ ਸੇਖ ਫਰੀਦ ਮੇਲਾ ਮਿਲ ਰੱਬ ਨੂੰ ਰੱਬ ਕਿੱਥੇ ਹੈ ਮੈਂ ਫਿਰ ਪੁੱਛਦਾ ਜੀ ਮੈਂ ਇਸ ਗੱਲ ਦਾ ਖੇੜਾ ਨਹੀਂ ਛੱਡਦਾ ਵੀ ਪਰਮਾਤਮਾ ਤੇਰੇ ਵਿੱਚ ਸੀ ਇਹਨਾਂ ਨੇ ਰੱਬ ਵੱਖਰਾ ਬਣਾ ਦਿੱਤਾ ਬੰਦੇ ਤੋਂ ਵੱਖ ਹੈ ਉਹ ਗੱਲਾਂ ਸੁਣ ਲੈਂਦਾ ਆਪਣਿਆਂ ਤੇ ਕਿਰਪਾ ਕਰ ਦਿੰਦਾ ਨਹੀਂ ਇੱਥੇ ਬੜੇ ਦੇਸ਼ ਇਦਾਂ ਦੇ ਆ ਜਿੱਥੇ ਰੱਬ ਨੂੰ ਮੰਨਿਆ ਨਹੀਂ ਜਾਂਦਾ ਬਰਸਾਤਾਂ ਉੱਥੇ ਵੀ ਹੋ ਰਹੀਆਂ ਬੱਚੇ ਉੱਥੇ ਵੀ ਪਲ ਰਹੇ ਆ ਸਾਡੇ ਨਾਲੋਂ ਕਿਤੇ ਵੱਧ ਤਰੱਕੀ ਕਰ ਰਹੇ ਆ ਸਾਡੇ ਨਾਲੋਂ ਵੱਧ ਇਮਾਨਦਾਰੀ ਹੈ ਇੱਥੇ ਫੋਨ ਰੱਖ ਕੇ ਚਲੇ ਜਾਓ ਚਾਰ ਦਿਨਾਂ ਬਾਅਦ ਚੱਕ ਲਿਓ ਉੱਥੇ ਹੀ ਪਿਆ ਹੁੰਦਾ ਹੈ ਚਾਰ ਦਿਨਾਂ ਬਾਅਦ ਵੀ ਫੋਨ ਉੱਥੇ ਹੀ ਪਿਆ ਹੋਏਗਾ ਅੱਧੀ ਰਾਤ ਨੂੰ ਕੋਈ ਕੱਲੀ ਧੀ ਸੈਰ ਕਰਦੀ ਹੋਵੇ ਕੋਈ ਉਹਦੇ ਵੱਲ ਅੱਖ ਪੱਟ ਕੇ ਵੀ ਨਹੀਂ ਵੇਖੇਗਾ ਸਾਡੇ ਵਰਗਿਆਂ ਦੇ ਸੰਗ ਸੁੱਕ ਜਾਂਦੇ ਆ ਜੋੜੇ ਸਾਂਭ ਕੇ ਰੱਖਿਓ ਜੀ ਮੋਬਾਈਲ ਸਾਂਭ ਕੇ ਰੱਖਿਓ ਜੀ ਆਏ ਕਿੱਥੇ ਆ ਧਾਰਮਿਕ ਸਮਾਗਮ ਵਿੱਚ ਆਏ ਕਿੱਥੇ ਆ ਜੀ ਧਾਰਮਿਕ ਸਮਾਗਮ ਵਿੱਚ ਤੇ ਧਰਮ ਦਿਸਦਾ ਨਹੀਂ ਨਾ ਉਹ ਪ੍ਰੈਕਟੀਕਲਿਟੀ ਦੇਖਦੀ ਨਹੀਂ ਸਾਨੂੰ ਪਤਾ ਸਾਡੇ ਬੰਦਿਆਂ ਦਾ ਚੰਗਾ ਜਿਹਾ ਜੁੱਤਾ ਵੇਖ ਕੇ ਆਪਣੇ ਵਾਲਾ ਛੱਡ ਜਾਂਦੇ ਆ ਮੁੜ ਕੇ ਕਹਿਣਗੇ ਜੇ ਪਤਾ ਲੱਗ ਜੇ ਕਹਿਣਗੇ ਭੁੱਲ ਕੇ ਪਾ ਲਈ ਸੀ ਵੀ ਉਹ ਤੇ ਆਪ ਹੀ ਬੋਲ ਪੈਂਦੀ ਵੀ ਮੈਂ ਤੇਰੀ ਨਹੀਂ ਜੁੱਤਾ ਦੱਸ ਦਿੰਦਾ ਕਿ ਨਹੀਂ ਦੱਸ ਦਿੰਦਾ ਉਹ ਫਿੱਟ ਹੀ ਨਹੀਂ ਆਉਂਦਾ ਤੇਰੇ ਮੇਚੇ ਵਾਲਾ ਵੀ ਬੋਲ ਪੈਂਦਾ ਵੀ ਮੈਂ ਥੋੜ੍ਹਾ ਆ ਤੇਰਾ ਬੇਈਮਾਨੀਆਂ ਸਿਰੇ ਦੀਆਂ ਕਰਦਿਆਂ ਠੱਗੀਆਂ ਮੈਂ ਕਹਿੰਦਾ ਨਹੀਂ ਸਿਫਤ ਹੋਣੀ ਗਲਤ ਗੱਲਾਂ ਕੀਤੀਆਂ ਸਾਡੇ ਬੰਦਿਆਂ ਨੇ ਸਾਡੀਆਂ ਗਲਤੀਆਂ ਮੇਰੀਆਂ ਨਾ ਲੈ ਗਈਆਂ ਮੈਨੂੰ ਦੱਸਣੀਆਂ ਪੈਣਗੀਆਂ ਤਾਂ ਸਮਾਜ ਬਦਲੇਗਾ ਹਮੇਸ਼ਾ ਇੱਥੇ ਗੱਲਾਂ ਕੀਤੀਆਂ ਵਡਿਆਈ ਦੀਆਂ ਓਏ ਕੌਮੇ ਤੁਸੀਂ ਐ ਹੋ ਤੁਸੀਂ ਐ ਹੋ ਤੁਸੀਂ ਐ ਹੋ ਕਰਦੇ ਆ ਸਿਫਤ ਗੁਰੂ ਗੋਬਿੰਦ ਸਿੰਘ ਦੀ ਪਰ ਅਸੀਂ ਨਾ ਲੈਕ ਉਹ ਹੋਣਗੇ ਭਾਈ ਤਾਰੂ ਸਿੰਘ ਲੈਕ ਹੋਣਗੇ ਭਾਈ ਮਨੀ ਸਿੰਘ ਲੈਕ ਹੋਣਗੇ ਸਾਹਿਬਜ਼ਾਦੇ ਲੈਕ ਹੋਣਗੇ ਪਰ ਯਾਰ ਅਸੀਂ ਨਾ ਲੈਕ ਅਸੀਂ ਆਪਣੇ ਆਪ ਨੂੰ ਇਹ ਨਾ ਕਹੀਏ ਵੀ ਅਸੀਂ ਮਹਾਨ ਆ ਉਹ ਮਹਾਨ ਹੈ ਅਸੀਂ ਤੇ ਬੇਈਮਾਨ ਆ ਬਹੁਤ ਵੱਡਾ ਨੁਕਸਾਨ ਉਹ ਪਿਓ ਕਰ ਰਿਹਾ ਆਪਣੇ ਬੱਚਿਆਂ ਦਾ ਜਦੋਂ ਗਲਤ ਸਿਫਤਾਂ ਕਰਦਾ ਨਿਆਣਿਆਂ ਦੀਆਂ ਗਲਤੀਆਂ ਤੇ ਪਰਦੇ ਪਾਏ ਆ ਸਾਡੇ ਬੰਦਿਆਂ ਨੇ ਅਗਲਾ ਕਹਿੰਦਾ ਯਾਰ ਉਹ ਸਿੰਘੋ ਸ਼ੇਰੋ ਬਹਾਦਰੋ ਕਰ ਦਿਓ ਇਹੋ ਜਿਹੀਆਂ ਗੱਲਾਂ ਮੇਰੇ ਵਰਗਿਆਂ ਨੇ ਸਟੇਜਾਂ ਤੇ ਕੀਤੀਆਂ ਅਗਲਾ ਜੇਬਾਂ ਖਾਲੀ ਕਰ ਦਿੰਦਾ ਅਗਲਾ ਕਹਿੰਦਾ ਦਿਓ ਇਹਨੂੰ 10 ਰੁਪਈਏ ਕੱਢੋ 100 ਰੁਪਈਆ ਕੱਢੋ 1000 ਰੁਪਈਆ ਇਹੋ ਜਿਹੇ ਬੰਦੇ ਸਾਡੀਆਂ ਸਿਫਤਾਂ ਕਰਦੇ ਨਹੀਂ ਜਿਹੜੀ ਗੱਲ ਸੱਚ ਹੈ ਉਹ ਦੱਸੀਏ ਸਾਡੀਆਂ ਕਮੀਆਂ ਉਹ ਕਮੀ ਮੇਰੀ ਕਮੀ ਹੈ ਉਹ ਘਾਟ ਮੇਰੀ ਘਾਟ ਹੈ ਸਾਨੂੰ ਪਤਾ ਹੈ ਸਾਡੇ ਆਲੇ ਦੁਆਲੇ ਦਾ ਸਾਨੂੰ ਸਾਡੇ ਢਾਂਚੇ ਦਾ ਸਾਡੇ ਸਿਸਟਮ ਦਾ ਸਾਡੇ ਪ੍ਰਬੰਧਕਾਂ ਦਾ ਸਾਡੇ ਲੰਗਰਾਂ ਦਾ ਸਾਡੇ ਸਾਰੇ ਸਿਸਟਮ ਦਾ ਪਤਾ ਹੈ ਬਹੁਤ ਬੇਈਮਾਨੀਆਂ ਵੜਦੀਆਂ ਸਾਡੇ ਚ ਤੇ ਸਾਨੂੰ ਸੁਧਾਰ ਕਰਨਾ ਪੈਣਾ ਜੀ ਆਪਣੀਆਂ ਗਲਤੀਆਂ ਨੂੰ ਮਹਾਨਤਾ ਨਾ ਦੱਸੋ ਆਪਣੇ ਔਗਣਾਂ ਨੂੰ ਗੁਣ ਨਾ ਦੱਸੋ ਆਪਣੀਆਂ ਕਮੀਆਂ ਨੂੰ ਲੁਕੋਈਏ ਨਾ ਖੁੱਲ ਕੇ ਦੱਸੀਏ ਅਸੀਂ ਜਾਣਦੇ ਸਾਰਾ ਕੁਝ ਆ ਪਰ ਕਰਦੇ ਸਾਰਾ ਕੁਝ ਉਹੀ ਆ ਜੋ ਜਾਣਦੇ ਆ ਜੋ ਕਹਿੰਦੇ ਆ ਉਹ ਕਰਦੇ ਨਹੀਂ ਮਨ ਜਾਣਦਾ ਹੈ ਫਿਰ ਵੀ ਭੁੱਲਾਂ ਕਰਦੇ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਸੁਣੋ ਵੀਰੋ ਕਹਿੰਦੇ ਮਿਲ ਸਕਦਾ ਹੈ ਮਿਲ ਸਕਦਾ ਹੈ ਤੂੰ ਆਪਣੇ ਆਪ ਨੂੰ ਆਜ ਮਲਾਵਾ ਸੇਖ ਫਰੀਦ ਅੱਜ ਮਿਲ ਟਾਕੇ ਮਕੁੰਜੜੀਆਂ ਮਨੋ ਮਚਿੰਦੜੀਆਂ ਆਪਣੇ ਇੰਦਰੀਆਂ ਤੇ ਕੰਟਰੋਲ ਕਰ ਲਾ ਜੀਭ ਦਾ ਚਸਕਾ ਘਟਾ ਅੱਖ ਦਾ ਚਸਕਾ ਘਟਾ ਕੰਨ ਦਾ ਚਸਕਾ ਘਟਾ ਸਪਰਸ਼ ਦਾ ਚਮੜੀ ਦਾ ਚਸਕਾ ਘਟਾ ਟਾਈਮ ਥੋੜਾ ਲੱਗਣਾ ਹੈ ਮਾਂ ਦੇ ਢਿੱਡ ਵਿੱਚ ਵੀ ਸਿਮਰਨ ਕਰਦਾ ਸੀ ਅੱਜ ਵੀ ਸਿਮਰਨ ਮਤਲਬ ਹੁਣ ਮਾਤ ਗਰਭ ਮਹਿ ਆਪਣ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਵੇਖੋ ਮਾਂ ਦੇ ਢਿੱਡ ਵਿੱਚ
ਕਹਿੰਦੇ ਸਿਮਰਨ ਕਰਦਾ ਬੱਚਾ ਹੁਣ ਤੁਸੀਂ ਜਵਾਬ ਦੇਣਾ ਵੀ ਮਾਂ ਦੇ ਢਿੱਡ ਵਿੱਚ ਬੱਚਾ ਵਾਹਿਗੁਰੂ ਕਰਦਾ ਬੋਲੋ ਹਿੰਦੂਆਂ ਦਾ ਬੱਚਾ ਰਾਮ ਰਾਮ ਕਰਦਾ ਫਿਰ ਮੁਸਲਮਾਨਾਂ ਦਾ ਬੱਚਾ ਅੱਲਾ ਅੱਲਾ ਕਰਦਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਕਾਮਰੇਡਾਂ ਦਾ ਬੱਚਾ ਕੀ ਕਰਦਾ ਬਈ ਬੱਚਿਆਂ ਦਾ ਕੰਟਰੋਲ ਬੀਬੀਓ ਰੱਖਣਾ ਬੱਚਾ ਜਿਹੜਾ ਬੋਲੇ ਫਿਰ ਸਟੇਜ ਤੱਕ ਆਵਾਜ਼ ਆਉਂਦੀ ਟਕਾ ਬਣੇ ਦੇ ਵਿੱਚ ਨਾ ਖਲਾਰਾ ਪੈਂਦਾ ਕੋਈ ਵੀ ਬੱਚਾ ਜੇ ਬੋਲੇ ਥੋੜਾ ਜਿਹਾ ਕੰਟਰੋਲ ਰੱਖਿਓ ਭੈਣਾਂ ਨੂੰ ਬੇਨਤੀ ਹੈ ਵੇਖੋ ਮੁਸ਼ਕਲ ਤੇ ਬਹੁਤ ਹੋਣੀ ਹੈ ਏਡੇ ਵੱਡੇ ਇਕੱਠ ਵਿੱਚ ਜਾਵੇ ਕਿੱਥੇ ਲੈ ਕੇ ਨਿਆਣਾ ਜਿਹੜੇ ਪਾਸੇ ਨਿਕਲ ਗਈ ਮੁੜ ਕੇ ਲੱਭਿਆ ਨਹੀਂ ਜਾਣਾ ਬੱਚਾ ਨਾ ਬੀਬੀ ਲੱਭਣੀ ਮੁੜ ਕੇ ਪਰ ਕੋਸ਼ਿਸ਼ ਕਰਿਓ ਵੀ ਬੱਚਾ ਕੰਟਰੋਲ 'ਚ ਰਵੇ ਧਿਆਨ ਰੱਖਿਓ ਹਾਜ਼ਰ ਰਹੋ ਹਾਂਜੀ ਆਪਾਂ ਗੱਲ ਕੀ ਕਰਦੇ ਸੀ ਮਾਤ ਗਰਭ ਮਹਿ ਆਪਨ ਸਿਮਰਨ ਦੇ ਮਾਂ ਦੇ ਢਿੱਡ ਵਿੱਚ ਸਿਮਰਨ ਕਰਦਾ ਸੀ ਨਿਆਣਾ ਕਿਹੜਾ ਸਿਮਰਨ ਉੱਥੇ ਨਿਜਮਾਂ ਦੇ ਵਿੱਚ ਸੀ ਮਾਂ ਦੇ ਢਿੱਡ ਵਿੱਚ ਮੈਂ ਜਿਵੇਂ ਕੁਦਰਤ ਨੇ ਮੈਨੂੰ ਫਿੱਟ ਕੀਤਾ ਸੀ ਮੈਂ ਚੁੱਪ ਕਰਕੇ ਉਵੇਂ ਹੀ ਫਿੱਟ ਸੀ ਮੈਂ ਨਿਜਮਾਂ ਤੋਂ ਬਾਹਰ ਜਾ ਹੀ ਨਹੀਂ ਸੀ ਸਕਦਾ ਮੈਂ ਉਲਟ ਚੱਲ ਸਕਦਾ ਸੀ ਮਾਂ ਦੇ ਢਿੱਡ 'ਚ ਮਨ ਮਰਜ਼ੀਆਂ ਕਿਵੇਂ ਕਰਦਾ ਉੱਥੇ ਹਰੇਕ ਬੰਦਾ ਮਾਂ ਦੇ ਢਿੱਡ ਵਿੱਚ ਨਿਜਮ ਦੇ ਲਾਅ ਆਫ ਨੇਚਰ ਜਿਹੜਾ ਉਹਦੇ ਗਰਭ ਦਾ ਨਿਜਮ ਹੈ ਉਹ ਜੋ ਘਾੜਤ ਘੜੀ ਹੈ ਕੁਦਰਤ ਨੇ ਉੱਥੇ ਤੇ ਮੈਂ ਨਿਜਮਾਂ ਦੇ ਵਿੱਚ ਸੀ ਬੇਈਮਾਨੀਆਂ ਠੱਗੀਆਂ ਇਹ ਤੇ ਮੈਂ ਬਾਹਰ ਆ ਕੇ ਕਰਨ ਲੱਗਾ ਕੁਦਰਤ ਦੇ ਨਿਜਮਾਂ ਵਿੱਚ ਰਹਿਣਾ ਅਸਲ ਸਿਮਰਨ ਹੈ ਰੱਬ ਦੇ ਗੁਣ ਗਾਓ ਰੱਬ ਦੇ ਗੁਣ ਗਾਉਣਾ ਇਦਾਂ ਹੀ ਨਹੀਂ ਵਾਹਿਗੁਰੂ 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 ਵੇਖੋ ਅੱਧਾ ਘੰਟਾ ਤੁਸੀਂ ਬਹਿ ਕੇ ਮੈਡੀਟੇਸ਼ਨ ਕਰ ਲਓ ਤੁਹਾਡਾ ਬ੍ਰੇਨ ਰਿਲੈਕਸ ਹੋਏਗਾ ਮਨ ਸ਼ਾਂਤ ਹੋਏਗਾ 15 ਮਿੰਟ ਤੂੰ ਵਾਹਿਗੁਰੂ ਵਾਹਿਗੁਰੂ ਕਰ ਲੈ ਚਾਹੇ ਰਾਮ ਰਾਮ ਕਰ ਲੈ ਜੇ ਚੁੱਪ ਕਰਕੇ ਬਹਿ ਜਾ ਸਾਹ ਸਾਹ ਤੇ ਮੈਡੀਟੇਸ਼ਨ ਕਰ ਲੈ ਕੰਸੈਂਟ੍ਰੇਟ ਕਰ ਲੈ ਇਕਾਗਰਤਾ ਵੱਧਦੀ ਹੈ ਬ੍ਰੇਨ ਰਿਲੈਕਸ ਹੋ ਜਾਂਦਾ ਹੈ ਬੰਦਾ ਇਦਾਂ ਇਕੱਲਾ ਬੈਠਾ ਰਵੇ ਮੈਡੀਟੇਸ਼ਨ 10 ਮਿੰਟ 15 ਮਿੰਟ ਅੱਧਾ ਘੰਟਾ ਕਰੋ ਜਸਟ ਮੈਡੀਟੇਸ਼ਨ ਇਸ ਤੋਂ ਵੱਧ ਕੁਝ ਨਹੀਂ ਇਹ ਗੁਣ ਗਾਉਣਾ ਨਹੀਂ ਇਹ ਨਾਮ ਜਪਣਾ ਨਹੀਂ ਹੁੰਦਾ ਵੀ ਇਹ ਨਾਮ ਜਪਣਾ ਹੈ ਨਹੀਂ ਜੇ ਅੱਖਾਂ ਬੰਦ ਕਰਕੇ ਗੁਰੂ ਅਰਜਨ ਦੇਵ ਜੀ ਬੈਠੇ ਸੀ ਨਾਮ ਇਦਾਂ ਜਪਦੇ ਸੀ ਤਵੀਆਂ ਤੇ ਕਿਉਂ ਭਾਇਆ ਅਗਲਿਆਂ ਨੇ ਸਮੇਂ ਦੀਆਂ ਸਰਕਾਰਾਂ ਨੇ ਦੇਗਾਂ 'ਚ ਕਿਉਂ ਉਬਾਲਿਆ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਕਿਉਂ ਛੱਡਣਾ ਪਿਆ ਐਡੀਆਂ ਐਡੀਆਂ ਕੁਰਬਾਨੀਆਂ ਕਿਉਂ ਕਰਨੀਆਂ ਪਈਆਂ ਜੇ ਐਦਾਂ ਅੱਖਾਂ ਬੰਦ ਕਰਕੇ ਅਗਲਾ ਆਪਣੇ ਘਰ ਰੱਬ ਰੱਬ ਕਰਦਾ ਕਿਸੇ ਦਾ ਕੀ ਵਿਗਾੜਦਾ ਹੈ ਕਿਸੇ ਨੂੰ ਕੀ ਖਤਰਾ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਵੇਖਿਓ ਦੋ ਨੰਬਰੀਏ ਬੰਦੇ ਵਿੱਚ ਬੈਠੇ ਹੋਣ ਰਿਸ਼ਵਤਾਂ ਲੈਣ ਵਾਲਾ ਤੁਹਾਡੇ ਵਿੱਚ ਇੱਥੇ ਬੈਠਾ ਹੋਵੇ ਕੋਈ ਰਿਸ਼ਵਤਾਂ ਖਾਂਦਾ ਪੂਰੀਆਂ ਤੇ ਆਪਾਂ ਸਾਰੀ ਸੰਗਤ ਵਾਹਿਗੁਰੂ ਕਰਦੇ ਆ ਮੈਂ ਅੱਗੇ ਵੀ ਦੱਸਦਾ ਹੁਣ ਹੁਣ ਸਾਰੇ ਬੋਲ ਕੇ ਇੱਕ ਵਾਰੀ ਕਰਿਓ ਵਾਹਿਗੁਰੂ ਵਾਹਿਗੁਰੂ ਰੁਕੋ ਉਹਨੂੰ ਕੀ ਪ੍ਰੋਬਲਮ ਹੈ ਉਹ ਤੇ ਆਪ ਸਿਰ ਮਾਰਦਾ ਹੋਣਾ ਵਾਹਿਗੁਰੂ ਐਂ ਕਰਦਾ ਉਹਨੂੰ ਕੀ ਖਤਰਾ ਹੈ ਬਈ ਵੱਡੀ ਖੋਰ ਜਿੰਨੇ ਬੰਦੇ ਨੇ ਭਾ ਦਿਓ ਮੇਰੇ ਅੱਗੇ ਲਿਆ ਕੇ ਉਹ ਵੀ ਨਾਲ ਨਾਲ ਬੋਲਣਗੇ ਪਰ ਜੇ ਆਪਾਂ ਕਹਿਤਾ ਵੀ ਫਲਾਣੇ ਆਫੀਸਰ ਅੱਜ ਕੱਲ੍ਹ ਰਿਸ਼ਵਤਾਂ ਲੈਂਦੇ ਠੱਗੀਆਂ ਮਾਰਦੇ ਬੇਈਮਾਨੀਆਂ ਕਰਦੇ ਟੇਬਲਾਂ ਦੇ ਥੱਲਿਓਂ ਦੀ ਪੈਸੇ ਉਹ ਬਾਹਰ ਫੜਾ ਕੇ ਆ ਉਹ ਚਾਲੇ ਨੂੰ ਫੜਾ ਜੀ ਸਾਰਾ ਕੰਮ ਚੱਲਦਾ ਹੈ ਫਿਰ ਅੱਗ ਲੱਗੂ ਕਿ ਨਹੀਂ ਲੱਗੂ ਉਹਨੂੰ ਬੋਲੋ ਵੀ ਬੋਲੋ ਫਿਰ ਅਸਲੀ ਭਗਤੀ ਹੈ ਕੀ ਨਾਮ ਜਪਣਾ ਹੈ ਕੀ ਬਾਣੀ 'ਚ ਲਿਖਿਆ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸਹਾਏ ਮੱਖੀ ਚੰਦਨ ਪਰ ਹਰੈ ਜਹ ਬਗੰਧ ਤਹਿ ਜਾਏ ਕਹਿੰਦੇ ਮੱਖੀ ਨੂੰ ਸੁਗੰਧੀ ਚੰਗੀ ਨਹੀਂ ਲੱਗਦੀ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ ਲੋ ਕਰੋ ਭਗਤੀ ਵਾਹਿਗੁਰੂ 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 ਹੁਣ ਰੁਕੋ ਗ੍ਰਾਂਟਾਂ ਖਾਣ ਵਾਲੇ ਸਰਪੰਚ ਨੂੰ ਜਿਹੜਾ 20 ਲੱਖ ਗ੍ਰਾਂਟ ਆਈ ਸੀ 2 ਲਾਇਆ 18 ਖਾ ਗਿਆ ਉਹਨੂੰ ਇਹਦੇ ਨਾਲ ਕੀ ਪ੍ਰੋਬਲਮ ਹੈ ਵਿੱਚ ਬੈਠਾ ਵਾਹਿਗੁਰੂ ਵਾਹਿਗੁਰੂ ਕਰੂ ਪਰ ਜੇ ਆਪਾਂ ਸਵੇਰੇ ਜਾ ਕੇ ਸਰਪੰਚ ਨੂੰ ਪੁੱਛੀਏ 18 ਕਿੱਧਰ ਗਿਆ 2 ਖਾ ਗਿਆ 2 ਲਾਇਆ 18 ਫਿਰ ਪਾਪੀ ਨੂੰ ਉਹ ਭਗਤੀ ਭਾਊ ਦੱਸੋ ਬਈ ਪਸੰਦ ਆਊ ਭਗਤੀ ਤੜਫ ਜੂ ਫਿਰ ਭਗਤੀ ਕਹਿੰਦੇ ਕਿਨੂੰ ਐ ਅੱਖਾਂ ਜੀਵਾਂ ਵਿਸਰੈ ਮਰ ਜਾਂ ਸੱਚ ਕਹਿਣਾ ਸੱਚ ਸਮਝਣਾ
ਇਹ ਅਸਲ ਭਗਤੀ ਹੈ। ਪਾਪੀ ਨੂੰ ਭਗਤੀ ਕਿਹੜੀ ਨਹੀਂ ਪਾਉਂਦੀ? ਸੱਚ। ਉਹ ਸੱਚ ਹੈ ਜਿਹੜਾ ਸੱਚ, ਉਹ ਪਾਪੀ ਨੂੰ ਕਦੇ ਪਸੰਦ ਨਹੀਂ ਆਉਣਾ, ਦੋ ਨੰਬਰੀਏ ਨੂੰ ਕਦੇ ਪਸੰਦ ਨਹੀਂ ਆਉਣਾ। ਇਹ ਭਗਤੀ ਹੈ ਜਿਹੜੀ ਜਹਾਂਗੀਰ ਨੂੰ ਤੜਫਾ ਗਈ, ਇਹ ਭਗਤੀ ਬਾਬੇ ਨਾਨਕ ਨੇ ਕੀਤੀ, ਬਾਬਰ ਤੜਫ ਗਿਆ, ਹਮਾਇੂ ਵਰਗੇ ਆਏ ਗੁਰੂ ਅੰਗਦ ਸਾਹਿਬ ਤੱਕ। ਗੁਰੂ ਅਰਜਨ ਦੇਵ ਜੀ ਦੇ ਵੇਲੇ ਜਹਾਂਗੀਰ ਤੜਫ ਗਿਆ, ਚੰਦੂ ਤੜਫ ਗਿਆ, ਔਰੰਗਜ਼ੇਬ ਤੜਫਿਆ ਗੁਰੂ ਗੋਬਿੰਦ ਸਿੰਘ ਦੀ ਭਗਤੀ ਤੋਂ। ਉਹ ਭਗਤੀ ਕਿਹੜੀ ਹੈ? ਔਰੰਗਜ਼ੇਬ ਨੂੰ ਆਨੰਦਪੁਰ ਸਾਹਿਬ ਵਾਹਿਗੁਰੂ 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 ਰਾਮ ਰਾਮ ਕਰਦੇ ਜੇ ਗੁਰੂ ਗੋਬਿੰਦ ਸਿੰਘ ਦਿਸਦੇ ਕੋਈ ਪ੍ਰੋਬਲਮ ਨਹੀਂ ਸੀ। ਜਦੋਂ ਗੁਰੂ ਗੋਬਿੰਦ ਸਿੰਘ ਦੇ ਸਵਾਲ ਹੈ, ਉਹਨਾਂ ਨੇ ਤੜਫਾ ਦਿੱਤਾ ਔਰੰਗਜ਼ੇਬ। ਇਹ ਤੇ ਜਨਤਾ ਨੂੰ ਕਾਇਮ ਕਰਦਾ, ਇਹ ਤੇ ਲੋਕਾਂ ਨੂੰ ਖੜੇ ਕਰਦਾ, ਇਹ ਤੇ ਲੋਕਾਂ ਦੇ ਅੰਦਰ ਭਰਦਾ ਜਜ਼ਬਾ। ਇਹਨੂੰ ਚੁੱਪ ਕਰਾਓ। ਅਗਲਿਆਂ ਨੇ ਤਾਂ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਐ, ਵੀਰਾ ਮੇਰਿਆ ਅੱਜ ਵਾਹਿਗੁਰੂ ਵਾਹਿਗੁਰੂ ਆਪਣੇ ਘਰੇ ਬਹਿ ਕੇ ਕਰ, ਸਾਰਾ ਪਿੰਡ ਸਗੋਂ ਤੈਨੂੰ ਬਾਬਾ ਜੀ ਕਹੂ, ਨਾਲੇ ਸਰਪੰਚ ਵੀ ਮੱਥਾ ਟੇਕ ਕੇ ਗੁਰੂ ਆ ਕੇ ਵੀ ਸਰਪੰਚ ਵੀ ਕਹੂ ਬਾਬਾ ਜੀ ਕਿਰਪਾ ਹੀ ਰੱਖਿਓ ਪਿੰਡ ਤੇ, ਤੂੰ ਬਣ ਜਾਏਗਾ ਬਾਬਾ। ਲੋਕੀ ਬਹੁਤ ਚੰਗਾ ਚੰਗਾ ਕਹਿਣਗੇ, ਪਰ ਜੇ ਕਹੇਗਾ ਜਾ ਕੇ ਸੱਚ ਬੋਲਣ ਵਾਲੀ ਭਗਤੀ ਕਰੇਗਾ, ਫਿਰ ਚੀਕਾਂ ਵੱਜਣਗੀਆਂ। ਤੇ ਕਰਨੀ ਕਿਹੜੀ ਭਗਤੀ ਹੈ ਜੀ? ਉਹ ਭਗਤੀ ਜੋ ਅਸਲ ਭਗਤੀ ਹੈ। ਪਰ ਸਾਨੂੰ ਕਰਨ ਕੀ ਲਾਤਾ? ਮਾਲਾ ਫੜਾਤੀ ਹੈ, ਕਹਿੰਦੇ ਰਾਮ ਰਾਮ ਕਰੀ ਚੱਲੋ, ਜੋ ਕਰੇਗਾ ਸੋ ਭਰੇਗਾ, ਆਖੋ ਸਤਨਾਮ। ਜਿਹੜਾ ਗਲਤ ਕਰੇਗਾ ਸੋ, ਤੇ ਸਮਾਜ ਦਾ ਹਾਲਤ ਵੇਖੋ ਅੱਜ, ਸਾਰਿਆਂ ਨੂੰ ਕਰਾ ਦਿੱਤਾ ਚੁੱਪ, ਕਿਸੇ ਨੂੰ ਰਾਮ ਰਾਮ ਕਰਨ ਲਾਤਾ, ਕਿਸੇ ਨੂੰ ਵਾਹਿਗੁਰੂ ਵਾਹਿਗੁਰੂ ਕਰਨ ਲਾਤਾ, ਉਹ ਸਾਰਾ ਸਮਾਜ ਚੁੱਪ ਹੋ ਗਿਆ। ਤੇ ਵਿਗੜਨੇ ਵਿਗੜੇ ਬੰਦੇ ਹੋਰ ਵਿਗੜ ਗਏ, ਕਿਉਂਕਿ ਕੋਈ ਪੁੱਛਣ ਵਾਲਾ ਰਿਹਾ ਨਹੀਂ, ਕੋਈ ਪੁੱਛਣ ਵਾਲਾ। ਉਹ ਸਰਪੰਚ ਪਹਿਲਾਂ ਵੀ ਖਾਂਦਾ ਸੀ, ਪਹਿਲਾਂ ਵੀ ਖਾਂਦਾ ਸੀ, ਅੱਜ ਵੀ ਖਾਂਦਾ, ਗੱਲਾਂ ਕਹਿੰਦਾ, ਇੱਥੇ ਕਿਹੜਾ ਪੁੱਛਦੇ ਨੇ, ਬੋਲਦਾ ਤਾਂ ਕੋਈ ਹੈ ਨਹੀਂ ਮੇਰੇ ਸਾਹਮਣੇ। ਪਰ ਬੋਲ ਸੋ ਧਰਮੜੀਆ, ਮੋਨ ਕੱਤ ਤਾਰੀ ਰਾਮ। ਬੋਲਣ ਸਾਨੂੰ ਭਗਤੀ ਦਿੱਤੀ ਬੋਲਣ ਵਾਲੀ, ਇਹਨਾਂ ਨੇ ਚੁੱਪ ਕਰਨ ਵਾਲੀ ਸਿਖਾ ਦਿੱਤੀ। ਚੁੱਪ ਕਰ ਜਾ, ਬੋਲ। ਤੇ ਮੈਂ ਤੁਹਾਨੂੰ ਅਰਜ਼ ਕਰਦਾ, ਸੁਣੋ। ਮਾਂ ਦੇ ਢਿੱਡ ਵਿੱਚ ਬੱਚਾ ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰ ਰਿਹਾ ਹੈ। ਮਾਂ ਦੇ ਢਿੱਡ ਵਿੱਚ ਬੱਚਾ ਗਲਤੀਆਂ ਕਰਦਾ ਹੀ ਨਹੀਂ, ਕੁਦਰਤ ਦੇ ਨਿਯਮਾਂ ਦੇ ਵਿੱਚ ਚੱਲਦਾ ਹੈ। ਇਹ ਮਾਂ ਦੇ ਢਿੱਡ ਵਿੱਚ ਸਿਮਰਨ ਕਰਨਾ ਹੈ। ਤੇ ਅਸੀਂ ਵੀ ਜਦੋਂ ਕੁਦਰਤ ਦੇ ਨਿਯਮਾਂ ਵਿੱਚ ਚੱਲਦੇ ਹਾਂ, ਇਹ ਸਾਡਾ ਸਿਮਰਨ ਹੈ। ਵੇਖੋ ਗੁਰਬਾਣੀ ਚ ਆਉਂਦਾ, ਗਾਵਨ ਤੁਧਨੋ ਪਵਨ ਪਾਣੀ ਬੈਸੰਤਰ। ਕਹਿੰਦੇ ਅੱਗ ਵੀ ਗਾਉਂਦੀ ਹੈ, ਪਾਣੀ ਵੀ ਗਾਉਂਦਾ ਹੈ, ਹਵਾ ਵੀ ਗਾਉਂਦੀ ਹੈ। ਹੁਣ ਹਵਾ ਦੇ ਕਿਹੜੀ ਜੀਭ ਲੱਗੀ ਹੈ? ਜਿਵੇਂ ਆਪਾਂ ਰੱਬ ਰੱਬ ਕਰਦੇ ਹਾਂ, ਹਵਾ ਵੀ ਐਂ ਕਰਦੀ ਹੈ। ਪਾਣੀ ਕਿਵੇਂ ਗਾਉਂਦਾ ਹੈ? ਅੱਗ ਕਿਵੇਂ ਗਾਉਂਦੀ ਹੈ? ਉਹ ਨਿਯਮ ਚ ਚੱਲਦੇ ਆ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲਣਾ ਹੈ ਲੱਖ ਦਰਿਆਓ। ਅਸੀਂ ਆਪਣੇ ਜ਼ਿੰਦਗੀ ਦੇ ਨਿਯਮਾਂ ਵਿੱਚ ਚੱਲਾਂਗੇ, ਜਦੋਂ ਕੁਦਰਤ ਦੇ ਨਿਯਮਾਂ 'ਚ ਚੱਲਾਂਗੇ, ਇਹ ਸਾਡਾ ਗਾਉਣਾ ਹੈ। ਹਵਾ ਦਾ ਗਾਉਣਾ ਹੁਕਮ 'ਚ ਚੱਲਣਾ, ਨਿਯਮ 'ਚ ਚੱਲਣਾ। ਪਾਣੀ ਦਾ ਗਾਉਣਾ ਨਿਯਮ 'ਚ ਚੱਲਣਾ। ਬੱਦਲਾਂ ਦਾ ਗਾਉਣਾ, ਸੂਰਜ ਦਾ ਗਾਉਣਾ ਨਿਯਮ 'ਚ ਚੱਲਣਾ। ਤੇ ਸਾਡਾ ਉਹਦੇ ਨਿਯਮ ਵਿੱਚ ਚੱਲਣਾ, ਇਹੋ ਹੀ ਗਾਉਣਾ ਹੈ, ਇਹੀ ਗਾਉਣਾ ਹੈ। ਦਿਨ ਰਾਤ ਗਾਈਏ। ਜੇ ਤੁਸੀਂ ਕਹੋਗੇ ਵੀ ਐਦਾਂ ਗਾਉਣਾ ਜਿਵੇਂ ਆਪਾਂ ਸਾਰੇ ਗਾਉਂਦੇ ਹਾਂ, ਫਿਰ ਤੇ ਸਾਡੇ ਵਰਗੇ ਨੰਬਰ ਲੈ ਜਾਣਗੇ। ਸਾਡਾ ਕੰਮ ਹੀ ਇਹ ਹੈ, ਆਖੋ ਸਤਨਾਮ। ਸਾਡਾ ਤੇ ਕੰਮ ਹੀ ਇਹ ਹੈ, ਸਾਡੇ ਵਰਗੇ ਸਭ ਤੋਂ ਅੱਗੇ ਰਹਿਣਗੇ, ਕਿਉਂਕਿ ਗਾਉਂਦੇ ਤੇ ਅਸੀਂ ਹਾਂ। ਫਿਰ ਅਗਲਾ ਕਹਿੰਦਾ ਇਹੋ ਜਿਹਿਆਂ ਦੇ ਪੈਰੀ ਹੱਥ ਲਾ ਲਓ, ਸਾਡੇ ਕੋਲ ਤੇ ਟਾਈਮ ਲੱਗਦਾ ਨਹੀਂ ਗਾਉਣ ਦਾ। ਗਾਉਣਾ ਕੀ ਹੈ? ਆਪਣੀ ਡਿਊਟੀ ਨੂੰ ਡਿਊਟੀ ਸਮਝ, ਆਪਣੇ ਫਰਜ਼ ਪਛਾਣ। ਜਿਹੜੇ ਜਿਹੜੇ ਕੰਮ ਕਰਦਾ ਮਨੋ ਕਰ, ਰੀਝ ਨਾਲ ਕਰ, ਜੀ ਲਾ ਕੇ ਕਰ, ਜੀ ਲਾ ਕੇ ਕਰ। ਜਿਹੜਾ ਕੰਮ ਕਰਦਾ ਹੈ ਆਪਣੇ ਫਰਜ਼ ਨਿਭਾ, ਦਿਲੋਂ ਨਿਭਾ, ਇਹੀ ਤੇਰਾ ਗਾਉਣਾ ਹੈ। ਤੇਰਾ ਕਰਮ ਦਿਲੋਂ ਹੋਵੇ, ਇਹੀ ਤੇਰਾ ਧਰਮ ਹੈ, ਇਹੀ ਧਰਮ ਹੈ। ਤਾਂ ਕਰਕੇ ਦਿਨ ਰਾਤ ਗਾਉਣ ਦਾ ਅਰਥ ਹੀ ਇਹ ਹੈ। ਪੜ੍ਹਦੇ ਹਾਂ ਅੱਗੇ ਵੀ ਆਪਾਂ, ਵਿਸਰ ਨਾਹੀਂ ਦਾਤਾ ਆਪਣਾ ਨਾਮ ਦੇਹੋ, ਵਿਸਰ ਨਾਹੀਂ ਦਾਤਾ ਆਪਣਾ ਨਾਮ ਦੇਹੋ ਜੀ, ਵਿਸਰ ਨਾਹੀਂ ਦਾਤਾ ਆਪਣਾ ਨਾਮ ਦੇਹੋ,
ਵਿਸਰ ਨਾਹੀ ਦਾਤਾ ਆਪਣਾ ਨਾਮ ਦੇ ਬੜੋ ਵਿਸਰ ਨਾਹੀ ਦਾਤਾ ਆਪਣਾ ਬੋਲੋ ਬੋਲੋ ਗੱਜ ਕੇ ਵਿਸਰ ਗੁਣ ਗਾਵਾਂ ਦਿਨ ਰਾਤ ਨਾਨਕ ਜਾਓਏ ਹੋ 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 ਪੜੋ ਗੁਣ ਗਾਵਾਂ ਬੋਲੋ ਬੋਲੋ ਸੰਗੋ ਨਾ ਗੁਣ ਨਾਨਕ ਜਾਓਏ ਹੋ ਵਿਸਰ ਨਾਹੀ ਦਾਤਾ ਆਪਣਾ ਬੋਲੋ ਨਾਮ ਦਿਨ ਰਾਤ ਗੁਣ ਗਾਉਣ ਦਾ ਅਰਥ ਕੀ ਹੈ ਮੈਂ ਦਿਨ ਰਾਤ ਉਹ ਕੰਮ ਕਰਾਂ ਜਿਹੜੇ ਮੈਨੂੰ ਕਰਨੇ ਚਾਹੀਦੇ ਹੈ ਮੈਂ ਆਪਣੀ ਡਿਊਟੀ ਕਰਾਂ ਅਸਲ ਫਰਜ਼ ਨਿਭਾਵਾਂ ਆਪਣੇ ਐਮਐਲਏ ਦੇ ਗੁਣ ਗਾਉਣਾ ਕੀ ਹੈ ਐਮਐਲਏ ਦਾ ਜਿਹੜੇ ਉਹਦੇ ਫਰਜ਼ ਨੇ ਇਲਾਕੇ ਪ੍ਰਤੀ ਉਹ ਨਿਭਾਵੇ ਇਹ ਐਮਐਲਏ ਦਾ ਗੁਣ ਗਾਉਣਾ ਸਰਪੰਚ ਜੇ ਪਿੰਡ ਨੇ ਬਣਾਇਆ ਤੇ ਆਪਣੇ ਫਰਜ਼ ਨਿਭਾਵੇ ਇਹ ਉਹਦਾ ਗਾਉਣਾ ਹੈ ਸਮਝਦੇ ਹੋ ਪਿਆਰਿਓ ਬੱਚੇ ਨੂੰ ਪੜ੍ਹਨ ਪਾਇਆ ਪੜ੍ਹਾਈ ਕਰੇ ਸਟੂਡੈਂਟ ਬਣਿਆ ਪੜ੍ਹੇ ਇਹ ਉਹਦਾ ਗਾਉਣਾ ਪਿਓ ਪੜ੍ਹਾਵੇ ਉਹਦਾ ਗਾਉਣਾ ਹੈ ਆਪਣੇ ਫਰਜ਼ ਆਪਣੀ ਡਿਊਟੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਆ ਹਵਾ ਗਾਉਂਦੀ ਹੈ ਪਾਣੀ ਗਾਉਂਦਾ ਦੱਸੋ ਪਿਆਰਿਓ ਅੱਧਾ ਘੰਟਾ ਸੂਰਜ ਲੇਟ ਚੜ੍ਹਿਆ ਵੇਖਿਆ ਕਦੀ ਗੱਜ ਕੇ ਕਦੇ ਅੱਧਾ ਘੰਟਾ ਲੇਟ ਜਿਹੜੇ ਬੁੱਢੇ ਹੋ ਤੁਸੀਂ ਦੱਸ ਦਿਓ ਜਿਹੜੇ ਪੁਰਾਣੇ ਸਾਨੂੰ ਤੇ ਪਤਾ ਨਹੀਂ ਚਲੋ ਅਸੀਂ ਤੇ ਚਲੋ 35 ਸਾਲ ਦੇ 30-35 ਸਾਲ ਦੇ ਵੇਖ ਰਹੇ ਹਾਂ ਸੂਰਜ ਜਿਹੜੇ ਉਦੋਂ ਪੁਰਾਣੇ ਆ ਦੱਸ ਦਿਓ ਕਦੇ ਲੇਟ ਹੋਇਆ ਅੱਧਾ ਘੰਟਾ ਵੀ ਲੇਟ ਹੋ ਗਿਆ ਨਹੀਂ ਆਪਾਂ ਹਰ ਥਾਂ ਹਰ ਕੰਮ ਹੀ ਲੇਟ ਕਰਦੇ ਹਾਂ ਕੋ ਸਤਨਾਮ ਸਾਡੀ ਜ਼ਿੰਦਗੀ ਡਿਸਿਪਲਨ ਹੈ ਮਰਿਆਦਾ ਹੈ ਕੋਈ ਕੋਈ ਅਸੂਲ ਹੈ ਉਹ ਅਸੂਲਾਂ ਦੇ ਪੱਕੇ ਹੈ ਮਰਿਆਦਾ ਦੇ ਪੱਕੇ ਹੈ ਡਿਸਿਪਲਨ ਦੇ ਪੱਕੇ ਹੈ ਉਹ ਸਿਸਟਮ ਵੇਖੋ ਕਿੱਡਾ ਬੈਲੈਂਸ ਚੱਲ ਰਿਹਾ ਆਪਣੇ ਆਪ ਸਹਿਜ ਵਿੱਚ ਚੱਲਦਾ ਇਹ ਗਾਉਣਾ ਮੇਰਾ ਮੈਂ ਆਪਣੀਆਂ ਡਿਊਟੀਆਂ ਆਪਣੇ ਫਰਜ਼ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਨਾਲ ਨਿਭਾਵਾਂ ਇਹ ਮੇਰਾ ਗਾਉਣਾ ਹੈ ਦਿਨ ਰਾਤ ਗਾਉਣ ਦਾ ਮਤਲਬ ਵੀ ਇਹ ਵੀ ਰਾਤ ਵੀ ਦਿਨ ਵੀ ਉਹੀ ਕਾਰਜ ਕਰਾਂ ਜੋ ਮੈਨੂੰ ਕਰਨੇ ਚਾਹੀਦੇ ਹੈ ਤੇ ਜੇ ਤੁਸੀਂ ਏਦਾਂ ਗਾਉਣਾ ਕਹਿੰਦੇ ਆ ਵੀ ਏਦਾਂ ਗਾਉਣਾ ਹੁੰਦਾ ਹੈ ਫਿਰ ਤੇ ਭਾਈ ਕਿੰਨਿਆਂ ਨੂੰ ਵਾਜੇ ਆਉਂਦੇ ਆ ਕਿੰਨਿਆਂ ਨੂੰ ਢੋਲਕੀਆਂ ਆਉਂਦੀਆਂ ਕਿੰਨੇ ਕੁ ਬੰਦੇ ਗਾਉਣ ਵਾਲੇ ਹੋਣਗੇ ਜੇ ਹੁਣ ਮੈਂ ਪੁੱਛਾਂ ਵੀ ਵਾਜਾ ਵਜਾਉਣ ਵਾਲੇ ਕਿੰਨੇ ਐਡੇ ਵੱਡੇ ਇਕੱਠ 'ਚ ਵੱਧ ਤੋਂ ਵੱਧ 10-15 ਬੰਦੇ ਹੋਣਗੇ ਜਿਨ੍ਹਾਂ ਨੇ ਮਾੜਾ ਮੋਟਾ ਵਾਜਾ ਤੇ ਸੇ ਬਾਕੀ ਤੇ ਗਾਉਣਾ ਆਉਂਦਾ ਹੀ ਨਹੀਂ ਫਿਰ ਤਾਂ ਹੀ ਮੇਰੇ ਵਰਗੇ ਤੁਹਾਡੇ ਸਿਰ ਤੇ ਬਹਿ ਗਏ ਆਖੋ ਸਤਨਾਮ ਮੇਰੇ ਵਰਗੇ ਤੁਹਾਡੇ ਸਿਰ ਤੇ ਤਾਂ ਹੀ ਬੈਠੇ ਤੁਹਾਡੇ ਵਰਗੇ ਕੀ ਸੋਚਦੇ ਆ ਇਹ ਬਾਬਾ ਜੀ ਦਿਨ ਰਾਤ ਗੁਣ ਗਾਉਂਦੇ ਆ ਹਾਏ ਹੋਏ ਰੱਬਾ ਅਸੀਂ ਪਾਪੀ ਇਹ ਦਿਨ ਰਾਤ ਗੁਣ ਗਾਉਂਦੇ ਇਹਨੂੰ ਗੁਣ ਗਾਉਣਾ ਨਹੀਂ ਕਹਿੰਦੇ ਮੇਰੇ ਵਾਂਗੂ ਸਟੇਜ ਤੇ ਗਾਉਣਾ ਗਾਉਣਾ ਨਹੀਂ ਮੇਰਾ ਗਾਉਣਾ ਮੇਰੇ ਫਰਜ਼ ਹੈ ਮੇਰੀਆਂ ਜ਼ਿੰਮੇਵਾਰੀਆਂ ਮੇਰੀ ਡਿਊਟੀ ਹੈ ਅਸਲ ਮੇਰਾ ਗਾਉਣਾ ਇਹ ਹੈ ਇਹ ਤੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਅੰਦਰ ਜੇ ਕਪਟ ਲੈ ਕੇ ਬੈਠੇ ਆ ਠੱਗੀਆਂ ਲੈ ਕੇ ਬੈਠੇ ਆ ਬੇਈਮਾਨੀਆਂ ਲੈ ਕੇ ਬੈਠੇ ਆ ਤੇ ਕਾਹਦਾ ਗਾਉਣਾ ਹੋਇਆ ਏ ਐਦਾਂ ਬਹਿ ਕੇ ਸਾਰੇ ਰਲ ਕੇ ਗਾ ਲਿਆ ਪਰ ਇਹ ਨਹੀਂ ਵੀ ਇਹ ਗਾਉਣਾ ਹੈ ਅੱਖਾਂ ਬੰਦ ਕਰਕੇ 10 ਮਿੰਟ ਮੈਡੀਟੇਸ਼ਨ ਕਰ ਲਿਆ ਇਹ ਨਹੀਂ ਵੀ ਇਹੋ ਹੀ ਨਾਮ ਜਪਣਾ ਹੈ ਗਿਆਨ ਲੈਣਾ ਸਮਝਣਾ ਜ਼ਿੰਦਗੀ 'ਚ ਲਾਗੂ ਕਰਨਾ ਇਹ ਗਾਉਣਾ ਹੈ ਤਾਂ ਕਰਕੇ ਵੀਰੋ ਭਾਈਓ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਕੰਨੀ ਨਾ ਆਵੇ ਥੋੜਾ ਜਿਹਾ ਵਸਾਲਾ ਹਿਰਦੇ 'ਚ ਓਨਾ ਹੀ ਬੜਾ ਹੈ ਥੋੜਾ ਜਿਹਾ ਪੜ੍ਹ ਕੀ ਰਹੇ ਸੀ ਮਨ ਜਾਣਤ ਬੋਲੋ ਬੋਲੋ ਮਨ ਜਾਣਤ ਸਭ ਬਾਤ
पढ़ो जानत ही औगुण करे। कबीर मन जाने सब बात जानत ही औगुण करे। काहे की कुसलात हाथ दीप कुएं परे। हाथ विच फड़िया दीवा किते खूच डिगदा हुण करिए की इहदा। दीवा मतलब ज्ञान दा ਉਹ ਜਿਹੜਾ ਉੱਤੇ ਲਿਖਿਆ ਵੀ ਸ਼ਰਾਬ ਸਿਹਤ ਲਈ ਹਾਨੀ ਕੀ ਕਾਰਕ ਹੈ, ਇਹ ਗਿਆਨ ਦੀ ਗੱਲ ਹੈ ਕਿ ਨਹੀਂ ਬੋਲਣਾ ਹੈ ਬਈ। ਇਹ ਤਾਂ ਠੀਕ ਹੈ, ਹੱਥ 'ਚ ਦੀਵਾ ਫਿਰ ਹੈ ਕਿ ਨਹੀਂ ਹੈ? ਹਰੇਕ ਸ਼ਰਾਬੀ ਜਦੋਂ ਬੋਤਲ ਫੜਦਾ ਉਹਦੇ ਵਿੱਚ ਦੀਵਾ ਵੀ ਹੈ ਫਿਰ, ਪਰ ਪੜਦਾ ਨਹੀਂ। ਗੁਰਦੁਆਰੇ ਲਿਖਿਆ ਹੁੰਦਾ ਸ਼ਰਾਬ ਪੀ ਕੇ ਅੰਦਰ ਆਉਣਾ, ਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਜੇ ਪੀ ਕੇ ਹੀ ਆ ਗਿਆ ਇਹਨੂੰ ਅੱਖਰ ਦਿਸਣਾ ਹੀ ਨਹੀਂ ਫਿਰ। ਜਿਹੜਾ ਆਈ ਪੀ ਕੇ ਗਿਆ ਉਹਨੂੰ ਕਿਤੇ ਦਿਸਦਾ ਫਿਰ ਵੀ ਲਿਖਿਆ ਇੱਥੇ ਬਾਹਰ ਬੋਰਡ ਵੀ ਲੱਗਾ? ਉਹ ਲਿਖਿਆ ਤੇ ਹੈ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤੇ ਲਾਗੂ ਹੀ ਨਹੀਂ ਕੀਤਾ। ਬੋਤਲਾਂ ਤੇ ਭਾਵੇਂ ਹੋਰ ਦੋ ਚਾਰ ਗੱਲਾਂ ਲਿਖ ਦਿਓ, ਬੋਤਲ ਦੇ ਨਾਲ ਮੇਰੀ ਇੱਕ ਸੀਡੀ ਦੇ ਦਿਆ ਕਰੋ। ਜੇ ਉਹ ਲੈਣ ਦਾ ਅਸਰ ਨਹੀਂ ਹੋਇਆ ਮੇਰੀ ਸੀਡੀ ਦਾ, ਹੋ ਜੂ ਦੱਸ ਦਿਓ ਵੀ ਇੱਕ ਸੀਡੀ ਦੇ ਦਿਓ ਨਾਲ। ਐਡਾ ਪਰਚਾ ਛਪਾ ਲੈਂਦੇ ਹਾਂ ਇੱਕ ਬੋਤਲ ਦੇ ਨਾਲ, ਹਰੇਕ ਠੇਕੇ ਤੇ ਦੇ ਦਿੰਦੇ ਹਾਂ ਵੀ ਇੱਕ ਇੱਕ ਪਰਚਾ ਦੇ ਦਿਆ ਕਰ ਨਾਲ। ਯਾਰ ਉਹ ਪਰਚਾ ਪੜ੍ਹਦਾ ਹੀ ਨਹੀਂ ਅਗਲਾ, ਪੜ੍ਹ ਲੂ ਮੰਨਦਾ ਨਹੀਂ। ਅਗਲਾ ਕਹਿੰਦਾ ਠੀਕ ਹੈ, ਵੇਖ ਲੈ। ਉਹ ਕਹਿੰਦੇ ਇੱਕ ਨੇ ਏਦਾਂ ਕੀੜਿਆਂ ਦੇ ਉੱਤੇ ਪਾਤੀ, ਕੀੜੇ ਮਰ ਗਏ। ਕਹਿੰਦੇ ਵੇਖ ਸਿੱਖਿਆ ਕੁਛ ਸ਼ਰਾਬੀ ਨੂੰ? ਕਹਿੰਦੇ ਸਿੱਖਿਆ। ਕਹਿੰਦਾ ਬਿਲਕੁਲ ਸਿੱਖ ਲਿਆ, ਪੇਟ ਦੇ ਸਾਰੇ ਕੀੜੇ ਮਰ ਜਾਣਗੇ ਪੀ ਕੇ। ਉਹ ਤੇ ਇਹ ਸਮਝਾ ਰਿਹਾ ਵੀ ਐਂ ਮਰੇਗਾ ਜਿਵੇਂ ਕੀੜੇ ਮਰੇ ਨੇ। ਕਹਿੰਦਾ ਬਸ ਸਮਝ ਆ ਗਈ, ਸਾਰੇ ਪੇਟ ਦੇ ਕੀੜੇ ਮਰ ਜਾਣਗੇ, ਠੀਕ ਹੋ ਜੂ, ਸਿਹਤ ਕਾਇਮ ਹੋ ਜੂ। ਹੁਣ ਅਗਲਾ ਕਿੱਥੇ ਸੁਣਦਾ, ਕਹਿ ਲਓ ਜਿੰਨਾ ਮਰਜ਼ੀ। ਅਗਲਾ ਕਹਿੰਦਾ ਤੂੰ ਜੋ ਮਰਜ਼ੀ ਕਰ ਲੈ, ਮੈਂ ਸੁਣਨੀ ਨਹੀਂ ਚਾਹੁੰਦਾ, ਮੈਂ ਨਹੀਂ ਇਹ ਜ਼ਿੰਦਗੀ ਚ ਲੱਗਦਾ। ਇਸ ਕਰਕੇ ਵੀਰੋ ਇਹ ਤੇ ਜਿਹੜੇ ਛੱਡਣਗੇ ਉਹਨਾਂ ਦੀ ਦਲੇਰੀ ਹੈ, ਉਹਨਾਂ ਦੀ ਹਿੰਮਤ ਹੈ, ਉਹਨਾਂ ਨੇ ਦੀਵਾ ਬਾਲ ਲਿਆ। ਇਸ ਕਰਕੇ ਨਾਮ ਤੇਰੇ ਕੀ ਜੋਤ ਲਗਾਈ, ਤੇਰੇ ਗਿਆਨ ਦੀ ਜੋਤ ਲਾ ਲਈ ਅਸੀਂ। ਆ ਬਾਕੀ ਤੇ ਆਪਾਂ ਸਾਰੇ ਪੜ੍ਹਦੇ ਹੀ ਸੀ, ਨਾਮ ਤੇਰੇ ਕੀ ਜੋਤ ਲਗਾਈ। ਪੜ੍ਹੋ ਨਾਮ ਤੇਰੇ ਕੀ ਜੋਤ ਲਗਾਈ। ਜੇ ਲਗਾਈ ਹੁੰਦੀ ਆ ਫੀਲਿੰਗ ਭਗਤ ਰਵਿਦਾਸ ਵਾਲੀ ਨਾ ਹੁੰਦੀ ਸਾਡੀ, ਗੰਦਗੀ ਦੇ ਕੀੜਿਆਂ ਵਾਲਾ ਤੇ ਹਾਲ ਆ ਸਾਡਾ ਇੱਥੇ। ਜੋਤ ਗਿਆਨ ਦਾ ਦੀਵਾ ਜ਼ਿੰਦਗੀ 'ਚ ਬਲਿਆ ਹੁੰਦਾ ਤੇ ਜੋੜੇ ਗੰਢਣ ਵਾਲਾ ਇੰਨਾ ਖਿੜਿਆ ਖਿੜਿਆ ਕਿਵੇਂ ਰਹਿੰਦਾ ਸੀ ਬਈ? ਖੱਡੀ ਬੁਣਨ ਵਾਲਾ ਭਗਤ ਕਬੀਰ ਏਦਾਂ ਕੈਮ ਕੈਮ ਕਿਵੇਂ ਰਹਿੰਦਾ ਸੀ? ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਕਹਿੰਦੇ ਸਵਾਦ ਹੀ ਬਹੁਤ ਆਉਂਦਾ, ਕੋਈ ਨਹੀਂ ਬਿਠਾਤਾ ਤੇ ਫਿਰ ਕੀ ਹੋ ਗਿਆ, ਚੱਲਾਂਗੇ ਹੁਣ। ਅਗਲਿਆਂ ਨੇ ਦਰਿਆ 'ਚ ਡੋਬਿਆ, ਗੁਰੂ ਅਰਜਨ ਦੇਵ ਜੀ ਨੂੰ ਡੋਬ ਕੇ ਸ਼ਹੀਦ ਕਰਿਆ। ਪੰਜ ਚਾਰ ਜਣੇ ਗਏ, ਐ ਸਿਰ ਵਿੱਚ ਦੇ ਦਿੱਤਾ, ਬਾਹਰ ਨਹੀਂ ਨਿਕਲਣ ਦਿੱਤਾ, ਡੋਬ ਕੇ ਸ਼ਹੀਦ ਕਰਿਆ। ਆਪੇ ਹੀ ਨਹੀਂ ਰੁੜ ਗਏ, ਉਹ ਤੇ ਡੋਬਿਆ, ਸਭ ਪਤਾ ਹੈ। ਤੇ ਜੇ ਆ ਕਹਿੰਦੇ ਆ ਜੋਤ ਲਗਾਈ ਤੇ ਮਰੂ ਮਰੂ ਕਰਦੇ ਫਿਰ ਆਪਾਂ, ਐ ਇਹੋ ਜਿਹਾ ਜੀਵਨ ਹੁੰਦਾ ਸਾਡਾ, ਅਸੀਂ ਕੈਮ ਕੈਮ ਰਹਿੰਦੇ, ਖਿੜੇ ਖਿੜੇ ਰਹਿੰਦੇ, ਜੋਤ ਨਹੀਂ ਲਗਾਈ। ਭਾਈ ਅਸੀਂ ਗੱਲਾਂ ਹੀ ਕਰਦੇ ਹਾਂ, ਅਸੀਂ ਪੜ੍ਹਨ ਜੋਗੇ ਹਾਂ, ਗਿਆਨ ਦੀ ਜੋਤ ਲਾਉਂਦਾ ਕੋਈ ਕੋਈ ਹੈ? ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨੇ ਨਾ ਪਾਇਆ। ਬੋਲੋ ਇੱਕ ਫਿਰ ਹੈ ਕਨੇਰੇ, ਬਹੁਤ ਫਿਰਦੇ ਆ, ਕਰ ਹੈ ਗੱਲਾਂ, ਗੱਲੀ ਕਿਨੇ ਨਾ ਪਾਇਆ। ਗੱਲਾਂ ਨਾਲ ਕਿੱਥੇ ਜੋਤ ਲਗਾਉਂਦਾ ਕੌਣ ਹੈ? ਸੁਣ ਲੈਂਦੇ ਆ, ਕਰਦੇ ਉਹੀ ਕੁਛ ਆ ਜੋ ਦੁਨੀਆ ਕਰਦੀ ਹੈ। ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਖੇਡ ਪਈ ਹੈ ਆ ਸਾਡੇ। ਹੁਣ ਆਪਾਂ ਇੱਥੇ ਸਾਰਿਆਂ ਨੇ ਸੁਣਿਆ ਵੀ ਰੱਬ ਤੇ ਸਾਡੇ ਵਿੱਚ ਹੈ, ਬਾਹਰ ਕੋਈ ਨਹੀਂ, ਪਰ ਦਿਮਾਗ 'ਚ ਫੇਰ ਉਹੀ ਆਈ ਜਾਂਦਾ ਜਿਹੜਾ ਇੰਨੇ ਸਾਲਾਂ ਤੋਂ ਦਿਮਾਗ 'ਚ ਵਾੜਿਆ ਸਾਡੇ, ਵੀ ਕੋਈ ਵੱਖਰੀ ਸ਼ਕਤੀ ਹੈ, ਕੋਈ ਬਾਹਰ ਹੈ, ਉਹ ਆਪੇ ਕਰੂ, ਉਹੀ ਸਾਰਾ ਕੁਝ ਕਰਦਾ। ਮੈਨੂੰ ਪੁੱਛਣ ਵਾਲਾ ਇੱਕ ਬੀਬੀ ਆਈ ਸਾਡੇ ਉੱਤੇ, ਤੁਸੀਂ ਐਂ ਕਹੀ ਜਾਂਦੇ ਹੋ ਰੱਬ ਹੀ ਕਰਦਾ ਸਾਰਾ ਕੁਝ,
ਮੈਂ ਕਿਹਾ ਬੀਬੀ ਸਾਰਾ ਕੁਝ ਰੱਬ ਕਰਦਾ ਕਹਿੰਦੇ ਬਸ ਉਹਦੇ ਹੁਕਮ ਬਿਨਾਂ ਪੱਤਾ ਨਹੀਂ ਹਿਲਦਾ ਉਹੀ ਕਰਦਾ ਹੈ ਮੈਂ ਕਿਹਾ ਫਿਰ ਵਜੀਦੇ ਦਾ ਕੀ ਕਸੂਰ ਹੈ ਨੀਹਾਂ 'ਚ ਕਿੰਨੇ ਚਣਿਆ ਸਾਹਿਬਜ਼ਾਦਿਆਂ ਨੂੰ ਇਹ ਮਰਜ਼ੀ ਕਿਹਦੀ ਸੀ ਰੱਬ ਦੀ ਸੀ ਗੁਰੂ ਅਰਜਨ ਦੇਵ ਜੀ ਦਾ ਤੱਤੀ ਤਵੀ ਤੇ ਪਾਉਣਾ ਰੱਬ ਦਾ ਪਾਉਣਾ ਸੀ ਪਰ ਪਰਮਾਤਮਾ ਨੇ ਸੰਯੋਗ ਲਿਖਿਆ ਰੱਬ ਜੋੜੀਆਂ ਬਣਾ ਕੇ ਭੇਜਦਾ ਹੈ ਉਹ ਲਿਖਦਾ ਹੈ ਉਹ ਲਿਖਦਾ ਹੈ ਪਤਾ ਕੀ ਹੈ ਜੱਟਾਂ ਦਾ ਮੁੰਡਾ ਜੱਟਿਆਂ ਜੱਟਾਂ ਦੀ ਕੁੜੀ ਬ੍ਰਾਹਮਣਾਂ ਦਾ ਮੁੰਡਾ ਬ੍ਰਾਹਮਣਾਂ ਦੀ ਕੁੜੀ ਰਮਦਾਸੀਆਂ ਦਾ ਮੁੰਡਾ ਰਮਦਾਸੀਆਂ ਦੀ ਕੁੜੀ ਮਜ਼ਬੀਆਂ ਦਾ ਮੁੰਡਾ ਮਜ਼ਬੀਆਂ ਦੀ ਕੁੜੀ ਰਾਮਗੜੀਆਂ ਦਾ ਮੁੰਡਾ ਰਾਮਗੜੀਆਂ ਦੀ ਕੁੜੀ ਕੀ ਲਿਖਾ ਰਹੇ ਰੱਬ ਤੋਂ ਇਹ ਰੱਬ ਦਾ ਲਿਖਿਆ ਕਿ ਬੰਦੇ ਨੇ ਕੀਤਾ ਸਾਰਾ ਕੁਝ ਬੋਲੋ 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 ਬੰਦੇ ਨੇ ਕਿ ਰੱਬ ਨੇ ਬੰਦੇ ਨੇ ਇਹ ਵਿਗੜੇ ਬੰਦੇ ਨੇ ਉਹ ਬੰਦਾ ਵੀ ਵਿਗੜਿਆ ਖਤਰਨਾਕ ਜਿਹਨੇ ਜਾਤਾਂ ਬਣਾਈਆਂ ਆ ਢਾਂਚਾ ਬਣਾਇਆ ਕੋਈ ਛੋਟਾ ਕਰਤਾ ਕੋਈ ਵੱਡਾ ਕਰਤਾ ਮੱਥੇ ਤੇ ਕੋਈ ਲਿਖ ਕੇ ਨਹੀਂ ਲਿਆਇਆ ਕਿਸੇ ਦੇ ਠੱਪੇ ਨਹੀਂ ਲੱਗੇ ਇੱਥੇ ਵਿੱਚ ਕਿਹੜੀ ਜਾਤ ਦਾ ਕਿਹੜੀ ਗੋਤ ਦਾ ਕੋਈ ਫਰਕ ਨਹੀਂ ਸੀ ਪਿਆ ਜੇ ਰੱਬ ਲਿਖਦਾ ਏ ਫਿਰ ਤੇ ਬੜਾ ਖਤਰਨਾਕ ਤੇ ਬੜਾ ਕਸੂਰਵਾਰ ਰੱਬ ਹੈ ਕਮਾਲ ਕਰਦਾ ਹਿਸਾਬ ਕਿਤਾਬ ਰੱਖਦਾ ਵੀ ਇਹਨਾਂ ਦਾ ਜੱਟਾਂ ਵਾਲੇ ਪਾਸੇ ਲਿਖਣਾ ਇਹਦਾ ਇਹਦੇ ਵਾਲੇ ਪਾਸੇ ਹੀ ਲਿਖਣਾ ਇਹ ਸਾਰਾ ਕੁਝ ਬੰਦੇ ਦਾ ਲਿਖਿਆ ਅਸੀਂ ਲਿਖਿਆ ਅਸੀਂ ਕਰਦੇ ਹਾਂ ਬੇੜਾ ਬਹਿ ਜਾਂਦਾ ਹੈ ਲੜਕੀ ਨੂੰ ਮਿਲ ਜਾਂਦਾ ਮਾੜਾ ਉਹ ਜਦੋਂ ਸ਼ਰਾਬੀ ਕਬਾਬੀ ਮਿਲ ਜੇ ਕੁੜੀਆਂ ਨੂੰ ਆਮ ਫਿਰ ਪਤਾ ਕੀ ਕਹਿਣਗੇ ਤੇਰੇ ਸੰਯੋਗਾਂ 'ਚ ਇਹ ਲਿਖਿਆ ਧੀਏ ਉਦੋਂ ਤਾਂ ਬਿਸਕੁਟ ਤੂੰ ਝੁਲ ਸਕੇ ਆਇਆ ਸੀ ਜਿੱਦਣ ਪਸੰਦ ਕਰਨ ਗਿਆ ਸੀ ਉਦਣ ਤੇ ਤੇਰਾ ਬੇੜਾ ਬੈਠਾ ਹੈ ਉਦੋਂ ਤੇ ਚੌੜਾ ਹੋ ਕੇ ਮੁੰਡੇ ਨੂੰ ਪਿਆਰ ਦੇਣ ਨਹੀਂ ਸੀ ਜਾਂਦਾ ਜਦੋਂ ਸਗਨ ਪਾਉਣ ਪਾ ਕੇ ਆਇਆ ਬਾਅਦ ਪੁੱਤ ਕੋਈ ਨਹੀਂ ਤੇਰੇ ਕਰਮਾਂ 'ਚ ਇਹ ਲਿਖਿਆ ਹੱਥ ਵੱਡੇ ਇਹੋ ਜਿਹੇ ਬੰਦੇ ਦਾ ਫਿਰ ਵੀ ਆਹ ਪਰੇ ਕਰ ਹੱਥ ਤੂੰ ਮਾਰਦਾ ਗੱਲਾਂ ਲਿਖਿਆ ਤਾਂ ਇਹ ਹੈ ਖੋਜ ਕਿਉਂ ਨਹੀਂ ਕੀਤੀ ਪਸੰਦ ਕਿਉਂ ਨਹੀਂ ਕੀਤਾ ਮੈਂ ਕਹਿੰਦਾ ਬੰਦੇ ਤੋਂ ਗਲਤੀਆਂ ਹੁੰਦੀਆਂ ਹੈ ਜ਼ਿੰਮੇਵਾਰੀਆਂ ਲਓ ਪਿਓ ਹੈ ਜਿਹੜੇ ਮਾਵਾਂ ਜ਼ਿੰਮੇਵਾਰੀਆਂ ਲਓ ਸਾਡੀਆਂ ਗਲਤੀਆਂ ਹੈ ਅਸੀਂ ਗਲਤ ਲੱਭ ਲਿਆ ਰੱਬ ਨੇ ਨਹੀਂ ਲਿਖਿਆ ਤੈਂ ਲਿਖਿਆ ਤੈਂ ਲਿਖਿਆ ਰੱਬ ਨਹੀਂ ਲਿਖਦਾ ਤੁਸੀਂ ਲਿਖਦੇ ਹੋ ਕੁਦਰਤ ਤੇ ਤੂੰ ਜੋ ਲਿਖੇਗਾ ਨਾ ਕੱਲ ਵੀ ਕਿਹਾ ਸੀ ਬੇਰੀ ਸੇਬ ਗੋਲ ਗੋਲ ਬੇਰਾਂ ਵਾਲੀ ਹੈ ਉਹ ਕਹਿੰਦੀ ਓਕੇ ਮੈਂ ਤੇ ਧਰਤੀ ਕਹਿੰਦੀ ਤਾਕਤ ਦੇਣੀ ਕੁਦਰਤ ਕਹਿੰਦੀ ਮੈਂ ਤੇ ਤਾਂ ਵੀ ਪਾਲੂ ਤੇ ਪਿਉਂਦ ਕਰਦੇ ਉਹ ਕਹਿੰਦੀ ਤਾਂ ਵੀ ਪਾਲੂ ਤੇਰੀ ਮਰਜ਼ੀ ਹੈ ਜੇਲ੍ਹ 'ਚ ਚਲਿਆ ਜਾ ਉਹ ਤਾਂ ਵੀ ਪਾਲੂ ਤੂੰ ਕਾਲਜ ਵਿੱਚ ਪੜ ਉਹ ਤਾਂ ਵੀ ਪਾਲੂ ਗਲਤੀਆਂ ਕਰਕੇ ਜੇਲ੍ਹ 'ਚ ਚੱਲ ਉਹ ਤਾਂ ਵੀ ਪਾਲੂ ਅੰਦਰ ਹੈ ਸਾਰਾ ਕੁਝ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਉਹ ਤੇ ਚੱਲ ਰਿਹਾ ਵੇਖਣਾ ਤੈਂ ਹੈ ਇਹਦੀ ਜ਼ਿੰਮੇਵਾਰੀ ਤੈਂ ਚੱਕਣੀ ਹੈ ਅਸੀਂ ਬਣਾਇਆ ਢਾਂਚਾ ਅੱਜ ਕਹਿੰਦੇ ਰੱਬ ਐਂ ਕਰਦਾ ਪਰਮਾਤਮਾ ਐਂ ਕਰਦਾ ਰੱਬ ਇਹ ਦਿਮਾਗ 'ਚ ਬਹਿਣਾ ਕਿਤੇ ਸੌਖਾ ਹੀ ਪਿਆ ਐਡੀ ਛੇਤੀ ਜਿਹੜਾ ਪੁਰਾਣਾ ਦਿਮਾਗ 'ਚ ਵਾੜਿਆ ਵਾੜਿਆ ਕਿਹਨਾਂ ਨੇ ਐ ਸਾਡੇ ਵਰਗਿਆਂ ਨੇ ਸਟੇਜਾਂ ਤੇ ਬਹਿ ਕੇ ਧਾਰਮਿਕ ਸਟੇਜਾਂ ਤੇ ਬਹਿ ਕੇ ਐਦਾਂ ਦੀਆਂ ਸਟੇਜਾਂ ਤੇ ਬਹਿ ਕੇ ਭਰਮ ਨਾ ਕਰੋ ਜੀ ਗੁੱਗੇ ਦੇ ਨਾ ਜਾਓ ਅੱਛਾ ਜੀ ਵਡਭਾਗੀਆਂ ਦੇ ਨਾ ਜਾਓ ਅੱਛਾ ਜੀ ਦਿਆਂ ਨੂੰ ਨਾ ਮੰਨੋ ਅੱਛਾ ਜੀ ਦਰਖਤਾਂ ਨੂੰ ਨਾ ਮੰਨੋ ਅੱਛਾ ਜੀ ਪਰ ਇੱਕ ਰੱਬ ਹੈ ਉਹ ਸਾਰਾ ਕੁਝ ਕਰਦਾ ਉਹਨੂੰ ਮੰਨ ਲਓ ਬਸ ਗੱਲ ਤੇ ਉਹੀ ਹੈ ਬਾਹਰ ਜੋੜਤਾ ਚਾਹੇ ਗੁੱਗੇ ਨਾਲ ਜੋੜ ਦਿਓ ਚਾਹੇ ਰੱਬ ਨਾਲ ਜੋੜ ਦਿਓ ਹੁਣ ਜੇ ਅਗਲੇ ਨੇ ਸਵਾਲ ਪੁੱਛ ਲਿਆ ਵੀ ਸਾਡਾ ਤੇ ਗੁੱਗਾ ਕਰਤਾ ਹੈ ਘੱਟ ਘੱਟ ਚ ਦਿਸਦਾ ਤੂੰ ਕਹਿ ਗੁੱਗਾ ਕਿੱਥੇ ਹੈ ਰੱਬ ਹੈ ਉਹਨੇ ਕਹਿਣਾ ਜੇ ਸਾਡਾ ਗੁੱਗਾ ਨਹੀਂ ਦਿਸਦਾ ਦਿਸਦਾ ਤੇਰਾ ਰੱਬ ਵੀ ਨਹੀਂ ਤੇ ਤੂੰ ਕਹਿ ਅਸੀਂ ਨਹੀਂ ਹੋਏ ਗੁੱਗੇ ਨੂੰ ਮੰਨਦੇ ਸਾਡੀ ਕਿਹੜਾ ਗੁੱਗੇ ਨੇ ਲੱਤ ਤੋੜਤੀ ਤੇ ਅਗਲੇ ਨੇ ਕਹਿਤਾ ਕਾਮਰੇਡ ਰੱਬ ਨੂੰ ਨਹੀਂ ਮੰਨਦੇ ਤੇਰੇ ਰੱਬ ਨੇ ਉਹਨਾਂ ਦੀ ਕਿੰਨੀਆਂ ਕੁ ਲੱਤਾਂ ਤੋੜਤੀਆਂ ਜਵਾਬ ਕੀ ਦੇਵੇਂਗਾ ਜਿਹੜੇ ਬੰਦੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦੀਆਂ ਕਿੰਨੀਆਂ ਕੁ ਲੱਤਾਂ ਤੋੜਤੀਆਂ ਉਹ ਲਾਦਾਂ ਤੇ ਉਹਨਾਂ ਦੇ ਵੀ ਹੁੰਦੀਆਂ ਬੱਚੇ ਤੇ ਉਹਨਾਂ ਦੇ ਵੀ ਹੁੰਦੇ ਐ ਸਾਹ ਤੇ ਉਹਨਾਂ ਦੇ ਵੀ ਚੱਲਦੇ ਐ ਉਹਨਾਂ ਦਾ ਕੀ ਵਿਗੜ ਗਿਆ ਬਲਿਹਾਰੇ ਜਾਓ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਉਸ ਰੱਬ ਨਾਲ ਜੋੜਿਆ ਜਿਹੜਾ ਸਾਡੇ ਹੀ ਵਿੱਚ ਹੈ ਅਸੀਂ ਵੀ ਉਹਦਾ ਰੂਪ ਹਾਂ ਅਸੀਂ ਉਸ ਪਰਿਵਾਰ ਦੇ ਮੈਂਬਰ ਹਾਂ ਜਿਹੜਾ ਸਾਰੇ ਪਾਸੇ ਫੈਲਿਆ ਹੋਇਆ ਹੈ ਅਸੀਂ ਉਹਦੇ ਫੈਲਾਅ ਦਾ ਹਿੱਸਾ ਅਸੀਂ ਉਹਦਾ ਪਾਰਟ ਹਾਂ ਛੋਟਾ ਜਿਹਾ ਅੰਸ ਹਾਂ ਉਹਦਾ ਕਹੋ ਕਬੀਰ ਰਾਮ ਕੀ ਅੰਸ
ਫਿਰ ਦੱਸੇ ਕੋਈ ਸਾਇੰਟਿਸਟ ਇਸ ਗੱਲ ਨੂੰ ਰੱਦ ਕੌਣ ਕਰ ਸਕਦਾ ਹੈ ਜੇ ਘੱਟ ਘੱਟ ਵਿੱਚ ਵਸਿਆ ਤੇ ਠੀਕ ਹੈ ਅਸੀਂ ਉਹਦਾ ਰੂਪ ਹਾਂ ਕਿਹੜਾ ਪੜ੍ਹਿਆ ਲਿਖਿਆ ਬੰਦਾ ਇਹਨੂੰ ਰੱਦ ਕਰਦਾ ਹੈ ਉਹਦੇ ਪੜ੍ਹੇ ਲਿਖੇ ਬਿਗ ਬੈਂਗ ਥਿਊਰੀ ਕਹਿੰਦੇ ਹੀ ਹੈ ਇੱਕ ਬਲਾਸਟ ਹੋਇਆ ਇੱਕ ਐਨਰਜੀ ਹੈ ਇੱਕ ਫੈਲਾਅ ਹੈ ਉਹ ਤੇ ਕਹਿੰਦਾ ਹੀ ਹੈ ਕਿੰਨਾ ਸੌਖਾ ਹੈ ਦੁਨੀਆ ਦੇ ਕਦਮ ਨਾਲ ਕਦਮ ਮਿਲਾਓ ਦੁਨੀਆ ਕਹਿੰਦੀ ਹੈ ਉਹ ਰਸ਼ੀਆ ਵਰਗੇ ਕਹਿੰਦੇ ਹੈ ਰੱਬ ਹੈ ਨਹੀਂ ਉਹਨਾਂ ਨੂੰ ਦੱਸੋ ਗੁਰੂ ਨਾਨਕ ਨੇ ਇਹਨੂੰ ਰੱਬ ਕਿਹਾ ਜਿਹੜੀ ਆ ਫੈਲਿਆ ਹੋਇਆ ਕੁਦਰਤ ਦੇ ਵਿੱਚ ਹੀ ਹੈ ਉਹ ਕਹਿਣਗੇ ਯਾਰ ਇਸ ਰੱਬ ਨੂੰ ਤੇ ਅਸੀਂ ਵੀ ਮੰਨਣ ਨੂੰ ਤਿਆਰ ਹਾਂ ਆਖੋ ਸਤਨਾਮ ਤੁਸੀਂ ਇਹਨੂੰ ਰੱਬ ਕਹਿ ਲਓ ਅਸੀਂ ਇਹਨੂੰ ਉਦਾਂ ਐਨਰਜੀ ਕਹਿ ਦਿੰਦੇ ਹਾਂ ਐਨਰਜੀ ਹੈ ਬਸ ਇੱਕ ਐਟਮਸ ਨੇ ਅਸੀਂ ਮੰਨਦੇ ਹਾਂ ਪਰ ਜੇ ਕੋਈ ਵੱਖਰਾ ਬੈਠਾ ਹੈ ਉਹ ਨਹੀਂ ਅਸੀਂ ਨਹੀਂ ਮੰਨਦੇ ਪਰ ਵੇਖੋ ਕਮਾਲ ਦੀ ਥਿਊਰੀ ਗੁਰੂ ਗ੍ਰੰਥ ਸਾਹਿਬ ਦੇ ਦਿੱਤੀ ਮੈਂ ਤਾਂ ਕਹਿੰਦਾ ਜੀ ਕਰਦਾ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੁੱਕ ਕੇ ਰੱਖੀਏ ਐ ਦੁਨੀਆ ਨੂੰ ਦੱਸੀਏ ਆ ਸਾਡਾ ਇਹਦੇ 'ਚ ਲਿਖਿਆ ਇੱਕ ਦਾ ਫੈਲਾ ਇਹ ਕਹਿੰਦੇ ਆ ਘੱਟ ਘੱਟ ਮੈਂ ਹਰ ਜੂ ਵਸੈ ਇਹ ਕਹਿੰਦੇ ਐ ਸਗਲ ਬਨਸਪਤ ਮਾਹੇ ਬੈਸੰਤਰ ਸਗਲ ਦੂਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਇਹ ਕਹਿੰਦੇ ਆ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਇਹ ਇਹ ਕਹਿੰਦੇ ਆ ਇੱਕ ਦਾ ਫੈਲਾ ਤੇ ਆਪਾਂ ਗਿਆਨ ਦੀ ਜੋਤ ਬਾਲਦੇ ਕਿੱਥੇ ਆ ਜੀ ਹਿੰਮਤ ਕੌਣ ਕਰੂ ਦਲੇਰੀ ਕੌਣ ਕਰੂ ਸੁਣ ਲਿਆ ਪੜ੍ਹ ਲਿਆ ਪਰ ਲਾਗੂ ਕੌਣ ਕਰੂ ਪਰ ਪੜ੍ਹਦੇ ਹਾਂ ਤੇ ਮਨ 'ਚ ਵਸਾਈਏ ਗਿਆਨ ਆ ਗਿਆ ਜੀ ਮੇਰੀ ਜ਼ਿੰਦਗੀ 'ਚ ਮੈਂ ਜ਼ਿੰਦਗੀ 'ਚ ਗਿਆਨ ਦੀ ਜੋਤ ਬਾਲੀ ਮੈਂ ਇਕੱਲਾ ਕਹਿੰਦਾ ਹੀ ਨਹੀਂ ਨਾਮ ਤੇਰੇ ਕੀ ਜੋਤ ਲਗਾਈ ਨਾਮ ਤੇਰੇ ਜੋਤ ਲਗਾਈ ਬੋਲੋ ਨਾਮ ਜੋਤ ਗੱਜ ਕੇ ਗੱਜ ਕੇ ਕੀ ਜੋਤ ਤੇ ਜੇ ਬਲ ਗਿਆ ਨਾ ਦੀਵਾ ਲੋਹਣ ਆ ਸ਼ਬਦ ਸੁਣੋ ਦੀਵਾ ਬਲੈ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ ਕਹਿਣਾ ਸਾਰਿਆਂ ਨੇ ਆ ਵੀ ਦੀਵਾ ਬਲ ਗਿਆ ਗਿਆਨ ਦਾ ਚਾਨਣ ਜੋਤ ਕਾਦੀ ਗਿਆਨ ਦੀ ਤੇ ਮੇਰੀਆਂ ਕਿੰਨੀਆਂ ਭੈਣਾਂ ਨੇ ਇਹਨਾਂ ਨੇ ਫੇਰ ਕਹਿਣਾ ਬਾਬਾ ਰਸੂਜੂ ਜੇ ਬਾਬੇ ਦਾ ਦੀਵਾ ਨਾ ਜਗਾਇਆ ਕੋਈ ਕਿਸੇ ਦੀ ਜੋਤ ਬਾਲਦਾ ਕੋਈ ਕਿਸੇ ਦੀ ਜੋਤ ਬਾਲਦਾ ਤੇ 2-2 ਕਿਲੋ ਘਿਓ ਮਹੀਨੇ ਦਾ ਫੂਕ ਦਿੰਦੀਆਂ ਕਈ ਅਖੇ ਜੀ ਬਾਬੇ ਦੀ ਜੋਤ ਲਾਉਂਦੀਆਂ ਸੀ ਅੱਜ ਕੱਲ੍ਹ ਚੰਨ ਅੱਗੇ ਚਾਨਣ ਵਾਸਤੇ ਲੋਕੀ ਦੀਵੇ ਬਾਲਦੇ ਸੀ ਪਰ ਅੱਜ ਦੀਵਿਆਂ ਦੀ ਲੋੜ ਹੈ ਕਿਤੇ ਅੱਜ ਕੱਲ੍ਹ ਤੇ ਆ ਲਾਈਟਾਂ ਆ ਗਈਆਂ ਐਡੀਆਂ ਐਡੀਆਂ ਵੱਡੀਆਂ ਤੇ ਜੇ 2 ਕਿਲੋ ਘਿਓ ਕੋਈ ਬੀਬੀ ਬਾਲੇ ਮਹੀਨੇ ਦਾ ਉਹੀ ਕਿਸੇ ਬੱਚੇ ਵਾਲੀ ਬੀਬੀ ਜਾਪੇ ਵਾਲੀ ਬੀਬੀ ਨੂੰ ਪ੍ਰੈਗਨੈਂਟ ਬੀਬੀ ਨੂੰ ਦਵੇ ਜਿਹਦੇ ਬੱਚਾ ਹੋਣ ਵਾਲਾ ਹੋਵੇ ਸਭ ਮੈਂ ਜੋਤ ਜੋਤ ਹੈ ਸੋਏ ਜਦੋਂ ਉਹਨੇ ਘਿਓ ਖਾਣਾ ਹੈ ਤੇ ਕਿੰਨੀਆਂ ਅਸੀਸਾਂ ਦੇਣੀਆਂ ਪਰ ਲੋਕ ਸਾੜ ਦੇਣਗੇ ਘਿਓ ਦਿੰਦੇ ਨਹੀਂ ਕਿਸੇ ਨੂੰ ਕਿਸੇ ਨੇ ਦੱਸਿਆ ਵਹਿਮ ਪਾਇਆ ਦਿਮਾਗ 'ਚ ਵਾੜਿਆ ਵੀ ਤੈਂ ਜੋਤ ਬਾਲਣੀ ਬਾਲਣੀ ਹੈ ਜੋਤ ਲਾਣੀ ਲਾਣੀ ਹੈ ਕਹਿਣਾ ਸੌਖਾ ਜ਼ਿੰਦਗੀ 'ਚ ਲਾਗੂ ਕਰਨਾ ਬਹੁਤ ਔਖਾ ਹੈ
ਪਰ ਵੇਖੋ ਜੇ ਆ ਗਿਆਨ ਦਾ ਦੀਵਾ ਬਲੇ ਹਨੇਰਾ ਖਤਮ ਲੋ ਪੜੀਏ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਬੇਦ ਪਾਠ ਮਤ ਪਾਪਾਂ ਖਾਏ ਦੀਵਾ ਭਲੇ ਅੰਧੇਰਾ ਜਾਏ ਦੀਵਾ ਭਲੇ ਅੰਧੇਰਾ ਜਾਏ ਪੜੋ ਪੜੋ ਦੀਵਾ ਭਲੇ ਬੋਲੋ ਗੱਜ ਕੇ ਭਲੇ ਅੰਧੇਰਾ ਜਾਏ ਵੇਦ ਪਾਠ ਵੇਦ ਮਤਲਬ ਧਾਰਮਿਕ ਗ੍ਰੰਥ ਧਾਰਮਿਕ ਗ੍ਰੰਥਾਂ ਤੋਂ ਲੈ ਕੇ ਮਤ ਲੈ ਕੇ ਕਹਿੰਦੇ ਧਾਰਮਿਕ ਗ੍ਰੰਥ ਉਹਨਾਂ ਤੋਂ ਮਤ ਲਵੇ ਬੰਦਾ ਤੇ ਪਾਪ ਖਤਮ ਕਰੇ ਪਾਪ ਕੀ ਹੁੰਦੇ ਐ ਭੈੜੇ ਕੰਮ ਭੈੜੀ ਸੋਚ ਭੈੜੀ ਸੋਚ ਭੈੜੇ ਕੰਮ ਆਪਣੇ ਖਤਮ ਕਰ ਦੇਵੇ ਪਾਪ ਖਤਮ ਹੋ ਗਏ ਭੈੜੀ ਸੋਚ ਖਤਮ ਹੋ ਗਈ ਧਾਰਮਿਕ ਗ੍ਰੰਥਾਂ ਦਾ ਗਿਆਨ ਲੈ ਕੇ ਆਪਣੀ ਭੈੜੀ ਸੋਚ ਖਤਮ ਕਰੇ ਪਰ ਅਗਲਾ ਧਾਰਮਿਕ ਗ੍ਰੰਥਾਂ ਦਾ ਜੇ ਅਸੀਂ ਪਾਠ ਵੀ ਕਰਦੇ ਹਾਂ ਉਹ ਵੀ ਧੰਦਾ ਹੈ ਅੱਗੇ ਅੱਗੇ ਸਮਝ ਆ ਜਾਣੀ ਹੈ ਲੋ ਪੜੋ ਉਗੋਵੇਂ ਸੂਰ ਨਾ ਜਾ ਪਹਿਚੰਦ ਨਾ ਜਾ ਪਹਿਚੰਦ ਜਹ ਗਿਆਨ ਪਰਗਾਸ ਗਿਆਨ ਮਿਟੰਤ ਜਹ ਗਿਆਨ ਪਰਗਾਸ ਅਗਿਆਨ ਮਿਟੰਤ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ ਜੀ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਸੰਸਾਰ ਕੀ ਕਾਰ ਰੁਕੋ ਹੁਣ ਇੱਥੇ ਰੁਕ ਜਿਓ ਵੇਦ ਪਾਠ ਸੰਸਾਰ ਕੀ ਕਾਰ ਸੰਸਾਰ ਦੀ ਕਾਰ ਮਤਲਬ ਧਿਆਨ ਨਾਲ ਸੁਣਿਆ ਧਾਰਮਿਕ ਵੀਰੋ ਜਿਹੜੇ ਖੜੇ ਹੋ ਤੁਸੀਂ ਬਹਿ ਜਾਓ ਜਿਹੜੇ ਆ ਵਿੱਚ ਵਿਚਾਲੇ ਜੇ ਤੁਸੀਂ ਕਿੱਧਰ ਨੂੰ ਆ ਗਏ ਜਿੱਥੇ ਖੜੇ ਹੋ ਇੱਥੇ ਬਹਿ ਜਾਓ ਪਹਿਰੇਦਾਰ ਪਤਾ ਨਹੀਂ ਕਿੱਥੇ ਨੇ ਜਿਹੜੇ ਪਿੱਛੇ ਵਾਲੇ ਵੀਰ ਹੈ ਕੰਟਰੋਲ ਰੱਖੋ ਜੇ ਕੋਈ ਸੰਗਤ ਏਦਾਂ ਵਿੱਚ ਫਿਰ ਹਿਲਜੁਲ ਹੋਣੀ ਇੱਧਰ ਸੁਣਿਓ ਬਈ ਵੇਦ ਪਾਠ ਸੰਸਾਰ ਕੀ ਕਾਰ ਹੈ ਸੰਸਾਰ ਦੀ ਕਾਰ ਮਤਲਬ ਕੰਮ ਇੱਧਰ ਸੁਣੋ ਧਾਰਮਿਕ ਗ੍ਰੰਥਾਂ ਚੋਂ ਕਹਿੰਦੇ ਗਿਆਨ ਲਵੇ ਵੇਦ ਪਾਠ ਮਤ ਪਾਪਾਂ ਖਾਏ ਮਤ ਲੈ ਕੇ ਆਪਣੀ ਸੋਚ ਮਾੜੀ ਸੋਚ ਖਤਮ ਕਰੇ ਪਰ ਕਹਿੰਦੇ ਕੰਮ ਉਲਟ ਹੋ ਗਿਆ ਕਹਿੰਦੇ ਧਾਰਮਿਕ ਗ੍ਰੰਥਾਂ ਦਾ ਜਿਹੜਾ ਪਾਠ ਹੈ ਇਹ ਕਾਰ ਮਤਲਬ ਕੰਮ ਕਹਿੰਦੇ ਧਾਰਮਿਕ ਗ੍ਰੰਥਾਂ ਦਾ ਪਾਠ ਧੰਦਾ ਬਣ ਗਿਆ ਧੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਸੁਣੋ ਕਹਿੰਦੇ ਅਕਲ ਲੈ ਕੇ ਜ਼ਿੰਦਗੀ ਬਦਲੇ ਧਾਰਮਿਕ ਗ੍ਰੰਥਾਂ ਤੋਂ ਅਕਲ ਲੈ ਕੇ ਜ਼ਿੰਦਗੀ ਬਦਲੇ ਤੂੰ ਗੀਤਾ ਪੜ੍ਹ ਲੈਂਦਾ ਤੂੰ ਜਿਹੜੇ ਵੀ ਧਾਰਮਿਕ ਗ੍ਰੰਥ ਜਿਹੜੇ ਵੀ ਹਿੰਦੂ ਧਰਮ ਆਪਣਾ ਗ੍ਰੰਥ ਪੜ੍ਹਦੇ ਕੋਈ ਪੁਰਾਣ ਪੜ੍ਹਦਾ ਕੋਈ ਵੇਦ ਪੜ੍ਹਦਾ ਕੋਈ ਕੁਰਾਨ ਪੜ੍ਹਦਾ ਕਹਿੰਦੇ ਲੋਕਾਂ ਨੇ ਧਾਰਮਿਕ ਗ੍ਰੰਥਾਂ ਤੋਂ ਅਕਲ ਲੈਣ ਵਾਲਾ ਕੰਮ ਨਹੀਂ ਕੀਤਾ ਕਹਿੰਦੇ ਧਾਰਮਿਕ ਗ੍ਰੰਥ ਬਣ ਗਏ ਸੰਸਾਰ ਦੀ ਕਾਰ ਧੰਦਾ ਪਾਠ ਬਣ ਗਏ ਧੰਦਾ
ਇਹ ਕਹਿ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਪਾਠ ਬਣ ਗਏ ਧੰਦਾ ਪਰ ਇਹ ਨਹੀਂ ਪਤਾ ਵੀ ਅਸੀਂ ਚਲੇ ਜਾਣਾ ਹੈ 5.5-600 ਵਾਹਿਗੁਰੂ 450 ਸਾਲ ਲੰਘਣ ਤੋਂ ਬਾਅਦ ਆ ਜਿਹੜੇ ਸ਼ਬਦ ਅਸੀਂ ਲਿਖ ਕੇ ਗਏ ਆ ਇਹਨਾਂ ਨੇ ਇਹਦਾ ਵੀ ਧੰਦਾ ਹੀ ਸ਼ੁਰੂ ਕਰ ਲੈਣਾ ਆ ਆਖੋ ਸਤਨਾਮ ਇਹਨਾਂ ਨੇ ਵੀ ਧੰਦਾ ਹੀ ਸ਼ੁਰੂ ਕਰ ਲੈਣਾ ਗੁਰੂ ਸਾਹਿਬ ਤੋਂ ਪਹਿਲਾਂ ਧਾਰਮਿਕ ਗ੍ਰੰਥਾਂ ਦੇ ਪਾਠ ਕਰਨ ਦਾ ਧੰਦਾ ਚੱਲ ਪਿਆ ਹੈ ਧੰਦਾ ਚੱਲ ਪਿਆ ਹੁਣ ਚੱਲਦਾ ਕੀ ਹੈ ਸਾਡੇ ਸਾਰੇ ਪਾਸੇ ਕੀ ਚੱਲਦਾ ਹੈ ਪਾਠ ਬਹੁਤ ਜ਼ਰੂਰੀ ਹੈ ਪਾਠ ਕਰਾ ਲਓ 11,000 ਰੁਪਈਆ ਦਿੱਤਾ ਸੁਣਦੀਆਂ ਕੰਧਾਂ ਹੀ ਨੇ ਆਖੋ ਸਤਨਾਮ ਸੁਣਦਾ ਕੋਈ ਵੀ ਨਹੀਂ ਪਾਠ ਸਾਡੇ ਧੰਦਾ ਬਣ ਗਿਆ ਧਾਰਮਿਕ ਗ੍ਰੰਥਾਂ ਦਾ ਪਾਠ ਧੰਦਾ ਬਣਾ ਲਿਆ ਲੋਕਾਂ ਨੇ ਤੇ ਅੱਜ ਧੰਦਾ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲਦਾ ਭਾਈ ਤੁਸੀਂ ਗਿਆਨ ਲੈਂਦੇ ਸਮਝ ਲੈਂਦੇ ਕੋਈ ਮਾੜੀ ਨਹੀਂ ਸੀ ਪਰ ਅੱਜ ਧੰਦਾ ਤੇ ਮੈਂ ਬੇਨਤੀ ਕਿੰਨੀ ਵਾਰੀ ਸਟੇਜ ਤੇ ਕਰਦਾ ਹੁੰਦਾ ਪਿੱਛੇ ਵੀ ਅਰਜ਼ ਕੀਤੀ ਸੀ ਐਦਾਂ ਨਾ ਜੀ 100-100 ਪਾਠ ਰੱਖਿਆ 100 ਪਾਠ ਤੇ ਗੁਰੂ 100 ਹੈ ਕਿ 1 ਗੱਜ ਕੇ 100 ਹੈ ਕਿ 1 ਤੇ ਫਿਰ ਇੱਕ ਪ੍ਰਕਾਸ਼ ਕਰੋ 100 ਜਣਾ ਬਹਿ ਕੇ ਸੁਣੇ ਇੱਕ ਪਾਠੀ ਪਾਠ ਕਰੇ 100 ਬੰਦਾ ਬਹਿ ਕੇ ਸੁਣੇ ਹੁਣ ਬਣਿਆ ਪਿਆ ਧੰਦਾ 100 ਬੰਦਾ ਬਦਲੇ ਨਾਲ ਹੀ ਪਾਠੀ ਬਦਲੇ ਜੇ ਪਾਠੀ ਬਦਲੇ ਅੱਗੇ ਵਾਲਾ ਵੀ 100 ਬਦਲੇ ਕਿੱਡੀ ਟੌਰ ਬਣਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਬੋਲਦੇ ਆ ਰਾਤ ਦੇ 12 ਵਜੇ ਵੀ ਬੰਦੇ ਬਹਿ ਕੇ ਸੁਣਦੇ ਆ ਹੁਣ ਪਾਠੀ 100-100 ਪਾਠ ਕਰਨ ਵਾਲਾ ਹੁੰਦਾ ਹੈ ਤੇ ਸੁਣਨ ਵਾਲਾ ਇੱਕ ਵੀ ਨਹੀਂ 100 ਬੰਦਾ ਪਾਠ ਕਰਦਾ ਗੋਰਾ ਲਿਆਓ ਕੋਈ ਆ ਜਾ ਤੈਨੂੰ ਵਿਖਾਈਏ ਪਹਿਲਾਂ ਜਦੋਂ ਅੰਦਰ ਵਾੜੋਗੇ ਆ ਵੀ ਗੁਰੂ ਗ੍ਰੰਥ ਸਾਹਿਬ ਆ ਵੀ ਉਹ ਕਹੂਗਾ ਤੁਹਾਡੇ ਗੁਰੂ 100 ਹੈ ਕਿ 1 ਆਪਾਂ ਕਹਾਂਗੇ 1 ਉਹ ਕਹੇਗਾ 100 ਕਿਉਂ ਪ੍ਰਕਾਸ਼ ਕੀਤਾ ਫਿਰ 1 ਕਰੋ ਫਿਰ ਰਾਤ ਦੇ 12 ਵਜੇ ਵੇਖੇ ਵੀ 100 ਪਾਠੀ ਪਾਠ ਕਰਦਾ ਸੁਣਨ ਵਾਲੇ ਤੇ 6-7 ਬੰਦੇ ਵੀ ਨਹੀਂ ਇੱਥੇ ਸੇਵਾਦਾਰ ਉਹ ਵੀ ਧੂਫ ਲਾਉਣ ਵਾਲੇ ਐ ਫਿਰ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਕਿ ਸਤਿਕਾਰ ਹੈ ਬੋਲਣਾ ਜੀ ਬੇਅਦਬੀ ਹੈ ਕਿ ਸਤਿਕਾਰ ਹੈ ਬੇਅਦਬੀ ਤੇ ਇੱਕ ਬੰਦਾ ਪਾਠ ਕਰਦਾ ਹੋਵੇ 100 ਬੈਠਾ ਸੁਣਦਾ ਹੋਵੇ ਇਹਦੇ 'ਚ ਸਤਿਕਾਰ ਹੈ ਕਿ ਬੇਅਦਬੀ ਗੱਜ ਕੇ ਸਤਿਕਾਰ ਹੋ ਕੀ ਰਹੀ ਹੈ ਬੇਅਦਬੀ ਕਰਵਾ ਕੌਣ ਰਿਹਾ ਹੈ ਬਹੁਤੇ ਬਾਬੇ ਵਿੱਚ ਹੀ ਸਾਡੀ ਸ਼੍ਰੋਮਣੀ ਕਮੇਟੀ ਇੱਕ ਸਰੂਪ ਨੂੰ ਤੇ ਐ ਪ੍ਰਕਾਸ਼ ਕਰਨਗੇ ਤੇ ਬਾਕੀ ਦੇ ਸਰੂਪ ਦਾ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਲੈ ਜਾਂਦੇ ਨੇ ਕਦੋਂ ਛੱਡ ਆਉਂਦੇ ਨੇ ਬਾਕੀਆਂ ਨੂੰ ਵੇਖਦੇ ਵੀ ਨਹੀਂ ਆਖੋ ਸਤਨਾਮ ਵਾਹ ਓਏ ਧੰਦੇ ਵਾਲਿਓ ਇਹਨੂੰ ਧੰਦਾ ਕਹਿੰਦੇ ਆ ਇਹਨੂੰ ਬਿਜ਼ਨਸ ਕਹਿੰਦੇ ਆ ਸੈਂਕੜੇ ਪਾਠ ਚੱਲਦੇ ਆ ਬਾਕੀ ਦੇ ਕਮਰਿਆਂ ਕੰਨੀ ਕੋਈ ਵੇਖਦਾ ਵੀ ਨਹੀਂ ਜਾਂ ਤੁਹਾਨੂੰ ਇਹ ਕਹਿਣਾ ਪੈਣਾ ਹੈ ਵੀ ਇਹ ਗੁਰੂ ਘੱਟ ਹੈ ਤੇ ਉਹ ਗੁਰੂ ਬੋਲੋ ਬੋਲੋ ਇੱਕ ਗੁਰੂ ਵੱਧ ਹੈ ਇੱਕ ਗੁਰੂ ਘੱਟ ਹੈ ਮੰਨ ਸਕਦੇ ਆ ਇਹ ਗਿਆਨ ਦੇ ਵਿੱਚ ਫਰਕ ਹੈ ਜਿਹੜਾ ਇੱਥੇ ਪ੍ਰਕਾਸ਼ ਹੈ ਇਹ ਵੀ ਗਿਆਨ ਉਹੀ ਦੇ ਰਹੇ ਆ ਫਰਕ ਮੰਨਦੇ ਹੋ ਕੋਈ ਘੱਟ ਵੱਧ ਕਦੋਂ ਹੋ ਗਿਆ ਮਹਾਨਤਾ ਕਦੋਂ ਤੋਂ ਘਟ ਗਈ ਇੱਕ ਥਾਂ ਤੇ ਅਗਲਾ ਚੌਰ ਕਰਨ ਨੂੰ ਤਰਸਦਾ ਹੈ ਮੋਢੇ ਲਾਉਣ ਨੂੰ ਤਰਸਦਾ ਹੈ ਤੇ ਦੂਜੇ ਥਾਂ ਉੱਤੇ ਅਗਲਾ ਨੇੜੇ ਵੀ ਨਹੀਂ ਜਾਂਦਾ ਵੇਖਦਾ ਵੀ ਨਹੀਂ ਜਾ ਕੇ ਇਹ ਦਿਮਾਗ 'ਚ ਕਿੰਨੇ ਮਾੜਿਆ ਪੁਜਾਰੀ ਨੇ ਕਿਉਂਕਿ ਜਿੱਡਾ ਵੱਡਾ ਗੱਲਾਂ ਸੁਣੋ ਇੱਧਰ ਧਿਆਨ ਨਾਲ ਜਿੱਡੀਆਂ ਵੱਡੀਆਂ ਗੱਲਾਂ ਕਰੂ ਨੋਟ ਵੀ ਤੇਰੀ ਜੇਬ 'ਚੋਂ ਉੱਡਾ ਹੀ ਵੱਡਾ ਨਿਕਲੂ ਮੇਰੀ ਧਿਆਨ ਨਾਲ ਸੁਣਿਓ ਪਿੰਡ ਵਾਲੇ ਗੁਰਦੁਆਰੇ ਜਿੱਡਾ ਨੋਟ ਨਿਕਲਦਾ ਹੈ ਵੱਡੇ ਸਾਰੇ ਇਤਿਹਾਸਕ ਸਥਾਨ ਤੇ ਜਾ ਕੇ ਉੱਡਾ ਹੀ ਨੋਟ ਨਿਕਲਦਾ ਕਿ ਵੱਡਾ ਕੱਢਦਾ ਹੈ ਅਗਲੇ ਨੂੰ ਪਤਾ ਹੈ ਦਿਮਾਗ 'ਚ ਬਿਠਾਇਆ ਧੰਦਾ ਪੰਜ ਪਿਆਰਿਆਂ ਨੇ ਸਟੇਜ 'ਤੇ ਆਉਣਾ ਹੈ ਥੋੜ੍ਹਾ ਜਿਹਾ ਰਾਹ ਜਿਹੜੇ ਬੈਠੇ ਹੋ ਅੱਗੇ ਵਾਲੇ ਖੜੇ ਨਾ ਹੋਇਓ ਬਸ ਇੱਥੇ ਹੀ ਪਹਿਰੇਦਾਰੋ ਜਰਾ ਖਿੱਚ ਸੁਣੋ ਪਹਿਰੇਦਾਰੋ ਵੀਰੋ ਪਹਿਰੇਦਾਰੋ ਇੱਧਰ ਸੁਣਿਓ ਜਰਾ ਪਹਿਰੇਦਾਰ ਜਿਹੜੇ ਧੱਕੇ ਨਾਲ ਨਾ ਕਰੋ ਮੈਂ ਇੱਥੋਂ ਹੀ ਕਹਿੰਦਾ ਵੇਖੋ ਤੁਸੀਂ ਨਾ ਕਰੋ ਮੈਂ ਇੱਥੋਂ ਹੀ ਕਹਿੰਦਾ ਰੁਕ ਜਿਓ ਥੋੜ੍ਹਾ ਥੋੜ੍ਹਾ ਰਾਹ ਬਣਾਓ ਜਿੱਥੇ ਬੈਠੇ ਹੋ ਡੰਡੀ ਜੀ ਬਣਾ ਲਓ ਇੱਕ ਪੂਰੀ ਰਾਹ ਬੀਬੀਓ ਥੋੜ੍ਹਾ ਬੀਬੀਆਂ ਵਾਲੇ ਪਾਸੇ ਨੂੰ ਹੋਵੋ ਥੋੜ੍ਹੇ ਥੋੜ੍ਹੇ ਸਿੰਘ ਸਿੰਘਾਂ ਵਾਲੇ ਪਾਸੇ ਨੂੰ ਹੋ ਜਾਓ ਥੋੜ੍ਹਾ ਥੋੜ੍ਹਾ ਰਾਹ ਬਣਾਓ ਵਿੱਚ ਦੀ ਪੰਜ ਪਿਆਰਿਆਂ ਨੇ ਆਉਣਾ ਥੋੜ੍ਹਾ ਰਾਹ ਬਣਾਓ ਆਪਣੇ ਆਪ ਬਣਾਓ ਜਿਹੜੀ ਸੰਗਤ ਨੇ ਅੰਮ੍ਰਿਤ ਛਕਿਆ ਹੈ ਪੰਜ ਪਿਆਰੇ ਆਓ ਸਾਰਿਆਂ ਨੂੰ ਜੀ ਆਇਆਂ ਨੂੰ ਕਹੀਏ ਬੇਨਤੀ ਹੈ ਜੀ ਬੇਨਤੀ ਹੈ ਟਿਕਾ ਬਣਾ ਕੇ ਰੱਖਿਓ
ਆ ਰਾਹ ਬਣ ਗਿਆ ਬਸ ਠੀਕ ਹੈ ਹੁਣ ਨਾ ਹਿੱਲ ਜੁਲ ਕਰੇ ਬਾਕੀ ਜਿਹੜੀ ਆਉਣ ਵਾਲੀ ਸੰਗਤ ਹੈ ਰਾਹ ਦੇ ਵਿੱਚ ਹੀ ਅੰਮ੍ਰਿਤ ਛੱਕ ਕੇ ਜਿਹੜੇ ਆਉਣ ਪਿੱਛੇ ਹੀ ਬਹਿਣਾ ਪੈਣਾ ਹੁਣ ਆ ਜਿਹੜਾ ਰਾਹ ਬਣਿਆ ਰਾਹ ਦੇ ਵਿੱਚ ਹੀ ਜਿਵੇਂ ਜਿਵੇਂ ਅੰਮ੍ਰਿਤ ਛੱਕ ਕੇ ਆ ਰਹੇ ਹੋ ਇੱਥੇ ਰਸਤੇ ਦੇ ਵਿੱਚ ਹੀ ਬੈਠ ਜਾਏ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜਾਂ ਦੇ ਬਾਜਾਂ ਵਾਲੇ ਦੀ ਲੱਗੇ ਖੰਡੇ ਕੇਸਰੀ ਬਾਣਾ ਫੌਜਾਂ ਦੇ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜਾਂ ਦੇ ਬਾਜਾਂ ਵਾਲੇ ਦੀ ਬਹਿਜੋ 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 ਤੇ ਕੇਸਰੀ ਬਾਣਾ ਖੰਡੇ ਤੇ ਕੇਸਰੀ ਬਾਣਾ ਫੌਜਾਂ ਦੇ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜਾਂ ਦੇ ਬਾਜਾਂ ਵਾਲੇ ਦੀ ਅੱਗੇ ਅੱਗੇ ਜਗ੍ਹਾ ਬਹੁਤੀ ਨਹੀਂ ਜਿਹੜੇ ਰਾਹ 'ਚ ਆ ਰਹੇ ਹੋ ਉਮਰ ਛੱਡ ਕੇ ਇੱਥੇ ਹੀ ਬਹਿ ਜਾਓ ਇੱਥੇ ਹੀ ਰਾਹ 'ਚ ਹੀ ਬੀਬੀ ਉਹ ਅੱਗੇ ਜਗ੍ਹਾ ਹੈ ਨਹੀਂ ਇੱਥੇ ਜਿੱਥੇ ਖੜੇ ਹੋ ਇੱਥੇ ਹੀ ਬਹਿਣਾ ਪੈਣਾ ਅੰਮ੍ਰਿਤ ਛੱਕ ਕੇ ਆਉਣ ਵਾਲੇ ਹੋ ਉਹ ਜਿਹੜੇ ਪਿੱਛੇ ਹੋ ਇੱਥੇ ਹੀ ਬੈਠੋ ਅੱਗੇ ਜਗ੍ਹਾ ਹੈ ਨਹੀਂ ਲੱਗੇ ਖੰਡੇ ਤੇ ਕੇਸਰੀ ਬਾਣਾ ਕੇਸਰੀ ਬਾਣਾ ਬਾਜਾਂ ਵਾਲੇ ਕੇਸਰੀ ਬਾਣਾ ਆਜਿਆ ਗਈ ਬਾਜਾਂ ਵਾਲੇ ਲੱਗੇ ਖੰਡੇ ਤੇ ਕੇਸਰੀ ਬਾਣਾ ਆਜਿਆ ਗਈ ਬਾਜਾਂ ਵਾਲੇ ਲੱਗੇ ਖੰਡੇ ਤੇ ਕੇਸਰੀ ਬਾਣਾ ਆਜਿਆ ਗਈ ਬਾਜਾਂ ਵਾਲੇ ਕੇਸਰੀ ਬਾਣਾ ਫੌਜ ਆ ਗਈ ਬਾਜਾਂ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਾਣਾ ਫੌਜ ਆ ਗਈ ਬਾਜਾਂ ਵਾਲੇ ਦੀ ਹੋ ਜੀ ਆਇਆਂ ਨੂੰ 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 ਸੰਚਾਰ ਦੀ ਖੁਸ਼ੀ ਏ ਹੋਣਾ ਹੀ ਚਾਹੀਦਾ ਹੈ ਜਿਹੜਾ ਬੰਦਾ ਨਾ ਸੱਚੀ ਸਿੱਖ ਕੌਮ ਨਾਲ ਦਰਦ ਰੱਖਦਾ ਉਹ ਤੇ ਖੁਸ਼ ਹੁੰਦਾ ਹੀ ਹੁੰਦਾ ਕਿਉਂ ਐਡੀ ਵੱਡੀ ਗਿਣਤੀ ਦੇ ਵਿੱਚ 75% ਨੌਜਵਾਨ ਬੈਠੇ ਆ ਇਹ ਖੁਸ਼ੀ ਵਾਲੀ ਗੱਲ ਨਹੀਂ ਵੇਖੋ ਜਿੱਥੇ ਤੱਕ ਦਿਸਦਾ ਦੂਰ ਤੱਕ ਸੰਗਤ ਨਜ਼ਰ ਆਉਂਦੀ ਹੈ ਕੋਈ ਅੰਤ ਨਹੀਂ ਕਿੱਥੇ ਤੱਕ ਬੈਠੇ
ਉਹਦੇ ਵਿੱਚ 75% ਨੌਜਵਾਨ ਤੇ ਨੌਜਵਾਨੀ ਸਤਸੰਗਾਂ 'ਚ ਅੱਜ ਕੱਲ੍ਹ ਕਿੱਥੇ ਬਹਿੰਦੀ ਗੁਰੂ ਗ੍ਰੰਥ ਸਾਹਿਬ ਕੋਲ ਤੇ ਇੱਥੇ ਇਸ ਕਰਕੇ ਨਹੀਂ ਆਏ ਵੀ ਬਾਬੇ ਨੇ ਆਸ਼ੀਰਵਾਦ ਦੇ ਦੇਣਾ ਤੇ ਵੀਜ਼ੇ ਲੱਗ ਜਾਣੇ ਆ ਲਾਲਚ ਕਰਕੇ ਨਹੀਂ ਆਏ ਸਾਡਾ ਬਾਬਾ ਤੇ ਜ਼ਿੰਮੇਵਾਰੀ ਪਾਉਂਦਾ ਲੱਤਾਂ ਤੇ ਭਾਰ ਪਾਉਂਦਾ ਪਿਆਰਿਓ ਕਰਨਾ ਤੁਹਾਨੂੰ ਆਪ ਪੈਣਾ ਹੈ ਪਾਸ ਹੋਣਾ ਤੁਹਾਨੂੰ ਆਪ ਪੈਣਾ ਹੈ ਫਸਲਾਂ ਬੀਜੋਗੇ ਤੇ ਝਾੜ ਲੱਗਣਗੇ ਤੇ ਇਹ ਵਿਚਾਰਧਾਰਾ ਜਿਹੜੀ ਕਿ ਜ਼ਿੰਮੇਵਾਰ ਬਣਾਉਂਦੀ ਹੈ ਫਰਜ਼ ਸਿਖਾਉਂਦੀ ਹੈ ਇਹ ਵਿਚਾਰਧਾਰਾ ਜਿਹੜੀ ਸਮਾਜ ਨੂੰ ਸੋਹਣਾ ਬਣਾ ਸਕਦੀ ਹੈ ਵਿਹਲੜਾਂ ਨੂੰ ਕੰਮ ਦੇ ਬਣਾ ਸਕਦੀ ਹੈ ਨਿਕੰਮੇ ਕਮਾਲ ਦੇ ਬਣ ਸਕਦੇ ਹੈ ਇਹਨੂੰ ਸੁਣਨ ਵਾਸਤੇ ਇੱਥੇ ਇੰਨੇ ਬੰਦੇ ਬਹਿ ਜਾਣ ਉਹ ਵੀ ਨੌਜਵਾਨ ਇਹ ਖੁਸ਼ੀ ਨਹੀਂ ਤੇ ਹੋਰ ਕੀ ਹੈ ਇਹਤੋਂ ਵੱਧ ਖੁਸ਼ੀ ਹੋਰ ਕਿਸ ਗੱਲ ਦੀ ਹੋਏਗੀ ਬਈ ਇਹ ਕੋਈ ਜਾਦੂ ਟੂਣਿਆਂ ਨੂੰ ਮੰਨਣ ਵਾਲੇ ਮੈਜਿਕ ਨੂੰ ਨਹੀਂ ਲੌਜਿਕ ਸੁਣਦੇ ਮੈਜਿਕ ਨਹੀਂ ਲੌਜਿਕ ਤੇ ਅੱਜ ਬਾਬਿਆਂ ਨੂੰ ਸਮਝ ਜਾਣਾ ਚਾਹੀਦਾ ਆ ਇਕੱਠਾਂ ਨੂੰ ਵੇਖ ਕੇ ਵੀ ਲੋਕੀ ਹੁਣ ਮੈਜਿਕ ਨਹੀਂ ਮੰਨਣਗੇ ਲੌਜਿਕ ਵਾਲੀ ਗੱਲ ਕਰਨੀ ਪਏਗੀ ਚਾਹੇ ਅੱਜ ਕਰ ਲਓ ਚਾਹੇ ਕੱਲ ਕਰ ਲਓ ਜਾਦੂਗਰਾਣੀਆਂ ਗੱਲਾਂ ਕਰਨੀਆਂ ਬੰਦ ਕਰੋ ਜਾਦੂਗਰਾਣੀਆਂ ਗੱਲਾਂ ਕਰਨੀਆਂ ਬੰਦ ਕਰੋ ਲੌਜਿਕ ਦੀ ਗੱਲ ਕਰੋ ਦਲੀਲ ਦੀ ਗੱਲ ਕਰੋ ਜਿਹਦੇ ਨਾਲ ਦਿਮਾਗ ਖੁੱਲੇ ਆਪ ਸਾਡਾ ਦਿਮਾਗ ਖੁੱਲੇ ਪਰਸਨੈਲਿਟੀ ਡਿਵੈਲਪ ਹੋਵੇ ਉਹ ਗੱਲ ਕਰੀਏ ਇੱਥੋਂ ਪਤਾ ਲੱਗਦਾ ਨੌਜਵਾਨ ਸੁਣਨਾ ਤੇ ਚਾਹੁੰਦੇ ਨੇ ਸੁਣਨਗੇ ਜ਼ਰੂਰ ਪਰ ਜੇ ਕੋਈ ਇਹਨਾਂ ਨੂੰ ਸੁਣਾਏ ਸਮਝਣਗੇ ਜ਼ਰੂਰ ਜੇ ਕੋਈ ਸਮਝਾਏ ਬਹਿਣਗੇ ਜ਼ਰੂਰ ਜੇ ਕੋਈ ਇਹਨਾਂ ਨੂੰ ਬਾਏ ਪਰ ਜੇ ਤੁਸੀਂ ਜਾਦੂ ਕਹਾਣੀਆਂ ਗੱਲਾਂ ਕਰਨੀਆਂ ਅਗਲਾ ਕਾਲਾ ਪੈ ਜਾਂਦਾ ਪੜ੍ਹਦੇ ਆ ਸਕੂਲਾਂ ਕਾਲਜਾਂ ਵਿੱਚ ਗੱਲਾਂ ਕੁਝ ਹੋਰ ਹੈ ਇੱਥੇ ਕੁਝ ਹੋਰ ਹੀ ਸੁਣਦੇ ਆ ਤਾਂ ਕਰਕੇ ਹਲੂਣਾ ਦੇਣਾ ਪਏਗਾ ਤੇ ਖੁਸ਼ੀ ਅੱਜ ਨਾ ਹੋਈ ਤੇ ਕਦੋਂ ਹੋਏਗੀ ਜਿਹਨੂੰ ਚਾਹ ਹੈ ਭਾਈ ਜਦੋਂ ਜਕਾਰਾ ਲੱਗੇ ਸਾਰੇ ਜਕਾਰੇ ਲਾਈਏ ਇੰਨਾ ਟਾਈਮ ਨਹੀਂ ਮੈਂ ਜਕਾਰਾ ਲਾਉਂਦਾ ਤੁਸੀਂ ਸਾਰਿਆਂ ਇੱਦਾਂ ਬਾਹਾਂ ਰੱਖਣੀਆਂ ਭੈਣਾਂ ਵੀ ਸੰਗਿਓ ਨਾ ਵੀਰ ਵੀ ਸੰਗਿਓ ਨਾ ਕਾਇਮ ਹੋਵੋ ਮਾੜੇ ਜੇ ਬੋਲੇ ਅੱਧਾ ਕੁ ਮਿੰਟ ਐਂ ਰੱਖਿਓ ਅੱਧਾ ਕੁ ਮਿੰਟ ਬਈ ਸੰਗਿਓ ਨਾ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤਿ ਅਕਾਲ ਰਾਜ ਕਰੇਗਾ ਸਾਡੇ ਫਤਿਹ ਹੈ ਵਾਹਿਗੀ ਜੀਤ ਵਾਹਿਗੀ ਜੀਤ ਵਾਹਿਗੀ ਜੀਤ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਆ ਗਿਆ ਭਈ ਆਪੀ ਤਵੇ ਚਲਾਇਓ ਅੰਤ ਸਭ ਸਿੱਖਤ ਕੋ ਹੁਕਮ ਹੈ ਗੁਰੂ ਮਾਨਿਆ ਅੰਤ ਗੁਰੂ ਮਾਨਿਆ ਅੰਤ ਗੁਰੂ ਮਾਨਿਆ ਅੰਤ ਬੋਲੇ ਸੋ ਨਿਹਾਲ ਸਤਿ ਅਕਾਲ 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 ਧੂਲ ਤੇ ਨਿਸ਼ਾਨ ਰਹਿਣ ਅੰਤ ਮਹਾਰਾਜ ਕੇ ਧੂਲ ਤੇ ਨਿਸ਼ਾਨ ਰਹਿਣ ਅੰਤ ਮਹਾਰਾਜ ਕੇ ਸਾਜ ਦੇ ਦੀਵਾਨ ਰਹਿਣ ਅੰਤ ਮਹਾਰਾਜ ਕੇ ਸਾਜ ਦੇ ਦੀਵਾਨ ਰਹਿਣ ਅੰਤ ਮਹਾਰਾਜ ਕੇ ਬੋਲੇ ਸੋ ਨਿਹਾਲ ਸਤਿ ਅਕਾਲ 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 ਬੋਲੇ ਸੋ ਨਿਹਾਲ
ਜਿਹੜੇ ਜਿਹੜੇ ਅੱਜ ਦਾਖਲਾ ਲੈ ਚੁੱਕੇ ਐ ਪਹਿਲੇ ਡੰਡੇ ਤੇ ਪੈਰ ਰੱਖਿਆ ਹੁਣ ਅੱਗੇ ਨੂੰ ਵਧੋ ਜੋ ਕਿ ਵੇਖੋ ਬਈ ਤੇਰੇ ਪਾਇਆ ਗਾਤਰਾ ਕਿਰਪਾਨ ਇਸ ਗੱਲ ਦਾ ਸਬੂਤ ਹੈ ਬਣ ਗਈ ਵੀ ਤੂੰ ਇਸ ਪੱਕਾ ਇਸ ਸਕੂਲ ਦਾ ਸਟੂਡੈਂਟ ਬਣ ਗਿਆ ਵਿਦਿਆਰਥੀ ਬਣ ਗਿਆ ਅਸੀਂ ਪੜ੍ਹਦੇ ਹਾਂ ਹੁਣ ਤੇਰੀ ਪੜ੍ਹਾਈ ਬੋਲੇ ਤੇਰੀ ਅੱਖ 'ਚ ਚਮਕ ਹੋਵੇ ਤੇਰੇ ਕੋਲ ਦਲੀਲ ਹੋਵੇ ਤੇਰੇ ਕੋਲ ਲੌਜਿਕ ਹੋਵੇ ਜਦੋਂ ਗੱਲ ਕਰੇ ਕੋਈ ਹੁਣ ਤੈਨੂੰ ਦੁਨੀਆ ਵਿੱਚ ਬੰਦਾ ਬੁੱਧੂ ਨਾ ਬਣਾ ਸਕੇ ਨਾ ਕੋਈ ਰਾਜਨੀਤਿਕ ਤੇ ਨਾ ਕੋਈ ਪਖੰਡੀ ਬਾਬਾ ਨਾ ਕੋਈ ਰਾਜਨੀਤਿਕ ਨਾ ਕੋਈ ਪਖੰਡੀ ਬਾਬਾ ਤੂੰ ਅੱਗੋਂ ਸਵਾਲ ਕਰੇ ਆਹ ਵਿਚਾਰਧਾਰਾ ਨੂੰ ਮੰਨਦਾ ਹੈ ਦੁਨੀਆ ਨਹਾਉਣ ਤੁਰੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖਾਂ ਰੀ ਨਾਲੋ ਮਨ ਸੁੱਚਾ ਨਹੀਂ ਹੋਣਾ ਕਮਾਲ ਦੀ ਗੱਲ ਨਹੀਂ ਜਪਜੀ ਸਾਹਿਬ ਸ਼ੁਰੂ ਕਿੱਥੋਂ ਹੁੰਦਾ ਇੱਥੋਂ ਹੀ ਤਾਂ ਹੁੰਦਾ ਚੁੱਪ ਕਰਕੇ ਬੈਠਾ ਅੱਖਾਂ ਬੰਦ ਕਰਕੇ ਮਨ ਚੁੱਪ ਨਹੀਂ ਹੋਣਾ ਚੁੱਪ ਹੈ ਤਨ ਕਰਕੇ ਚੁੱਪ ਬੈਠਾ ਅੰਦਰ ਵਾਲਾ ਬੋਲੀ ਜਾਂਦਾ ਹੈ ਜੇ ਲਾਏ ਰਹਾ ਬੈਠਾ ਰਹਿ ਲਿਵਤਾਰ ਅੱਖਾਂ ਬੰਦ ਕਰਕੇ ਸਿੱਧਾ ਹੋ ਕੇ ਸਵਾਲ ਤੇ ਜੇ ਆਹ ਬਾਣੀ ਪੜ੍ਹ ਪੜ੍ਹ ਕੇ ਦਿਮਾਗ ਖੁੱਲ ਜਾਏ ਸਹਿਜ ਪਾਠ ਕਰੀਏ ਸਾਡੇ ਕੋਲ ਵੀ ਚਮਕ ਆਵੇ ਅਗਲਾ ਕਵੇ ਜੇ ਗੱਲ ਇੱਧਰ ਦੀ ਕੀਤੀ ਇਹਨੇ ਉਹ ਤੋਂ ਉੱਪਰ ਦੀ ਕਰ ਦੇਣੀ ਹੈ ਇੰਨਾ ਤੇਜ਼ ਦਿਮਾਗ ਕੰਮ ਕਰਦਾ ਬੰਦੇ ਦਾ ਤਿੱਖਾ ਹੋ ਗਿਆ ਸਾਡੇ ਦਿਮਾਗ ਚ ਭਾਇਆ ਮੇਰੇ ਉਹ ਭਰਾਵੋ ਮੇਰੀ ਉਹ ਭੈਣੋ ਸਾਨੂੰ ਕਹਿੰਦੇ ਐ ਉਹ ਤਰਕ ਨਾ ਕਰੋ ਜੋ ਜੀ ਕਰਦਾ ਸੁਣਾਤਾ ਸਾਨੂੰ ਕਹਿਣਗੇ ਤਰਕ ਨਾ ਕਰੋ ਸ਼ਰਧਾ ਰੱਖੋ ਪਰ ਸੱਚ ਦਾ ਰਾਹ ਤਰਕ ਦਾ ਰਾਹ ਹੈ ਮੈਨੂੰ ਜਵਾਬ ਦੇਣਾ ਹੈ ਸਾਰੇ ਨਹਾਉਣ ਜਾਂਦੇ ਐ ਪਰ ਗੁਰੂ ਨਾਨਕ ਦੀ ਨਹਾਉਣ ਵਾਲਿਆਂ ਤੇ ਤਰਕ ਨਹੀਂ ਸੋਚੈ ਇਹ ਤਰਕ ਹੈ ਕਿ ਨਹੀਂ ਬੋਲੋ ਬਈ ਤਰਕ ਹੈ ਜੇ ਤਰਕ ਕਰਨਾ ਪਾਪ ਹੈ ਤੇ ਕਬੀਰ ਜੀ ਨੇ ਜਿੰਨੀ ਤਰਕ ਕੀਤੀ ਹੈ ਇੰਨੀ ਕਿਸੇ ਨੇ ਨਹੀਂ ਕੀਤੀ ਗਲਤ ਕੰਮਾਂ ਉੱਤੇ ਤਰਕ ਕਰਨੀ ਸਵਾਲ ਉਠਾਉਣੇ ਸਵਾਲ ਕਰਨੇ ਗਲਤ ਨੂੰ ਗਲਤ ਕਹਿਣਾ ਤਰਕ ਤਰਕ ਦਾ ਮਤਲਬ ਕੀ ਹੈ ਇੱਥੋਂ ਡੱਬ ਵਾਲੀ ਤੋਂ ਸੰਗਰੀਆ ਕਿੰਨੀ ਦੂਰ ਪੈਂਦਾ 30 ਬੋਲਿਆ 30 ਜੇ ਇੱਥੇ ਬੰਦਾ ਕੋਈ ਕਵੇ ਵੀ ਮੈਂ ਸੰਗਰੀਏ ਗਿਆ 30 ਮਿੰਟ 'ਚ ਪਹੁੰਚ ਗਿਆ ਗੱਡੀ ਤੇ ਠੀਕ ਹੈ ਗੱਲ ਮਨ ਲੱਗਦੀ ਹੈ ਇਹਦੇ ਤੇ ਤਰਕ ਹੋ ਸਕਦਾ ਹੈ ਇਹ ਸੱਚ ਹੈ 30 ਮਿੰਟ 'ਚ ਬੰਦਾ ਪਹੁੰਚ ਜਾਂਦਾ ਹੈ ਜੇ ਬੰਦਾ ਕਵੇ 15 ਮਿੰਟ 'ਚ ਪਹੁੰਚ ਗਿਆ ਆਪਾਂ ਕਹਾਂਗੇ ਰਾਤ ਨੂੰ ਗਿਆ ਹੋਣਾ ਸਪੀਡ ਤੇਜ਼ ਹੋਣੀ ਹੈ ਤੇ ਪਹੁੰਚ ਗਿਆ ਹੋਣਾ ਇਹ ਵੀ ਮੰਨਿਆ ਜਾ ਸਕਦਾ ਜੇ ਬੰਦਾ ਕਵੇ 12:01 ਤੇ ਮੈਂ ਸੀ ਸੰਗਰ ਡੱਬ ਵਾਲੀ ਤੇ ਗੱਡੀ ਉੱਤੇ 12:03 ਵਿੱਚ ਮੈਂ ਸੀ ਸੰਗਰੀਏ ਆਪਾਂ ਕਹਾਂਗੇ ਕਿਉਂ ਛੱਡੀ ਜਾਂਦਾ ਆਖੋ ਸਤਨਾਮ ਇੱਥੇ ਜੇ ਤੂੰ ਤਰਕ ਨਹੀਂ ਕਰਦਾ ਤੇ ਤੂੰ ਬੁੱਧੂ ਹੈ ਵੀ ਤੇਰੇ ਕੋਲ ਕਿਹੜਾ ਹਵਾਈ ਜਹਾਜ਼ ਸੀ ਓਏ ਗਿਆ ਗੱਡੀ ਤੇ 2 ਮਿੰਟ ਵਿੱਚ ਇੰਨਾ ਸਫ਼ਰ ਕਿਵੇਂ ਹੋ ਗਿਆ ਅਜੇ ਤੇ ਪੋਸੀਬਿਲਟੀ ਹੈ ਨਹੀਂ ਨਾ ਇਦਾਂ ਦੀਆਂ ਗੱਡੀਆਂ ਨਹੀਂ ਜਿਹੜੇ 500 ਸਪੀਡ ਤੇ ਜਾਂਦੀਆਂ ਇਦਾਂ ਤੇ ਹੈ ਨਹੀਂ ਝੂਠ ਬੋਲਿਆ ਇੱਥੇ ਤਰਕ ਕਰਨਾ ਬਣਦਾ ਕਿ ਨਹੀਂ ਬਣਦਾ ਸਵਾਲ ਕਰਨਾ ਬਣਦਾ ਕਿ ਨਹੀਂ ਬਣਦਾ ਜੇ ਆਪਾਂ ਚੁੱਪ ਕਰਕੇ ਅੱਖਾਂ ਬੰਦ ਕਰਕੇ ਮੰਨ ਲਈ ਵੀ ਹਾਂ ਪਹੁੰਚ ਗਿਆ ਹੋਣਾ ਹੈ ਫਿਰ ਆਪਾਂ ਬੁੱਧੂ ਆ ਅਸੀਂ ਤੇ ਚੁੱਪ ਕਰਕੇ ਮੰਨੀ ਜਾਂਦੇ ਆ ਜਦੋਂ ਆਪਾਂ ਸਵਾਲ ਕਰਦੇ ਆ ਫਿਰ ਬਾਬੇ ਕਹਿੰਦੇ ਆ ਸ਼ਰਧਾ ਨਹੀਂ ਇਹਨਾਂ ਦੀ ਤਰਕ ਕਰਦੇ ਆ ਭਾਈ ਤੁਸੀਂ ਬਕਵਾਸ ਹੀ ਇਦਾਂ ਦੀ ਕਰਦੇ ਹੋ ਜਿਹਦੇ ਤੇ ਤਰਕ ਕਰਨੀ ਬੜੀ ਜ਼ਰੂਰੀ ਹੈ ਜਿਹਦੇ ਤੇ ਤਰਕ ਕਰਨੀ ਬੜੀ ਤੇ ਜੇ ਮੈਂ ਚੁੱਪ ਰਿਹਾ ਫਿਰ ਮੈਂ ਬੁੱਧੂ ਅਗਲਾ ਕਹੇਗਾ ਬੁੱਧੂ ਹੀ ਹੈ ਇਹ ਕਮਲਾ ਹੀ ਚੁੱਪ ਰਹਿ ਨਹੀਂ ਸਕਦੇ ਕਮਲੇ ਥੋੜਾ ਆ ਸੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਜਿਹੜੇ ਗੁਰੂ ਨਾਨਕ ਪਾਤਸ਼ਾਹ ਡਿਕਟੇਟਰਸ਼ਿਪ ਦੇ ਵਿੱਚ ਉਦੋਂ ਬੰਦੇ ਦਾ ਰਾਜ ਸੀ ਕਿ ਲੋਕਤੰਤਰ ਸੀ ਦੱਸੋ ਬੰਦੇ ਦਾ ਰਾਜ ਸੀ ਇੱਕ ਬੰਦੇ ਦਾ ਰਾਜ ਹੈ ਨਾ ਅਪੀਲ ਹੈ ਨਾ ਵਕੀਲ ਹੈ ਨਾ ਦਲੀਲ ਹੈ ਤਵੀਆਂ ਤੇ ਭਾਇਆ ਜਾਂਦਾ ਦੇਗਾਂ 'ਚ ਕਾੜਿਆ ਜਾਂਦਾ ਬੰਦ ਬੰਦ ਕੱਟੇ ਜਾਂਦੇ ਐ ਖੋਪਰ ਲਾਏ ਜਾਂਦੇ ਐ ਨੀਆਂ 'ਚ ਚਿਣੇ ਜਾਂਦੇ ਐ ਕਮਾਲ ਦੇ ਸਾਡੇ ਆਗੂ ਇਦਾਂ ਦੇ ਲੀਡਰ ਸਾਡੇ ਉਹ ਧਾਰਮਿਕ ਲੀਡਰ ਸਾਡੇ ਇਦਾਂ ਦੇ ਉਹਨਾਂ ਵੇਲਿਆਂ ਦੇ ਵਿੱਚ ਵੀ ਉਹ ਸਵਾਲ ਤੇ ਸਵਾਲ ਕਰਦੇ ਐ ਅੱਜ ਤੇ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਅੱਜ ਹੱਕ ਹੈ ਉਹਨਾਂ ਨੇ ਉਹਨਾਂ ਵੇਲਿਆਂ ਦੇ ਵਿੱਚ ਵੀ ਸਵਾਲ ਕੀਤੇ ਐ ਤੇ ਵੀਰੋ ਜੇ ਸੱਚ ਤੱਕ ਜਾਣਾ ਤੇ ਸਵਾਲ ਕਰਨੇ ਪੈਣਗੇ ਵੇਖੀ ਨੋਟ ਕਰਿਓ
ਸਵੇਰੇ ਆਪਾਂ ਗਏ ਤੇ ਅਮਰੂਦ ਵਿਕਦੇ ਸੀ 20 ਰੁਪਏ 20 ਰੁਪਏ ਤੇ ਦੂਜੀ ਦੁਕਾਨ ਵਾਲਾ ਉਹ ਜਦੋਂ ਸ਼ਾਮ ਪਈ ਹੈ ਤੇ ਸ਼ਾਮ ਨੂੰ ਅਗਲਾ ਕਹਿੰਦਾ 2 ਰੁਪਏ ਹੀ ਲੈ ਜਾ ਹੁਣ ਆਪਾਂ ਸੋਚਾਂਗੇ ਵੀ ਇੱਕ ਤੇ ਕਹਿੰਦਾ 20 ਰੁਪਏ ਦੂਜਾ 2 ਰੁਪਏ ਤੇ ਜੇ ਅੱਖਾਂ ਬੰਦ ਕਰਕੇ ਲੈ ਆਇਆ ਫਿਰ ਘਰ ਪਤਾ ਲੱਗਣਾ ਵੀ ਇਹਦੇ ਕੀੜੇ ਹੀ ਸੀ ਸਾਰੇ ਇਹਦੇ ਵਿੱਚ ਗਲੇ ਪਏ ਸੀ ਜਦੋਂ ਵੀਰੋ ਆਪਾਂ ਨੂੰ ਅਗਲਾ ਕਹਿੰਦਾ ਵੀ 2 ਰੁਪਏ ਹੀ ਲੈ ਜਾ ਸਾਡੇ ਦਿਮਾਗ 'ਚ ਸ਼ੱਕ ਪੈਂਦਾ ਵੀ ਕੋਈ ਨੁਕਸ ਤੇ ਨਹੀਂ ਇਹਦੇ ਵਿੱਚ ਜੇ ਸੋਚਾਂਗੇ ਫਿਰ ਪਤਾ ਲੱਗਣਾ ਵੀ ਹੈ ਕੀੜੇ ਐ ਐਵੇਂ ਥੋੜਾ ਸਸਤੇ ਵੇਚਦਾ ਸੱਚ ਦਾ ਪਤਾ ਲੱਗਣਾ ਤਰਕ ਤੇ ਵੇਖਿਓ ਘਰ ਵਾਲੀ ਕਹਿੰਦੀ ਐ ਅੱਗੇ ਤੇ ਕਹਿੰਦੀ ਹੁੰਦੀ ਸੀ ਵੀ ਦੁਪਹਿਰ ਦੀ ਰੋਟੀ ਖਾਣ ਘਰੇ ਹੀ ਆ ਜਾਇਆ ਕਰ 1:30 ਵਜੇ ਨਾਲੇ ਘਰੇ ਆ ਜਾਇਆ ਕਰ ਰੋਟੀ ਘਰੇ ਹੀ ਖਾ ਗਰਮ ਗਰਮ ਫੁਲਕਾ ਬਣਾ ਦਿਆ ਕਰੂੰ ਹੁਣ ਕੀ ਹੋਇਆ ਸਾਲਕ ਤੋਂ ਕਹਿਣ ਲੱਗ ਪਈ ਉੱਥੇ ਹੀ ਖਾ ਲਿਆ ਕਰ ਨਾਲ ਹੀ ਲੈ ਜਾਇਆ ਕਰ ਕਾਹਨੂੰ ਐਵੇਂ ਤੇਲ ਫੂਕਦਾ ਆਉਂਦਾ ਹੈ ਫਿਰ ਬੰਦਾ ਸੋਚਦਾ ਹੈ ਵੀ ਅੱਗੇ ਤੇ ਕਹਿੰਦੀ ਸੀ ਵੀ ਰੋਜ਼ ਆਇਆ ਕਰ ਹੁਣ ਕੀ ਹੋਇਆ ਜੇ ਤਰਕ ਨਾ ਕਰਦਾ ਤੇ ਸੱਚ ਤੇ ਪਹੁੰਚਦਾ ਇੱਕ ਦਿਨ ਦੁਪਹਿਰੇ ਆ ਗਿਆ ਹੈਰਾਨ ਹੋ ਗਿਆ ਕਹਿੰਦੇ ਮੇਰੀ ਜਗ੍ਹਾ ਕੋਈ ਬੋਲੋ ਇਹਦਾ ਪਤਾ ਕਦੋਂ ਲੱਗਿਆ ਜਦੋਂ ਕੀ ਕੀਤਾ ਤੇ ਤਰਕ ਕਰਕੇ ਹੀ ਸੱਚ ਤੱਕ ਪਹੁੰਚਿਆ ਧੀ ਕਹਿੰਦੀ ਹੈ ਮੈਂ ਸਹੇਲੀ ਦੇ ਗਈ ਹਾਂ ਮੁੰਡਾ ਲੇਟ ਆਉਂਦਾ ਹੈ ਤੂੰ ਚੁੱਪ ਕਰਕੇ ਮੰਨੀ ਜਾ ਵੀ ਬੇਟਾ ਜੋ ਕਹਿੰਦਾ ਠੀਕ ਹੀ ਕਹਿੰਦਾ ਘਰ ਵਾਲੀ ਜੋ ਕਹਿੰਦੀ ਠੀਕ ਕਹਿੰਦੀ ਘਰ ਵਾਲੀ ਨੂੰ ਘਰ ਵਾਲਾ ਕਹਿੰਦਾ ਜੋ ਕਹਿੰਦਾ ਠੀਕ ਹੀ ਕਹਿੰਦਾ ਜਦੋਂ ਬੰਦਾ ਤਰਕ ਕਰਦਾ ਹੈ ਵੀ ਵੇਖਾਂ ਭਲਾ ਇਹਦੀ ਜੇਬ 'ਚ ਹੱਥ ਮਾਰ ਕੇ ਘਰ ਵਾਲੀ ਕਹਿੰਦੀ ਵੀ ਵੇਖਾਂ ਤੇ ਸਹੀ ਭਲਾ ਮੜ ਜਾ ਪਿੱਛੇ ਜਾ ਕੇ ਵੇਖੀਏ ਤਰਕ ਵੀ ਜੋ ਕਹਿੰਦਾ ਹੈ ਫਿਰ ਜਦੋਂ ਬੰਦਾ ਤਰਕ ਕਰਦਾ ਹੈ ਫਿਰ ਪਤਾ ਲੱਗਦਾ ਵੀ ਦੱਸਦਾ ਕਿਤੇ ਹੋਰ ਹੈ ਤੇ ਜਾਂਦਾ ਕਿਤੇ ਹੋਰ ਹੈ ਤੇ ਜੇ ਤਰਕ ਨਾ ਕਰਦੇ ਸੱਚ ਦਾ ਪਤਾ ਲੱਗਦਾ ਗੱਜ ਕੇ ਵੀਰੋ ਤੇ ਸੱਚ ਤੱਕ ਪਹੁੰਚਣ ਲਈ ਤਰਕ ਬੜੀ ਇਹ ਕਹਿੰਦੇ ਤਰਕ ਕਰਨ ਵਾਲਾ ਬੰਦਾ ਪਾਪੀ ਹੈ ਕਹਿੰਦੇ ਸ਼ਰਧਾ ਰੱਖੋ ਇਹਦਾ ਮਤਲਬ ਕੀ ਕਹਿਤਾ ਵੀ ਧਾਰਮਿਕ ਢਾਂਚੇ ਤੇ ਤਰਕ ਕਰਿਓ ਨਾ ਤੁਸੀਂ ਤਰਕ ਕਰਨੇ ਨਹੀਂ ਕਰਨੀ ਨਹੀਂ ਤੇ ਤੁਹਾਨੂੰ ਕਦੇ ਸੱਚ ਦਾ ਪਤਾ ਲੱਗ ਗਈ ਸਮਝ ਵੀ ਕਿਉਂ ਕਹਿੰਦੇ ਆ ਤਰਕ ਨਾ ਕਰ ਇਹ ਬੰਦੇ ਕਿਉਂ ਕਹਿੰਦੇ ਆ ਵੀ ਸਵਾਲ ਨਾ ਕਰ ਇਹ ਅੱਜ ਤੱਕ ਸਾਡੇ ਦਿਮਾਗ 'ਚ ਇਦਾਂ ਕਿਉਂ ਪਾਇਆ ਇਹਨਾਂ ਨੇ ਸਵਾਲ ਨਾ ਕਰ ਜੋ ਹੁੰਦਾ ਵੇਖੀ ਜਾ ਮੈਂ ਤੁਹਾਨੂੰ ਪੁੱਛਦਾ ਗੁਰੂ ਗ੍ਰੰਥ ਸਾਹਿਬ ਵਿੱਚ ਫਰਕ ਹੈ ਇੱਕ ਗੁਰੂ ਤੇ ਦੂਜਾ ਗੁਰੂ ਵੱਖ ਹੈ ਬੋਲਣਾ ਗੱਜ ਕੇ ਇੱਕ ਗੁਰੂ ਮਹਾਨ ਹੈ ਇੱਕ ਗੁਰੂ ਇੱਕ ਛੋਟਾ ਇੱਕ ਵੱਡਾ ਹੈ ਫਿਰ ਇੱਕ ਗੁਰੂ ਦੇ ਉੱਤੇ ਤੇ ਇੰਨਾ ਕੁਛ ਤੇ ਦੂਜੇ ਵਾਰੀ ਕੁਛ ਵੀ ਨਹੀਂ ਧੰਦਾ ਹੈ ਧਰਮ ਨਹੀਂ ਇਹ ਧੰਦਾ ਹੈ ਸਾਰੀ ਸ਼੍ਰੋਮਣੀ ਕਮੇਟੀ ਵਿੱਚ ਹੀ ਸਾਡੇ ਬਾਬੇ ਅਨਵੋਲਵ ਨੇ ਇਕੱਠੇ ਨੇ ਐਦਾਂ 100 ਪਾਠ ਰੱਖ ਲਿਆ 100 ਗੁਰੂ ਹੈ ਇੱਕ ਪ੍ਰਕਾਸ਼ ਹੋਵੇ ਇੱਥੇ ਮੈਨੂੰ ਵੀਰ ਅੱਜ ਮਿਲੇ ਐ ਕਹਿੰਦੇ ਅਸੀਂ ਸਾਡੇ ਪਿੰਡਾਂ 'ਚ ਲੜੀ ਚੱਲਦੀ ਸੀ ਅਸੀਂ ਉਹਨਾਂ ਨੂੰ ਕਿਹਾ ਲੜੀ ਬੰਦ 100 ਪਾਠ ਨਹੀਂ ਰੱਖਣਾ 100 ਬੰਦਾ ਬੈਠ ਕੇ ਸੁਣੇਗਾ ਪਾਠ ਇੱਕ ਰੱਖਾਂਗੇ ਕਹਿੰਦੇ ਜੀ ਬੜਾ ਸੋਹਣਾ ਪਿਛਲੇ ਸਾਲ ਵੀ ਚਲਾਇਆ ਐਦਕੀ ਵੀ ਚਲਾਉਣਾ ਹੈ ਇੱਕ ਬੰਦਾ ਪਾਠ ਕਰਦਾ 100 ਟੱਬਰ ਬਹਿ ਕੇ ਸੁਣਦਾ ਪਾਠ 100 ਨਹੀਂ ਸੁਣਨ ਵਾਲਾ 100 ਆਉਂਦਾ ਨਜ਼ਾਰਾ ਅਗਲਾ ਰਾਤ ਨੂੰ 12 ਵਜੇ ਆਵੇ 100 ਬੰਦਾ ਬੈਠਾ ਅਗਲਾ ਕਹਿੰਦਾ ਯਾਰ ਕਿੰਨਾ ਪਿਆਰ ਹੈ ਆਖੋ ਸਤਨਾਮ ਇਹ ਸਤਿਕਾਰ ਹੈ ਕਿ ਨਹੀਂ ਹੈ ਸਾਡੇ ਵਰਗਿਆਂ ਨੂੰ ਪਤਾ ਕੀ ਕਹਿੰਦੇ ਐ ਇਹ ਗੁਰੂ ਗ੍ਰੰਥ ਸਾਹਿਬ ਤੋਂ ਤੋੜਦੇ ਐ ਇਹ ਗੁਰੂ ਗ੍ਰੰਥ ਸਾਹਿਬ ਦੇ ਵੈਰੀ ਐ ਮੇਰੇ ਵੀਰੋ ਮੈਂ ਨਾ 15 ਸਾਲ ਪ੍ਰਚਾਰ ਕੀਤਾ ਹੈ ਹੁਣ ਹੋ ਗਏ 20 15 ਸਾਲ ਸਾਨੂੰ ਇੱਕ ਰਿਵਾਲਵਰ ਰੱਖਣ ਦੀ ਵੀ ਲੋੜ ਨਹੀਂ ਪਈ ਇੱਕ ਰਿਵਾਲਵਰ ਰੱਖਣ ਦੀ ਲੋੜ ਨਹੀਂ ਪਈ ਗੁੱਗਿਆਂ ਬਾਰੇ ਬੋਲਦੇ ਸੀ ਕੋਈ ਗੁੱਗਿਆਂ ਵਾਲੇ ਗੁੰਡੇ ਨਹੀਂ ਇਦਾਂ ਦੇ ਗੁੱਗਿਆਂ ਵਾਲੇ ਗੁੰਡੇ ਨਹੀਂ ਵਡਭਾਗ ਸਿੰਘ ਬਾਰੇ ਬੋਲਣਾ ਅਗਲੇ ਗੁੰਡਾਗਰਦੀ ਨਹੀਂ ਕਰਦੇ ਕੋਈ ਨਹੀਂ ਕਰਦਾ ਪਰ ਜਿੱਦਣ ਆ ਗੱਲਾਂ ਆਪਣੀਆਂ ਨਲੈਕੀਆਂ ਦੱਸਣ ਲੱਗੇ ਆ ਓਏ ਅਸੀਂ ਤੇ ਖੁਦ ਬਹੁਤ ਗਲਤ ਚੱਲਦੇ ਆ ਤੇ ਸਾਡੇ ਵਾਲੇ ਚੋਲਿਆਂ ਵਾਲੇ ਜਿੱਡੇ ਗੁੰਡੇ ਬਣ ਕੇ ਬੰਦੇ ਮਾਰਦੇ ਇੰਨੇ ਤੇ ਕੋਈ ਵੀ ਨਹੀਂ ਮਾਰਦਾ ਅਸੀਂ ਕਰਦੇ ਆ ਸਾਡੇ ਨਾਲ ਧੱਕਾ ਹੁੰਦਾ ਹੈ ਜਿੰਨਾ ਧੱਕਾ ਅਸੀਂ ਕਰਦੇ ਆ ਇਹਨਾਂ ਦੇ ਕੋਈ ਵੀ ਨਹੀਂ ਕਰਦਾ ਅਸ਼ਬੀਲਾ ਲਾ ਕੇ ਬੰਦੇ ਮਾਰਦੇ ਆ ਕਹਿੰਦੇ ਚੁੱਪ ਕਰਾਉਣਾ ਲੋਕਾਂ ਨੂੰ ਨਾ ਦੱਸੋ ਧੰਦਾ ਹੈ
ਮੈਂ ਹੈਰਾਨ ਆ ਇੱਥੇ ਸ਼ਰਾਬੀ ਨੂੰ ਮੈਂ ਖੁੱਲ ਕੇ ਕਹਿੰਦਾ ਤੇ ਸ਼ਰਾਬੀ ਵੀਰ ਮੇਰਾ ਵਿਰੋਧ ਨਹੀਂ ਕਰਦੇ ਕਹਿੰਦੇ ਬਾਣੀ ਕਹਿੰਦੀ ਹੈ ਚੁੱਪ ਕਰਕੇ ਸੁਣ ਲੈਂਦੇ ਆ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਸ਼ਰਾਬੀ ਸੁਣ ਲਈ ਤਿਆਰ ਹੈ ਸ਼ਰਾਬੀ ਝੋਲੀ ਚ ਪਵਾ ਲੈਂਦਾ ਗੁਰੂ ਅਮਰਦਾਸ ਨੇ ਕਿਹਾ ਭਾਈ ਰਣਜੀਤ ਸਿੰਘ ਸੁਣਾ ਰਿਹਾ ਅਸੀਂ ਚੁੱਪ ਕਰਕੇ ਸੁਣਦੇ ਹਾਂ ਪਰ ਕਿਸੇ ਬਾਬੇ ਨੂੰ ਕਹੋ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਖੱਗ ਇਹ ਗੋਲੀਆਂ ਚੱਕ ਲੈਂਦੇ ਨੇ ਕੋ ਸ਼ਰਾਬੀ ਚੰਗੇ ਨਹੀਂ ਇਹੋ ਜਿਹੇ ਸਾਧਾਂ ਨਾਲ ਸ਼ਰਾਬੀ ਚੰਗੇ ਨਹੀਂ ਉਹ ਨਹੀਂ ਗੁੱਸਾ ਕਰਦੇ ਉਹ ਕਹਿੰਦੇ ਮੈਂ ਗਲਤ ਹਾਂ ਪਰ ਸਾਡਾ ਸਾਰਾ ਢਾਂਚਾ ਗਲਤ ਹੈ ਕਹਿੰਦੇ ਅਸੀਂ ਗਲਤ ਨਹੀਂ ਹਾਂ ਇਹ ਗਲਤੀ ਮੰਨਣ ਨੂੰ ਤਿਆਰ ਨਹੀਂ ਕਦੇ ਨਹੀਂ ਮੰਨਦੇ ਅਸੀਂ ਲੋਕਾਂ ਨੂੰ ਲੁੱਟਦੇ ਹਾਂ ਕਦੇ ਨਹੀਂ ਮੰਨਦੇ ਬੁੱਧੂ ਬਣਾਉਂਦੇ ਹਾਂ ਕਦੇ ਨਹੀਂ ਮੰਨਦੇ ਸ਼ਰਾਬੀ ਮੰਨ ਜਾਂਦਾ ਮੇਰੀ ਗਲਤੀ ਹੈ ਅਮਲੀ ਮੰਨ ਜਾਂਦਾ ਹਾਇਓ ਮੈਂ ਗਲਤ ਹਾਂ ਕੇਸ ਦਾੜੀ ਕੱਟੇ ਅਗਲਾ ਕਹਿੰਦਾ ਰੱਖਾਂਗੇ ਜੀ ਗਲਤੀ ਹੈ ਸਾਡੀ ਕਦੀ ਨਾ ਕਦੀ ਸ਼ਰਮ ਮੰਨਦੇ ਅਗਲੇ ਕਦੀ ਨਾ ਕਦੀ ਮੁੜ ਕੇ ਆਵਾਂਗੇ ਅਸੀਂ ਵੀ ਆਵਾਂਗੇ ਇੱਧਰ ਵਾਲੇ ਪਾਸੇ ਅਸੀਂ ਵੀ ਇੱਕ ਨਾ ਇੱਕ ਦਿਨ ਦਸਤਾਰ ਸਜਾਵਾਂਗੇ ਅਸੀਂ ਵੀ ਆਵਾਂਗੇ ਇੱਧਰੋਂ ਕਹਿ ਦਿੰਦੇ ਹੈ ਪਰ ਸਾਡੇ ਵਾਲਾ ਲਾਣਾ ਕਿੱਥੇ ਮੰਨਦਾ ਹੈ ਇਹਦੇ ਪੈਂਦੇ ਮਾਰਨ ਅੱਗੋਂ ਧੰਦੇ ਤੇ ਸੱਟ ਵੱਜਦੀ ਹੈ ਗੁਰਬਾਣੀ ਦਾ ਪਾਠ ਬਣ ਗਿਆ ਧੰਦਾ ਧਰਮ ਨਹੀਂ ਬਣ ਰਹਿ ਗਿਆ ਧੰਦਾ ਗੁਰਬਾਣੀ ਕਹਿੰਦੀ ਹੈ ਲੋਕਾਂ ਨੇ ਧੰਦਾ ਬਣਾ ਲਿਆ ਜੰਮਿਆ ਤਾਂ ਧੰਦਾ ਕੋਈ ਮਰ ਗਿਆ ਤਾਂ ਧੰਦਾ ਹਰੇਕ ਦੇ ਨਾਂ ਤੇ ਧੰਦਾ ਜੰਮਣ ਤੋਂ ਲੈ ਕੇ ਤਾਂ ਵੀ ਜਨਮ ਪੱਤਰੀ ਬਣਾਉਣ ਜਾ ਜਨਮ ਤੋਂ ਲੈ ਕੇ ਵਿਆਹ ਕਿਵੇਂ ਕਰੀਏ ਉਹ ਵੀ ਪੁੱਛ ਜਦੋਂ ਅਗਲਾ ਮਰ ਗਿਆ ਤਾਂ ਵੀ ਤੇ ਮਰਨ ਤੋਂ ਬਾਅਦ ਵੀ ਨਹੀਂ 10 ਮਹੀਨਿਆਂ ਬਾਅਦ ਫਿਰ ਵਰੀਣਾ ਵੀ ਕਰਾਈ ਅਜੇ ਤੇ ਤੇਰਾ ਬਾਬਾ ਅੱਧ 'ਚ ਹੀ ਹੈ ਬਾਪੂ ਤੇਰਾ ਅੱਧ 'ਚ ਹੀ ਹੈ ਅਜੇ ਅੱਜ ਅਸੀਂ ਗੁਰਦੁਆਰੇ ਗਏ ਇੱਥੇ ਜਿੱਥੇ ਪ੍ਰਸ਼ਾਦਾ ਨਹੀਂ ਛਕਦੇ ਗੁਰਦੁਆਰੇ ਤੇ ਉੱਪਰ ਪੱਖੇ ਲੱਗੇ ਕਿੰਨੇ ਸੀ ਭਲਾ 20 ਆਖਿਆ 20 ਬੰਦੇ ਮਰੇ 20 ਪੱਖੇ ਗਿਣੇ ਤੇ 20ਆਂ ਉੱਤੇ ਯਾਦਗਾਰ ਨਾਂ ਲਿਖੇ ਹੋਏ ਵੀ ਫਲਾਣੇ ਦੀ ਯਾਦ ਵਿੱਚ ਫਲਾਣੇ ਨੇ ਦਿੱਤਾ 20 ਮਰੇ ਹੁਣ ਜੇ ਭਲਾ ਪੱਖੇ ਘੱਟ ਜਾਣ ਮੰਨ ਲਓ ਦਰਬਾਰ ਬਣ ਜੇ ਵੱਡਾ ਤੇ ਕਮੇਟੀ ਤੇ ਫਿਰ ਇਹ ਛੱਤ ਕੰਨੀ ਵੇਖ ਕੇ ਅਰਦਾਸ ਕੀ ਕਰੂ ਵੀ ਮਾਰੋ 5-7 ਹੋਰ ਘੱਟ ਨੇ ਅਜੇ ਵੀ ਉਹ ਫਲਾਣੇ ਦਾ ਬੁੱਢਾ ਫੁੜਕਣ ਵਾਲਾ ਹੀ ਹੈ ਉਹ ਬੇਬੇ ਵੀ ਤਿਆਰ ਹੈ ਐ ਲੱਗੂ ਨਹੀਂ ਮਰਿਆਂ ਦੇ ਨਾਂ ਦੇ ਪੱਖੇ ਮੈਂ ਕਹਿੰਦਾ ਅਮਰੀਕਾ ਗਿਆ ਉੱਥੇ 6 ਫਰਾਂ ਵਾਲਾ ਪੱਖਾ ਮੈਂ ਕਿਹਾ ਸ਼ੁਕਰ ਹੈ ਸਾਡੇ ਅਜੇ ਆਇਆ ਨਹੀਂ ਸਾਡੇ 3 ਵਾਲਾ ਹੀ ਹੈ ਸਾਡੀ ਤੇ ਸਾਰੀ ਕੁੱਲ ਦਾ ਨਾਂ ਲਿਖ ਦੇਣਗੇ ਦਾਦੇ ਪੜਦਾਦੇ ਤੱਕ ਤੇ ਲਿਖਿਆ ਹੀ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਇਦਾਂ ਹੀ ਮਰਿਆਂ ਦੇ ਨਾਂ ਤੇ ਮਰਿਆਂ ਨੂੰ ਪਹੁੰਚੂ ਉਹ ਜਿਹੜੀ ਮੰਜੀ ਬੁੜੇ ਦੇ ਨਾਂ ਦੀ ਦੇ ਕੇ ਆਇਆ ਸੀ ਬਾਪੂ ਤੱਕ ਪਹੁੰਚ ਗਈ ਕਿ ਮੇਰੇ ਵਰਗੇ ਗ੍ਰੰਥੀ ਵੀ ਲਿਟਦੇ ਆ ਉਹਦੇ ਤੇ ਬੋਲੋ ਬੋਲੋ ਭਲਾ ਬਾਪੂ ਸੌਂਦਾ ਕਿ ਗ੍ਰੰਥੀ ਸਾਡੇ ਵਰਗੇ ਹੀ ਸੌਂਦੇ ਆ ਪਈ ਮੰਜੀ ਇੱਥੇ ਆ ਕਿ ਕਿਤੇ ਪਹੁੰਚ ਗਈ ਅੱਗੇ ਪਰ ਅਗਲਾ ਦਿੰਦਾ ਕਿਹਦੇ ਨਾਂ ਦਾ ਬਾਪੂ ਦੇ ਨਾਂ ਦਾ ਉਹ ਪਹਿਲਾਂ ਮੰਦਰਾਂ 'ਚ ਕਰੀ ਜਾਂਦੇ ਸੀ ਅਸੀਂ ਗੁਰਦੁਆਰਿਆਂ 'ਚ ਕਾਪੀ ਕਰਤੀ ਮੈਂ ਤੁਹਾਨੂੰ ਕਹਿੰਦਾ ਪਤਾ ਕੀ ਹੈ ਦਿਓ ਬਿਸਤਰੇ ਗੁਰਦੁਆਰਿਆਂ 'ਚ ਬਿਸਤਰਿਆਂ ਦੀ ਲੋੜ ਹੈ ਪਰ ਮਰਿਆਂ ਦੇ ਨਾਂ ਦੀ ਨੂੰ ਨਾਂ ਦੇ ਨਹੀਂ ਲੋੜ ਹੈ ਜੀ ਮਰਿਆਂ ਤੱਕ ਨਹੀਂ ਪਹੁੰਚਦਾ ਕਰੋ ਬਿਸਤਰੇ ਇਕੱਠੇ ਗੁਰਦੁਆਰੇ 'ਚ ਬਿਸਤਰੇ ਭਾਂਡੇ ਕਪੱਖੇ ਚਾਹੀਦੇ ਆ ਨਾ ਦਿਓ ਇਹ ਧੰਦਾ ਹੈ ਹਰੇਕ ਢਾਂਚਾ ਮਰਨ ਤੋਂ ਲੈ ਕੇ ਜੰਮਣ ਤੋਂ ਲੈ ਕੇ ਮਰਨ ਤੱਕ ਧੰਦਾ ਪਰ ਸਾਡੇ ਗੁਰੂ ਸਾਹਿਬ ਨੇ ਧੰਦੇ ਰੋਕਿਆ ਉਹ ਕਹਿੰਦੇ ਉਹ ਦਿਮਾਗ ਖੋਲ ਕੋਈ ਜੰਮੇ ਉਦੋਂ ਸਤਸੰਗ ਸਤਸੰਗ ਮਤਲਬ ਸੱਚ ਦੀ ਵਿਚਾਰ ਰੱਬ ਦੀ ਵਿਚਾਰ ਕੁਦਰਤ ਦੇ ਗੁਣਾਂ ਨੂੰ ਸਮਝਣਾ ਲਾਅ ਆਫ ਨੇਚਰ ਨੂੰ ਸਮਝਣਾ ਰੱਬ ਕੁਦਰਤ ਦੇ ਵਿੱਚ ਹੀ ਹੈ ਜੰਮੇ ਤਾਂ ਸਤਸੰਗ ਮਰੇ ਤਾਂ ਸਤਸੰਗ ਫੁੱਲ ਪਾਉਣੇ ਕਹਿੰਦੇ ਇਹ ਵੀ ਸਤਸੰਗ ਉਹ ਸਜਾਉਣਾ ਜਦੋਂ ਬਵਾਨ ਸਜਾਉਣਾ ਕਹਿੰਦੇ ਇਹ ਵੀ ਸਤਸੰਗ ਕਹਿੰਦੇ ਪੰਡਿਤ ਸੱਦ ਕੇ ਕਥਾ ਕਰਾਉਣੀ ਕਹਿੰਦੇ ਇਹ ਵੀ ਸਤਸੰਗ ਫੁੱਲ ਫਲ ਪਾਈਏ ਕਹਿੰਦੇ ਸਤਸੰਗ ਅੰਤੈ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਸੁਣ ਲਓ ਇੱਕ ਵਾਰ ਜੇ ਕਿਸੇ ਨੂੰ ਲੱਗੇ ਮੈਂ ਆਪਣੇ ਕੋਲੋਂ ਕਹਿਤਾ ਕਹਿੰਦੇ ਭਾਈ ਸਾਡਾ ਸਾਰਾ ਕੁਝ ਸਤਸੰਗ ਤੋਂ ਸਦਕੇ ਸਤਸੰਗ ਤੋਂ ਸਦਕੇ ਐਦਾਂ ਨਾ ਵੀਰੋ ਵੇਖਿਓ ਭਲਾ ਜਿੱਦਾਂ ਆਪਾਂ ਅੱਜ ਬੈਠੇ ਇੱਥੇ ਆਪਾਂ ਇਦਾਂ ਗੱਲਾਂ ਬਾਤਾਂ ਕਰੀਏ ਕੋਈ ਜੰਮੇ ਤਾਂ ਵੀ ਆਏ ਇਦਾਂ ਹੀ ਸਤਸੰਗ ਗੱਲਾਂ ਬਾਤਾਂ ਚੱਲਣ ਆਪਣੀਆਂ ਤੂੰ ਵਿਚਾਰ ਸੁਣਾ ਮੈਂ ਸੁਣਾਵਾਂ
ਕੋਈ ਮਰੇ ਆਪਾਂ ਫੇਰ ਬਹਿ ਜਾਈਏ, ਕਿਸੇ ਦੇ ਮੁੰਡਾ ਹੋਵੇ ਆਪਾਂ ਫੇਰ ਬਹਿ ਜਾਈਏ, ਕਿਸੇ ਦੇ ਵਿਆਹ ਹੋਵੇ ਆਪਾਂ ਫੇਰ ਬਹਿ ਜਾਈਏ, ਤੇ ਸੋਚ ਕੇ ਵੇਖੋ ਵੀ ਨਾਲੇ ਵਿਆਹ ਢੰਗ ਕਰ ਲਏ, ਨਾਲੇ ਜੰਮਣਾ ਮਰਨਾ ਹੋ ਗਿਆ, ਨਾਲੇ ਸਾਨੂੰ ਅਕਲ ਆ ਗਈਆਂ, ਆਖੋ ਸਤਨਾਮ, ਅਕਲ ਆ ਗਈ ਨਾਲੇ। ਪਰ ਸਾਡੇ ਇਹ ਫਾਰਮੈਲਿਟੀ ਬਣ ਗਈ ਸਾਰੀ ਕਰਮ ਕਾਂਡ ਦਿਖਾਵਾ। ਸੁਣੋ ਇੱਕ ਵਾਰ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇ ਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ ਕੇ ਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੇ। ਇਹੀ ਪੁਰਾਣ ਹੈ ਸਾਡਾ ਪੁਰਾਣ ਜੀਓ, ਹਰ ਹਰ ਕਥਾ ਪੜੇ, ਹਰੀ ਦੀ ਗੱਲ ਕਰੇ ਤੇ ਹਰੀ ਕਿੱਥੇ ਹੈ? ਕੁਦਰਤ ਦੇ ਵਿੱਚ। ਇਹੀ ਸਾਡਾ ਪ੍ਰਾਣ ਹੈ, ਹੋਰ ਨਹੀਂ। ਅੱਗੇ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਣ ਹਰ ਰੰਗ ਗੁਰ ਭਾਵੇ। ਉਹ ਬੇਬਾਣ ਸਜਾਉਂਦੇ ਆ ਜਿਹੜਾ ਕਹਿੰਦੇ ਸੱਜ ਗਿਆ। ਅਸੀਂ ਸੁਣੀਏ ਤੇ ਹਰ ਨਾਮ ਪੜੀਏ, ਹਰ ਕਥਾ ਸੁਣੀਏ, ਨਾਮ ਪੜੀਏ, ਨਾਮ ਸੁਣੀਏ, ਬਬਾਨ ਬਣ ਗਿਆ। ਅੱਗੇ ਸੁਣੋ, ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਹਰ ਸਰ ਕੀ ਹੈ? ਹਰੀ ਸਰੋਵਰ, ਸਤਸੰਗ ਸਰੋਵਰ। ਕਹਿੰਦੇ ਸਤਸੰਗ ਕਰ ਲਓ, ਫੁੱਲ ਫਲ ਸਾਰਾ ਕੁਝ ਵਿੱਚ ਹੀ ਆ ਗਿਆ। ਆਖੋ ਸਤਨਾਮ। ਹੁਣ ਸਾਡੇ ਤੇ ਤੁਰਨ ਲੱਗਿਆ ਕਹਿਣਗੇ ਆ ਜਾ ਚੱਲੀਏ, ਜਦੋਂ ਕੋਈ ਮਰ ਜਾਂਦਾ ਕਹਿੰਦੇ ਨੀ ਗਈ ਵੀ ਆ ਜਾ ਚੱਲੀਏ। ਹੁਣ ਨਿੱਕਾ ਨਿਆਣਾ ਖੜਾ ਉਹ ਪੁੱਛਦਾ ਹੋਵੇ ਵੀ ਜੇ ਨਾ ਗਿਆ ਤੇ ਫੇਰ, ਮਰਨ ਲੱਗਿਆ ਕਹਿੰਦੇ ਨੀ ਗਈ। ਹੁਣ ਬਣੀਆਂ ਕੰਨੀ ਮੂੰਹ ਕਰਕੇ ਜਦੋਂ ਐਂ ਕਹਿੰਦੇ ਵੀ ਆ ਜਾ ਚੱਲੀਏ, ਕਿਹਨੂੰ ਕਹਿ ਰਿਹਾ? ਹੈ ਤੇ ਕੋਈ ਅੱਗੇ ਹੈ ਨੀ, ਕਿਹਨੂੰ ਕਹਿੰਦੇ ਐਸ? ਤੇ ਕਈ ਤੇ ਲੋਕੀ ਕੀਰਤਪੁਰ ਜਾਂਦੇ ਆ ਤੇ ਸੀਟ ਸੀਟ ਖਾਲੀ ਰੱਖਦੇ ਆ ਜੀ ਉਹਦੀ, ਕਹਿੰਦੇ ਮਰਿਆ ਬੈਠੂ ਇੱਥੇ, ਸੀਟ ਜੀਪ ਵਿੱਚ ਖਾਲੀ ਰੱਖ ਕੇ ਲਿਜਾਣਗੇ, ਕਹਿੰਦੇ ਫੁੱਲ ਪਾਉਣ ਚੱਲੇ। ਤੇ ਸ੍ਰੀ ਅਕਾਲ ਤਖਤ ਦੀ ਮਰਿਆਦਾ 'ਚ ਕੀ ਲਿਖਿਆ ਹੈ? ਕਿਹੜੀ ਮਰਿਆਦਾ ਕਿਹਾ ਮੈਂ? ਬੋਲੋ ਬੋਲੋ ਬੋਲੋ, ਅਕਾਲ ਤਖਤ ਦੀ ਮਰਿਆਦਾ 'ਚ ਕੀ ਲਿਖਿਆ? ਵੀ ਫੁੱਲ ਨਹੀਂ ਪਾਉਣੇ, ਫੁੱਲ ਲਿਖਿਆ ਹੈ ਅਕਾਲ ਤਖਤ ਦੀ ਮਰਿਆਦਾ। ਪਰ ਮਰ ਜਾਣੇ ਕਰਨ ਕੀ ਜਿਹੜੇ ਉੱਥੇ ਬੈਠੇ ਆ ਅਕਾਲ ਤਖਤਾਂ ਦੇ ਉੱਤੇ? ਇਹ ਆਪ ਹੀ ਇਹੋ ਜਿਹੇ ਆ, ਜਿੱਦਣ ਇਹਨਾਂ ਦਾ ਜਹੇਦਾਰ ਮੱਲ ਸਿੰਘ ਵਰਗਾ ਮਰ ਜਾਂਦਾ ਹੈ, ਇਹ ਲੈ ਕੇ ਗੱਡੀਆਂ ਸਾਰੀ ਉੱਧਰ ਨੂੰ ਤੁਰ ਪੈਂਦੇ ਆ। ਮਰਿਆਦਾ 'ਚ ਕੀ ਲਿਖਿਆ? ਓਏ ਜੱਜ ਕਾਨੂੰਨ ਆਪ ਹੀ ਨਹੀਂ ਮੰਨਦੇ। ਆਖੋ ਸਤਨਾਮ। ਮਰ ਜਾਣ ਜੱਜ ਇਹੋ ਜਿਹੇ, ਆਪ ਹੀ ਕਾਨੂੰਨ ਨਹੀਂ ਮੰਨਦੇ। ਇਹ ਵੱਡੇ ਜੱਜ, ਇਹ ਆਪ ਹੀ ਕਾਨੂੰਨ ਨਹੀਂ ਮੰਨਦੇ। ਕਾਨੂੰਨ ਲਾਗੂ ਇਹਨਾਂ ਨੇ ਕਰਾਉਣਾ ਹੈ, ਲਾਗੂ ਕਾਨੂੰਨ ਕਿਹਨੇ ਕਰਾਉਣਾ? ਜੱਜਾਂ ਨੇ। ਇਹ ਵੱਡੇ ਜੱਜ ਹੈ, ਕਾਨੂੰਨ ਆਪ ਨਹੀਂ ਮੰਨਦੇ। ਫੁੱਲ ਲੈ ਕੇ ਤੁਰ ਪੈਂਦੇ ਸਾਰੇ ਹੀ। ਤੇ ਲਿਖਿਆ ਕੀ ਹੈ? ਵੀ ਫੁੱਲ ਪਾਉਣ ਦੀ ਕੋਈ ਮਰਿਆਦਾ ਨਹੀਂ ਸਾਡੇ। ਸਤਸੰਗ ਕਰੋ, ਵਿਚਾਰ ਕਰੋ, ਦਿਮਾਗ ਖੋਲੋ। ਮਰਨ ਵਾਲਾ ਮਰ ਗਿਆ ਯਾਰ, ਤੁਸੀਂ ਧਰਤੀ 'ਚ ਦੱਬਦੇ ਹੋ ਤਾਂ ਕੋਈ ਨਹੀਂ, ਪਾਣੀ 'ਚ ਰੋੜ ਦਿਓ ਤਾਂ ਪਾਣੀ 'ਚ ਨਾ ਰੋੜਿਆ ਕਰੋ। ਪਾਣੀ ਅੱਗੇ ਹੀ ਗੰਦੇ ਹੋਏ ਪਏ ਆ, ਧਰਤੀ 'ਚ ਦੱਬੋ, ਧਰਤੀ 'ਚ ਦੱਬਦੇ ਰਾਖ, ਕੋਈ ਫਰਕ ਨਹੀਂ ਪੈਂਦਾ। ਜੇ ਮ੍ਰਿਤਕ ਕੋ ਚੰਦਨ, ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਹੋ ਕਵਨ ਫਲ ਪਾਵੇ। ਜੇ ਮ੍ਰਿਤਕ ਕੋ ਬਿਸਟਾ ਮਾਹੇ ਰਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹੜਾ ਮਰ ਗਿਆ ਬਸ ਮਰ ਗਿਆ, ਉਹਦੇ ਵਿੱਚ ਕੀ ਹੈ? ਹੁਣ ਪਾਣੀ ਚ ਰੋੜਦੇ, ਇੱਥੇ ਕਰਦੇ, ਜੋ ਮਰਜ਼ੀ ਕਰਦੇ, ਕੋਈ ਫਰਕ ਨਹੀਂ ਪੈਂਦਾ। ਕਿਤੇ ਨਹੀਂ ਲਿਖਿਆ, ਪਰ ਸਾਡੇ ਵਾਲੇ ਅੱਗੋਂ ਗਲ ਪੈ ਜਾਂਦੇ ਆ। ਲਓ ਜੀ ਇੱਦਾਂ ਕਿਵੇਂ ਫੁੱਲ? ਉਹ ਮੈਂ ਅੱਗੇ ਵੀ ਕਿੰਨੀ ਵਾਰੀ ਸੁਣਾਇਆ ਵੀ ਕੈਨੇਡਾ ਤੋਂ ਆਇਆ ਪਰਿਵਾਰ, ਉਹ ਸੀਟ ਜਦੋਂ ਆਏ ਤੇ ਉਹਨਾਂ ਨੇ ਇਹ ਇੰਡੋ ਕੈਨੇਡੀਅਨ ਜਦੋਂ ਬੱਸ ਕਰਾਈ ਦਿੱਲੀ ਤੋਂ ਤੇ ਸੀਟ ਉਹਦੀ ਕਰਾ ਕੇ ਲੈ ਕੇ ਆਏ, ਤੇ ਜਦੋਂ ਮੈਨੂੰ ਵੀ ਜਾਣਦੇ ਜਦੋਂ ਲੱਗੇ, ਕਹਿੰਦੇ ਜੀ ਫੁੱਲਾਂ ਵਾਲੀ ਕੀ ਮਰਿਆਦਾ? ਮੈਨੂੰ ਉਹਨਾਂ ਦਾ ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਆ ਸਾਡੇ ਵਾਲਾ ਜਿਹੜਾ ਇਹ ਸੀਟ ਤੇ ਕਹਿੰਦੇ ਬੁੱਕ ਕਰਾ ਕੇ ਆਇਆ ਇੰਡੋ ਕੈਨੇਡੀਅਨ ਦੀ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਬਾਪੂ ਦੀ ਸੀਟ ਬੁੱਕ ਕਰਾਈ? ਕਹਿੰਦੇ ਹਾਂ। ਮੈਂ ਕਿਹਾ ਫਿਰ ਜਦੋਂ ਬਾਹਰੋਂ ਆਏ ਸੀ ਕੈਨੇਡਾ ਤੋਂ ਉਦੋਂ ਵੀ ਜਹਾਜ਼ ਦੀ ਵੀ ਸੀਟ ਬੁੱਕ ਕਰਾਈ? ਕਹਿੰਦੇ ਉੱਥੇ ਤੇ 90,000 ਰੁਪਇਆ ਲੱਗ ਜਾਣਾ ਸੀ। ਮੈਂ ਕਿਹਾ ਉੱਥੋਂ ਉੱਡ ਕੇ ਆ ਗਿਆ ਹੋਣਾ ਬੁੜਾ ਤੁਹਾਡਾ, ਵੀ ਉੱਥੋਂ ਦੇ ਬੁੜਾ ਤੁਹਾਡਾ ਉੱਡ ਕੇ ਆ ਗਿਆ, ਇੱਥੇ ਤੁਸੀਂ ਸੀਟਾਂ ਚੱਕੀ। ਆ ਵੇਖੋ, ਹੱਸ ਪਏ ਨਾ ਸਾਰੇ, ਹੱਸਦੇ ਨਾ ਆਪਾਂ।
ਓਏ ਸਾਡੇ ਕੰਨੀ ਵੇਖ ਕੇ ਲੋਕੀ ਐਂ ਹੱਸਦੇ ਆ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੈ ਬੁੱਧੂ ਹੈ ਕਮਲ ਹੱਸਦੇ ਕਿ ਨਹੀਂ ਹੱਸਦੇ ਆਪਾਂ ਕਿਹਦੇ ਤੇ ਹੱਸ ਰਹੇ ਹਾਂ ਭਲਾ ਆ ਗੱਲਾਂ ਸਿੱਖਾਂ ਦੀਆਂ ਹੋ ਰਹੀਆਂ ਕਿ ਬਗਾਨਿਆਂ ਦੀਆਂ ਆਪਾਂ ਹਿੰਦੂਆਂ ਦੀਆਂ ਕਰਦੇ ਹਾਂ ਕਿ ਮੁਸਲਮਾਨਾਂ ਦੀਆਂ ਕਿ ਸਿੱਖਾਂ ਦੀਆਂ ਗੱਜ ਕੇ ਬਈ ਆਪਾਂ ਕੌਣ ਆ ਇਹ ਗੱਲਾਂ ਕਿਹਦੀਆਂ ਕਰਦੇ ਹਾਂ ਆਪਣੀਆਂ ਉਹ ਕਿਹੜੇ ਆ ਫਿਰ ਬਈ ਆਪਾਂ ਨਹੀਂ ਗੱਲਾਂ ਤੇ ਆਪਣੀਆਂ ਚੱਲਦੀਆਂ ਤੇ ਜੇ ਆਪਾਂ ਨੂੰ ਹਾਸਾ ਆਉਂਦਾ ਹੈ ਨਾ ਐਂ ਹੱਸਦੇ ਲੋਕ ਵੇਖ ਕੇ ਕੋਈ ਗੋਰਾ ਵੇਖਦਾ ਹੋਣਾ ਕੋਈ ਹੋਰ ਵੇਖਦਾ ਹੋਣਾ ਕਹਿੰਦਾ ਯਾਰ ਕਰਦੇ ਕੀ ਹੈ ਇਹ ਐਦਾਂ ਐਦਾਂ ਕੀ ਪੜ੍ਹਿਆ ਲਿਖਿਆ ਬੰਦਾ ਦਿਮਾਗੀ ਬੰਦਾ ਜਿਹਦਾ ਦਿਮਾਗ ਚੱਲਦਾ ਉਹ ਕੀ ਕਹਿੰਦਾ ਹੋ ਗੁਰੂ ਨਾਨਕ ਤੇ ਕਹਿੰਦੇ ਹੀ ਹੋਣਗੇ ਗੁਰੂ ਅਰਜਨ ਸਾਹਿਬ ਤੇ ਕਹਿੰਦੇ ਹੀ ਹੋਣਗੇ ਗੁਰੂ ਅਮਰਦਾਸ ਤੇ ਕਹਿੰਦੇ ਹੀ ਹੋਣਗੇ ਕਬੀਰ ਜੀ ਤੇ ਕਹਿੰਦੇ ਹੀ ਹੋਣਗੇ ਅੱਜ ਦਾ ਪੜ੍ਹਿਆ ਲਿਖਿਆ ਕੀ ਆਖੂ ਜਦੋਂ ਕਹਿੰਦਾ ਆ ਜਾ ਚੱਲੀਏ ਅਗਲਾ ਕਹਿੰਦਾ ਯਾਰ ਆਵਾਜ਼ ਕਿਹਨੂੰ ਮਾਰੀ ਹੈ ਇਹਨੇ ਕਿਹਨੂੰ ਆਵਾਜ਼ ਮਾਰਦਾ ਹੈ ਹੱਸਦੇ ਹਾਂ ਅਸੀਂ ਸਾਰੇ ਪਰ ਇਹ ਲੱਛਣ ਤੇ ਸਾਡੇ ਹੈ ਸਾਡੀ ਕੌਮ ਦੇ ਹੈ ਹੱਸਣਾ ਹੱਸ ਕੇ ਨਹੀਂ ਸਰਨਾ ਕੀ ਕਿਹਾ ਮੈਂ ਹੱਸ ਕੇ ਕੁਛ ਕਰਨਾ ਪੈਣਾ ਕੁਛ ਹੱਸ ਕੇ ਨਹੀਂ ਸਰਨਾ ਇਹ ਸਾਡੀ ਕਰਤੂਤ ਹੈ ਤੇ ਸਾਨੂੰ ਬਦਲਣਾ ਪੈਣਾ ਆਪਣੇ ਆਪ ਨੂੰ ਮੈਂ ਕਹਿ ਕੇ ਜਾਵਾਂ ਜਦੋਂ ਮੈਂ ਮਰਿਆ ਉਹ ਐਂ ਕਰਿਓ ਹੱਡੀਆਂ ਹੁੱਡੀਆਂ ਸਾਰੀਆਂ ਮੇਰੇ ਤੇ ਖੇਤ 'ਚ ਹੀ ਖਿਲਾਰ ਦਿਓ ਸਾਰੀਆਂ ਇੱਥੇ ਹੀ ਖਿਲਰ ਜਾਣ ਬਸ ਦੱਬ ਦਿਓ ਧਰਤੀ 'ਚ ਮੈਂ ਨਹੀਂ ਚਾਹੁੰਦਾ ਮੈਨੂੰ ਨਹੀਂ ਲੋੜ ਜਿਉਂਦੇ ਜਿਉਂਦੇ ਜੀਓ ਭਾਈ ਜੇ ਕੋਈ ਬੰਦਾ ਕਾਇਮ ਹੋਵੇ ਨਾ ਮੈਂ ਤੇ ਕਹਿੰਦਾ ਸਹਿਜ ਪਾਠ ਕਰੇ ਆਪ ਦਾ ਆਪ ਤੇ ਜਿੰਨੇ ਪਿਆਰ ਵਾਲੇ ਨੇ ਸਿਆਰਿਆਂ ਨੂੰ ਸੱਦੇ ਤੇ ਅਰਦਾਸ ਕਰਦਾ ਹੋਵੇ ਉਹ ਕਹਿੰਦਾ ਕਾਹਦੀ ਕਰਦਾ ਹੈ ਕਹਿੰਦਾ ਆਪਣਾ ਹੀ ਭੋਗ ਲੱਗਿਆ ਪਾਉਣ ਜਿੰਨੇ ਬੁੱਢੇ ਹੋ ਪਾ ਲਓ ਆਪਣਾ ਮੈਂ ਤੇ ਕਹਿੰਦਾ ਆਪ ਹੀ ਕਈ ਕਹਿਣਗੇ ਮਾਰਨ ਨੂੰ ਫਿਰਦੇ ਹੋ ਨਹੀਂ ਭਾਈ ਸੁਣਿਓ ਗੱਲ ਵੇਖਿਓ ਹਿੰਮਤ ਕਰਕੇ ਵੇਖੋ ਇੱਕ ਵਾਰ ਜ਼ਿੰਦਗੀ 'ਚ ਆਪਣਾ ਸਹਿਜ ਪਾਠ ਕਰਕੇ ਸੱਚੀ ਜੇ ਕਿਤੇ ਇਦਾਂ ਹੋਵੇ ਵੀ ਆਪਣੇ ਪਿਆਰੇ ਸੱਦ ਕੇ ਪ੍ਰਸ਼ਾਦਾ ਇੱਕ ਵਾਰੀ ਰੀਝ ਨਾਲ ਖਵਾ ਦੇ ਜਿਹੋ ਜਿਹਾ ਤੇਰਾ ਹੈ ਤੇ ਐਂ ਬਿਠਾ ਕੇ ਨਾ ਸਾਰਿਆਂ ਨੂੰ ਜੋ ਜ਼ਿੰਦਗੀ 'ਚ ਗਲਤ ਕੀਤਾ ਖੁੱਲ੍ਹ ਕੇ ਕਹਿ ਦੇ ਵੀ ਇੱਕ ਨਾ ਕੁੜੀਆਂ ਨਹੀਂ ਸੀ ਪੜ੍ਹਾਈਆਂ ਪੁੱਤ ਉਦੋਂ ਮੈਂ ਕਹਿੰਦਾ ਸੀ ਬਠਿੰਡੇ ਤੱਕ ਨਹੀਂ ਧੀ ਪੜ੍ਹਨ ਭੇਜਣੀ ਮੇਰੀ ਧੀ ਕਹਿੰਦੀ ਸੀ ਮੈਂ ਪੜ੍ਹਨਾ ਹੈ ਮੈਂ ਕਿਹਾ ਮੈਂ ਬਠਿੰਡੇ ਤੱਕ ਨਹੀਂ ਭੇਜਣੀ ਮੈਂ ਕਮਲਾ ਹੁਣ ਪੋਤੀ ਨੂੰ ਕੈਨੇਡਾ ਭੇਜਣ ਲਈ ਵੀ ਤਿਆਰ ਹੋ ਗਿਆ ਮੈਂ ਧੀ ਪੜ੍ਹਾਈ ਨਹੀਂ ਇਹ ਮੇਰੀ ਬੁੱਲ ਕੇ ਗੱਜ ਕੇ ਇਹ ਮੇਰੀ ਗਲਤੀ ਹੈ 50 ਸਾਲ ਸ਼ਰਾਬ ਪੀਤੀ ਮਾਂ ਪਿਓ ਤੰਗ ਕਰੇ ਘਰ ਵਾਲੀ ਤੰਗ ਕਰੀ ਯਾਰ ਮੈਨੂੰ ਹੁਣ ਅਕਲ ਆਈ ਮੈਂ ਛੱਡੀ ਆ ਪਿਛਲੇ 10 ਸਾਲ ਬਹੁਤ ਨਜ਼ਾਰਾ ਲਿਆ ਮੈਂ ਜਿੰਨੀ ਪਹਿਲਾਂ ਪੀ ਕੇ ਘਰ ਵਾਲੀ ਨੂੰ ਕੁੱਟਿਆ ਮੈਂ ਉਹਦੀ ਮਾਫੀ ਮੰਗਦਾ ਯਾਰ ਇਹ ਮੇਰੀ ਗਲਤੀ ਖੁੱਲ੍ਹ ਕੇ ਕਹਿ ਕੇ ਵੇਖੋ ਮੈਂ ਕਹਿੰਦਾ ਉਦਣ ਜਿਹੜੀ ਨੀਂਦ ਆਊ ਨਾ ਤੈਨੂੰ ਤੇਰੇ ਘਰ ਵਾਲੀ ਨੇ ਹੱਥ ਫੜ ਲੈਣੇ ਤੈਨੇ ਨਾ ਜੀ ਨਾ ਐ ਨਾ ਕਹੋ ਹੱਥ ਫੜੂ ਤੇਰੇ ਤੇਰੇ ਰੋਣ ਤੋਂ ਪਹਿਲਾਂ ਜਿਹਦੇ ਤੋਂ ਗਲਤੀ ਮੰਨੇਗਾ ਤੇਰੀ ਧੀ ਵਿੱਚ ਬੈਠੀ ਨਾ ਰੋਈ ਤਾਂ ਕਹੀ ਅੱਖਾਂ ਚੋਂ ਭਰੂ ਪਾਣੀ ਭਰ ਦੂ ਬਾਪੂ ਐ ਨਾ ਕਹਿ ਪੁੱਤ ਨੂੰ ਕਹਿ ਕੇ ਵੇਖ ਜਿੱਥੇ ਜਿੱਥੇ ਗਲਤੀ ਕੀਤੀ ਹੈ ਪਿੰਡ ਦਾ ਸਰਪੰਚ ਰਿਹਾ ਨਾ ਓਏ ਰਲ ਕੇ ਯਾਰ ਕਈ ਕੁਝ ਖਾਧਾ ਗਿਆ ਯਾਰ ਮੈਂ ਮਾਫੀ ਪਿੰਡ ਤੋਂ ਮੰਗਦਾ ਕਹਿ ਕੇ ਵੇਖ ਇਹ ਕਿਤੇ ਹਿੰਮਤ ਆ ਜਾਏ ਨਾ ਹੁੰਦੀ ਹੈ ਨਹੀਂ ਸਾਡੇ ਮਾਫ ਕਰਨਾ ਸਾਡੇ ਚ ਹੈ ਨਹੀਂ ਬੰਦਾ ਗਲਤੀਆਂ ਮੰਨ ਲੈ ਇਹ ਬੜਾ ਔਖਾ ਸਭ ਤੋਂ ਔਖਾ ਕਦੇ ਨਹੀਂ ਕਹਿ ਸਕਦਾ ਵੀ ਮੈਂ ਗਲਤ ਹਾਂ ਯਾਰ ਸੌ ਸੌ ਗਲਤੀ ਕਰਕੇ ਬੰਦਾ ਕਦੇ ਨਹੀਂ ਆਪਣੀ ਗਲਤੀ ਮੰਨਦਾ ਪਰ ਇੱਕ ਵਾਰੀ ਨਾ ਕਿਤੇ ਹਿੰਮਤ ਕਰਕੇ ਕਹਿ ਕੇ ਵੇਖ ਤੂੰ ਨਾ ਭੋਗ ਪਾ ਤੂੰ ਰਿਸ਼ਤੇਦਾਰ ਇਕੱਠੇ ਕਰਕੇ ਕਹਿ ਦੇ ਆ ਆ ਹੋਇਆ ਮੈਂ ਮਾਫੀ ਮੰਗਦਾ ਤੂੰ ਯਾਦ ਰੱਖੀ ਤੈਨੂੰ ਤੇਰੀ ਕਦਰ ਕਿੰਨੀ ਪੈਂਦੀ ਹੈ ਤੇਰਾ ਸਤਿਕਾਰ ਕਿੰਨਾ ਵੱਧਦਾ ਤੂੰ ਇਹ ਵੇਖ ਤੇਰੇ ਰਿਸ਼ਤੇਦਾਰਾਂ 'ਚ ਤੇਰੇ ਪਰਿਵਾਰਾਂ 'ਚ ਕਿੱਡਾ ਵੱਡਾ ਰੁਤਬਾ ਤੇਰਾ ਬਣਦਾ ਉਦਣ ਵੇਖੀ ਤੂੰ ਫਸਿਆ ਪਿਆ ਸਾਰਾ ਕੁਝ ਸਾਡੇ ਅੰਦਰ ਕੱਢਣਾ ਨਹੀਂ ਚਾਹੁੰਦੇ ਪਰ ਮੈਂ ਕਹਿੰਦਾ ਗੋਰਿਆਂ ਵਿੱਚ ਸਾਡੇ ਨਾਲੋਂ ਇਹ ਕਿਤੇ ਜ਼ਿਆਦਾ ਖੂਬੀ ਹੈ ਕਿਤੇ ਖੂਬੀ ਹੈ ਮੈਂ ਕਹਿੰਦਾ ਖੁੱਲ੍ਹ ਕੇ ਜਦੋਂ ਗਲਤ ਹੋ ਜਾਏ ਨਾ ਤੇ ਮੰਨ ਲੈਂਦੇ ਆ ਵੀ ਸਾਥੋਂ ਗਲਤੀ ਹੋ ਗਈ ਕਹਿੰਦੇ ਆ ਉਹ ਮੰਨਦੇ ਬਲਿਹਾਰੇ ਜਾਈਏ ਉਹ ਗੁਰੂ ਸਾਹਿਬ ਤੋਂ ਹੈ ਕੁਛ ਵੀ ਨਹੀਂ ਫਿਰ ਵੀ ਕਹਿੰਦੇ ਮੈਂ ਮੂਰਖ
ਕੀ ਕੀਤਕ ਬਾਤ ਹੈ ਕੋਟ ਪਰਾਧੀ ਭਾਈ ਗੁਰਦਾਸ ਨੂੰ ਪੜ੍ਹਦੇ ਆ ਵੇਖਿਓ ਹਉ ਅਪਰਾਧੀ ਗੁਣਾਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰੱਖਦਾ ਖੁੱਲ ਕੇ ਸਟੇਟਮੈਂਟ ਕਹਿੰਦੇ ਮੈਂ ਵਿਸ਼ਵਾਸ ਘਾਤੀ ਵੀ ਹਾਂ ਮੈਂ ਅਕਿਰਤ ਕਣ ਵੀ ਹਾਂ ਉਹ ਏਡੇ ਏਡੇ ਰੁਤਬਿਆਂ ਵਾਲੇ ਪਤਾ ਕਿਉਂ ਐ ਬੋਲਦੇ ਐ ਵੀ ਤੈਨੂੰ ਵੀ ਗਲਤੀਆਂ ਮੰਨਣੀਆਂ ਆ ਜਾਣ ਭੁੱਲਾਂ ਕਰਦਾ ਹੈ ਬੰਦਾ ਹਰ ਬੰਦਾ ਭੁੱਲਦਾ ਕਿ ਨਹੀਂ ਭੁੱਲਦਾ ਬਈ ਪਿਆਰਿਓ ਗੱਜ ਕੇ ਹਰ ਬੰਦਾ ਭੁੱਲਦਾ ਹੈ ਆ ਜਿਹੜੇ ਸ਼ਬਦ ਆਉਂਦੇ ਨੇ ਬਾਣੀ ਚ ਇਦਾਂ ਦੇ ਉਹਦਾ ਅਰਥ ਹੀ ਇਹ ਹੈ ਵੀ ਸਾਨੂੰ ਆਪਣੀਆਂ ਭੁੱਲਾਂ ਸਵੀਕਾਰਨੀਆਂ ਆ ਜਾਣ ਸਾਨੂੰ ਸਾਡੀਆਂ ਗਲਤੀਆਂ ਮੰਨਣੀਆਂ ਆ ਜਾਣ ਇਹ ਸ਼ਬਦਾਂ ਦੇ ਅਰਥ ਇਹ ਹੈ ਖੁੱਲ ਕੇ ਕਹੀਏ ਗਲਤੀਆਂ ਕਰਦੇ ਹਾਂ ਆ ਸਾਡੇ ਜਥੇਦਾਰੋ ਪਿਆਰਿਓ ਆਪਾਂ ਕਿਹੜੇ ਬਾਗ ਦੀ ਮੂਲੀ ਆ ਵੱਡੀਆਂ ਵੱਡੀਆਂ ਕਿਰਪਾਨਾਂ ਹੱਥਾਂ 'ਚ ਫੜਦੇ ਐ ਵੱਡੀਆਂ ਵੱਡੀਆਂ ਪੱਗਾਂ ਬੰਨੀਆਂ ਐ ਚੌਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਪਤਾ ਨਹੀਂ ਕਿੰਨੀ ਕੁ ਵਾਰੀ ਇਹਨਾਂ ਨੇ ਜ਼ਿੰਦਗੀ 'ਚ ਚੱਕਿਆ ਹੋਣਾ ਪਰ ਕਿਤੇ ਕਹਿੰਦੇ ਆ ਵੀ ਸਰਸੇ ਵਾਲੇ ਨੂੰ ਮਾਫ਼ ਕਰਨਾ ਸਾਡੀ ਗਲਤੀ ਸੀ ਗੱਜ ਕੇ ਮੰਨਦੇ ਐ ਨਹੀਂ ਮੰਨਦੇ ਸਰਸੇ ਵਾਲੇ ਦੇ ਕਾਂਡ ਦੇ ਵਿੱਚ ਹੀ ਕਮਲਜੀਤ ਸਿੰਘ ਸੁਨਾਮ ਸ਼ਹੀਦ ਹੋਇਆ ਸੰਗਰੂਰ ਵਾਲਾ ਸਿੰਘ ਬੰਬੇ ਵਾਲਾ ਹੋਇਆ ਸਿੰਘ ਬਲਕਾਰ ਸਿੰਘ ਤੇ ਡੱਬ ਵਾਲੀ ਦਾ ਕੌਣ ਹੋਇਆ ਬੋਲੋ ਹਰਮੰਦਰ ਸਿੰਘ ਹਰਮੰਦਰ ਸਿੰਘ ਡੱਬ ਵਾਲੀ ਵਾਲਾ ਉਹ ਕਿਉਂ ਕਿੰਨੇ ਬੰਦੇ ਉਦੋਂ ਕਿੰਨੇ ਸ਼ਹੀਦ ਹੋਏ 18 ਜੁਲਾਈ 2008 8 ਵਿੱਚ ਮੈਂ ਭੋਗ ਤੇ ਆਇਆ ਸੀ ਉਦੋਂ ਮੈਨੂੰ ਚੇਤਾ ਹੈ ਹਰਮੰਦਰ ਸਿੰਘ ਦੇ ਭੋਗ ਤੇ ਆਇਆ ਸੀ ਮੈਂ ਤੇ ਕਿੱਦਾਂ ਲੋਕਾਂ ਦੇ ਅੰਦਰ ਦਰਦ ਸੀ ਪਰ ਜਿੱਦੇ ਉਹ ਕੀਤਾ ਮਾਫ ਕੀਤਾ ਪੁੱਛਿਆ ਕਿਸੇ ਨੂੰ ਪੁੱਛਿਆ ਤੇ ਜਿੱਦੇ ਜਾਣ ਲੱਗਿਆ ਸੀ ਇਦਾਂ ਕਹਿ ਦੇਣਾ ਮੀਡੀਆ ਇਕੱਠਾ ਕਰਕੇ ਉਹ ਸਿੱਖੋ ਮੇਰੇ ਤੋਂ ਗਲਤੀ ਹੋ ਗਈ ਮੈਂ ਮਗਰ ਲੱਗ ਗਿਆ ਮੈਂ ਚਾਹੁੰਦਾ ਸੀ ਮੇਰਾ ਅਹੁਦਾ ਨਾ ਚਲਿਆ ਜਾਵੇ ਮੇਰੇ ਤੋਂ ਗਲਤੀ ਹੋ ਗਈ ਦੱਸੋ ਫਿਰ ਕੌਮ ਚ ਮਾਫ ਕਰਦੀ ਕਿ ਨਾ ਕਰਦੀ ਕੌਮ ਪਰ ਸਾਰਾ ਕੁਝ ਖੁੱਲ ਕੇ ਕਹਿੰਦਾ ਦੱਸਦਾ ਅਹੁਦੇ ਤੇ ਹੁੰਦਿਆਂ ਕਹਿੰਦਾ ਕੌਣ ਮੰਨਦਾ ਇੱਥੇ ਗਲਤੀਆਂ ਜਿੰਨੀਆਂ ਮਰਜ਼ੀ ਗਲਤੀਆਂ ਅਗਲਾ ਕਿੱਥੇ ਮੰਨਦਾ ਹੈ ਪਰ ਸਾਡੇ ਗੁਰੂ ਜੀ ਕਹਿੰਦੇ ਸੀ ਜੇ ਗਲਤ ਹੁੰਦਾ ਤੇ ਮੰਨ ਜਾ ਜਾ ਅੜ ਨਾ ਲੱਤਾਂ ਨਾ ਫਸਾ ਕਹਿੰਦੇ ਹੌਲਾ ਹੋ ਜਾ ਜਮਾਂ ਹੀ ਹੌਲਾ ਹੋ ਜਾ ਉਸ ਤੋਂ ਬਾਅਦ ਵੇਖੀ ਤੁਹਾਡੇ ਘਰ ਵਾਲੀਆਂ ਦੇ ਕਈ ਬੰਦਿਆਂ ਤੋਂ ਗਲਤੀਆਂ ਹੋਈਆਂ ਘਰ ਵਾਲੀਆਂ ਨੂੰ ਪਤਾ ਇੱਕ ਵਾਰੀ ਕਹਿ ਦੇ ਭਾਵੇਂ 10 ਸਾਲ ਪਹਿਲਾਂ ਅੜੀ ਕਰੀ ਜਾਂਦਾ ਕਹਿ ਦੇ ਹੋ ਗਈ ਸੀ ਗਲਤੀ ਮਾਫ ਕਰ ਦੇ ਤੇ ਤੁਹਾਨੂੰ ਲੱਗਦਾ ਵੀ ਮਾਫ ਨਹੀਂ ਕਰੂ ਕਹਿ ਕੇ ਤੇ ਵੇਖ ਇੱਕ ਵਾਰੀ ਮਨ ਤੇ ਸਹੀ ਇੱਕ ਵਾਰੀ ਜੈਨੂਅਨ ਬਣ ਤੇ ਸਹੀ ਜੈਨੂਅਨ ਬਣ ਕੇ ਕਹਿ ਤੇ ਸਹੀ ਇੱਕ ਵਾਰੀ ਪੜਦੇ ਪਾਈ ਜਾਂਦਾ ਬੰਦਾ ਹੋਰ 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 ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰ ਪਤਾ ਸਾਰਾ ਕੁਛ ਹੈ ਤੇ ਮੇਰੇ ਵੀਰੋ ਭਰਾਵੋ ਭੈਣੋ ਇਹ ਬੇਈਮਾਨੀਆਂ ਸਾਡੇ ਅੰਦਰ ਹੈ ਇਹ ਕਮੀਆਂ ਸਾਡੇ ਅੰਦਰ ਹੈ ਤੇ ਕਹਿਣਾ ਆ ਜੇ ਨਾ ਜੇ ਕਿਤੇ ਖੁੱਲ ਕੇ ਤੇ ਜ਼ਿੰਦਗੀ ਬਦਲ ਜਾਏ ਕਮਾਲ ਹੋ ਜਾਏ ਇਸ ਕਰਕੇ ਗਿਆਨ ਦਾ ਦੀਵਾ ਕਿਹੜਾ ਬਾਲਦਾ ਜੀ ਇੱਥੇ ਤੇ ਵੇਦ ਪਾਠ ਸੰਸਾਰ ਕੀ ਕਾਰ ਹੈ ਲੋ ਸ਼ਬਦ ਜਿਹੜਾ ਚੱਲਦਾ ਹੈ ਦੀਵਾ ਬਲੈ ਪੜਿਓ ਪੜਿਓ ਸਾਰੇ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੈ ਅੰਧੇਰਾ ਜਾਏ
ਭਲੇ ਅੰਧੇਰਾ ਜਾਏ ਦੀਵਾ ਭਲੇ ਅੰਧੇਰਾ ਜਾਏ ਦੀਵਾ ਭਲੇ ਅੰਧੇਰਾ ਜਾਏ ਬੇਦ ਪਾਠ ਸੰਸਾਰ ਕੀ ਕਾਰ ਬੇਦ ਪਾਠ ਸੰਸਾਰ ਕੀ ਕਾਰ ਪੜ੍ਹ ਪੜ੍ਹ ਪੰਡਤ ਕਰ ਹੈ ਵਿਚਾਰ ਪੜ੍ਹ ਪੜ੍ਹ ਪੰਡਤ ਕਰ ਹੈ ਵਿਚਾਰ ਪੜ ਪੜ ਪੰਡਤ ਕਰ ਹੈ ਵਿਚਾਰ ਦੀਵਾ ਭਲੇ ਅੰਧੇਰਾ ਜਾਏ 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 ਦੀਵਾ ਭਲੇ ਜੇ ਦੀਵੇ ਬੜੇ ਹੁੰਦੇ ਗਿਆਨ ਦੇ ਨਾ ਪੰਜਾਬ ਨਾ ਹਰਿਆਣਾ ਨਾ ਰਾਜਸਥਾਨ ਇੱਥੇ ਕੋਈ ਡੇਰਾ ਬਣ ਜਾਂਦਾ ਕੋਈ ਪਖੰਡੀ ਆਉਂਦਾ ਇੱਥੇ ਚਾਨਣ ਵਾਲੇ ਬੰਦੇ ਸਾਹਮਣੇ ਉਹਨੂੰ ਠੱਗ ਕੌਣ ਸਕਦਾ ਹੈ ਸਭ ਦਿਸਦਾ ਅਗਲੇ ਨੂੰ ਸਮਝਦਾ ਹੈ ਕੋਈ ਨਹੀਂ ਬੁੱਧੂ ਬਣਾ ਸਕਦਾ ਜੇ ਚਾਨਣ ਹੁੰਦਾ ਜ਼ਿੰਦਗੀ ਵਿੱਚ ਅੱਗੇ ਸੁਣ ਲਓ ਬਿਨ ਬੂਝੇ ਸਭ ਹੋਏ ਖੁਆਰ ਸਭ ਹੋਏ ਖੁਆਰ ਨਾਨਕ ਗੁਰ ਮੁਖ ਉਤਰ ਸਪਾਰ ਨਾਨਕ ਗੁਰ ਮੁਖ ਉਤਰ ਸਪਾਰ ਦੀਵਾ ਭਲੇ ਅੰਧੇਰਾ ਜਾਏ ਦੀਵਾ ਭਲੇ ਅੰਧੇਰਾ ਜਾਏ ਦੀਵਾ ਭਲੇ ਜ਼ਿੰਦਗੀ ਵਿੱਚ ਗਿਆਨ ਦਾ ਦੀਵਾ ਬਲੇ ਹਨੇਰਾ ਖਤਮ ਗਿਆਨ ਆ ਗਿਆ ਸਮਝ ਆ ਗਈ ਤੇ ਇਹ ਚਾਨਣ ਆਉਣਾ ਚਾਹੀਦਾ ਗੁਰਬਾਣੀ ਤੋਂ ਪਰ ਸਾਡੇ ਕਹਿੰਦੇ ਆ ਨੇੜੇ ਨਾ ਲੱਗੋ ਮੈਂ ਹਰ ਜਗ੍ਹਾ ਬੇਨਤੀ ਕੀਤੀ ਆਪ ਸਹਿਜ ਪਾਠ ਕਰੋ ਹਰੇਕ ਸਿੱਖ ਦਾ ਸਹਿਜ ਪਾਠ ਚੱਲਦਾ ਰਵੇ ਤੂੰ ਨਹੀਂ ਵੀ ਦਾੜੀ ਕੇਸ ਰੱਖੇ ਸਹਿਜ ਪਾਠ ਕਰ ਸਕਦਾ ਹੈ ਪੋਥੀ ਤੋਂ ਪਾਠ ਕਰ ਸਕਦਾ ਹੈ ਤੂੰ ਨਹੀਂ ਵੀ ਅੰਮ੍ਰਿਤ ਛਕਿਆ ਤੂੰ ਪਾਠ ਕਰ ਸਕਦਾ ਹੈ ਤੂੰ ਹਿੰਦੂ ਘਰ 'ਚ ਜੰਮਿਆ ਤਾਂ ਵੀ ਤੂੰ ਪਾਠ ਕਰ ਸਕਦਾ ਹੈ ਗੁਰਬਾਣੀ ਨੂੰ ਸਮਝ ਸਕਦੇ ਹੋ ਤੁਸੀਂ ਤੇ ਸਮਝ ਕੇ ਚਾਨਣ ਲੈ ਲਿਓ ਅਕਲ ਆ ਗਿਆ ਅਕਲ ਆ ਗਈ ਸਮਝ ਆ ਗਈ ਜ਼ਿੰਦਗੀ ਸੋਹਣੀ ਬਣ ਗਈ ਤੇ ਸਾਨੂੰ ਜਿਉਣ ਦਾ ਚੱਜ ਆ ਗਿਆ ਦੁਨੀਆ 'ਚ ਹੁਣ ਸਾਨੂੰ ਕੋਈ ਬੁੱਧੂ ਨਹੀਂ ਬਣਾ ਸਕਦਾ ਤੇ ਕੱਲ ਵੀ ਮੈਂ ਬੇਨਤੀ ਕੀਤੀ ਸੀ ਕੱਲ ਵੀ ਅਰਜ ਕਰਕੇ ਗਿਆ ਸੀ ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਅਗਲਾ ਕਹਿੰਦਾ ਕਿਰਪਾਨ ਤੇ ਤਿੰਨ ਫੁੱਟੀ ਚੱਕੀ ਫਿਰਦਾ ਹੈ ਚੋਲਾ ਤੇਰਾ ਪੈਰਾਂ ਨੂੰ ਲੱਗਦਾ ਹੈ ਬੜਾ ਤੂੰ ਕਹਿੰਦਾ ਵੀ ਮੈਨੂੰ ਚੱਜ ਆ ਗਿਆ ਬਾਹਰੋਂ ਤੇ ਬਹੁਤ ਵਧੀਆ ਲੱਗਦਾ ਪਰ ਜ਼ਿੰਦਗੀ ਜਿਉਣ ਦਾ ਚੱਜ ਨਹੀਂ ਕਮਲਾ ਉਵੇਂ ਹੀ ਬਣੀ ਜਾਂਦਾ ਬੁੱਧੂ ਉਵੇਂ ਹੀ ਬਣੀ ਜਾਂਦਾ ਲੁੱਟਿਆ ਉਵੇਂ ਹੀ ਜਾਂਦਾ ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ
ਬਾਣੀ ਤੋਂ ਦੱਸ ਕੀ ਸਿੱਖਿਆ ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸ ਕੀ ਸਿੱਖਿਆ ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸ ਕੀ ਸਿੱਖਿਆ ਜੱਜ ਜ਼ਿੰਦਗੀ ਬਾਣੀ ਤੋਂ ਦੱਸ ਕੀ ਸਿੱਖਿਆ ਜ਼ਿੰਦਗੀ ਜਿਉਣ ਦਾ ਨਾ ਆਇਆ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਕੀ ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਕੀ ਸਿੱਖਿਆ ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਕੀ ਸਿੱਖਿਆ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਕੀ ਸਿੱਖਿਆ ਜੀ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਬਾਣੀ ਤੋਂ ਦੱਸੋ ਕੀ ਸਿੱਖਿਆ ਬਾਬਾ ਬਾਣੀ ਤੋਂ ਦੱਸੋ ਕੀ ਸਿੱਖਿਆ ਬਾਬਾ 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 ਬਾਬਾ ਬਾਣੀ ਤੋਂ ਕੀ ਸਿੱਖਿਆ ਜੱਜ ਜ਼ਿੰਦਗੀ ਜਿਉਣ ਦਾ ਨਾ ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਦੱਸੋ ਕੀ ਸਿੱਖਿਆ ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਤੋਂ ਦੱਸੋ ਕੀ ਸਿੱਖਿਆ ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਤੋਂ ਦੱਸੋ ਕੀ ਸਿੱਖਿਆ ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਤੋਂ ਦੱਸੋ ਕੀ ਸਿੱਖਿਆ ਜ਼ਿੰਦਗੀ ਜਿਉਣ ਦਾ ਨਾ ਆਇਆ ਜੱਜ ਜ਼ਿੰਦਗੀ ਜਿਉਣ ਬਾਣੀ ਤੋਂ ਦੱਸੋ ਕੀ ਸਿੱਖਿਆ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਚੱਜ ਸਿੱਖੀਏ ਜ਼ਿੰਦਗੀ ਜਿਉਣ ਦਾ ਅਕਲ ਲਈਏ ਦਿਮਾਗ ਖੋਲੀਏ ਵੀਰੋ ਭਰਾਵੋ ਭੈਣੋ ਜੇ ਤੁਸੀਂ ਮੈਨੂੰ ਪੁੱਛੋ ਵੀ ਭਾਈ ਸਾਹਿਬ ਜੀ ਵੀਰ ਜੀ ਇਹ ਦੱਸੋ ਵੀ ਬੰਦਾ ਸਦਾ ਲਈ ਸ਼ਾਂਤ ਕਿਵੇਂ ਹੋ ਸਕਦਾ ਬਿਲਕੁਲ ਸੁਖੀ ਸੁਖੀ ਖੁੜਿਆ ਖੜਿਆ ਇਹਦਾ ਤਰੀਕਾ ਦੱਸੋ ਇੱਕੋ ਹੀ ਤਰੀਕਾ ਹੈ ਗੁਰਬਾਣੀ ਨੂੰ ਸਮਝ ਕੇ ਆਪਣੇ ਫਰਜ਼ ਪਛਾਣਨੇ ਸ਼ੁਰੂ ਕਰ ਦੇ ਆਪਣੀ ਡਿਊਟੀ ਦਿਲ ਲਾ ਕੇ ਕਰਨ ਲੱਗ ਜਾ ਹਰੇਕ ਕੰਮ ਸਮੇਂ ਸਿਰ ਕਰਨ ਲੱਗ ਜਾ ਮੈਂ ਕਹਿੰਦਾ ਤੁਹਾਡਾ ਟਾਈਮ ਟੇਬਲ ਬਣਿਆ ਹੋਵੇ ਵੇਖਿਓ 5 ਵਜੇ ਉੱਠਣਾ ਹੈ ਇਦਾਂ ਜੇ ਤੁਸੀਂ 5 ਵਜੇ ਉੱਠਦੇ ਆ ਜੋ ਵੀ ਤੁਹਾਡਾ ਰੁਟੀਨ ਹੈ ਪਤਾ ਨਹੀਂ ਮੈਨੂੰ 5 ਵਜੇ ਉੱਠਣਾ ਹੈ 5:15 ਵਜੇ ਤੱਕ ਮੈਂ ਬਾਥਰੂਮ ਵਗੈਰਾ ਗਿਆ ਬ੍ਰਸ਼ ਕਰ ਲਿਆ 5:30 ਤੱਕ ਮੈਂ ਨਹਾਉਣਾ ਹੈ 6:15 ਮੈਂ ਚਾਹ ਪੀਣੀ ਹੈ 6 ਵਜੇ ਮੈਂ ਆਹ ਕੰਮ ਕਰਨਾ ਹੈ 7 ਵਜੇ ਮੈਂ ਆਹ ਕਰਨਾ ਹੈ 9 ਵਜੇ ਮੈਂ ਆਹ ਕੰਮ ਕਰਦਾ 9 ਤੋਂ 11 ਮੈਂ ਆਹ ਕਰਦਾ ਹੁੰਦਾ 11 ਤੋਂ ਮੈਂ ਆਹ ਕਰਦਾ 3 ਵਜੇ ਫਿਰ ਮੈਂ ਆਹ ਕੰਮ ਕਰਦਾ 3:30 ਤੱਕ ਮੈਂ ਇੱਦਾਂ ਕਰਨਾ ਹੈ ਤੁਹਾਡੇ ਟਾਈਮ ਮੁੱਠੀ 'ਚ ਆ ਜਾਏਗਾ ਪਲੈਨਿੰਗ ਨਾਲ ਡਿਸਿਪਲਿਨ ਨਾਲ ਜਦੋਂ ਪੱਕਾ ਟਾਈਮ ਟੇਬਲ ਬਣਾ ਲੈਂਦਾ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰ ਦੇ ਚਾਹ ਪੀਣ ਤੋਂ ਲੈ ਕੇ ਰਾਤ ਦੇ ਦੁੱਧ ਪੀਣ ਤੱਕ ਇੱਕ ਇੱਕ ਚੀਜ਼ ਦਾ ਟਾਈਮ ਟੇਬਲ ਬਣਾ ਵੀ ਆਹ 1 ਘੰਟਾ ਮੈਂ ਆਪਣੇ ਯਾਰ ਬੇਲੀਆਂ ਨਾਲ ਬੈਠਦਾ ਆਹ 1/2 ਘੰਟਾ ਮੈਂ ਫੋਨ ਵੇਖਦਾ ਆਹ 1 ਘੰਟਾ ਮੈਂ ਸੈਰ ਕਰਕੇ ਆਉਂਦਾ ਆਹ 1/2 ਘੰਟਾ ਮੈਂ ਨਿਤਨੇਮ ਕਰਦਾ ਆਹ ਮੈਂ ਇੰਨਾ ਟਾਈਮ ਇੱਕ ਇੱਕ ਚੀਜ਼ ਦਾ ਟਾਈਮ ਟੇਬਲ ਮੈਂ ਕੰਮ ਤੇ ਜਾਂਦਾ 8 ਘੰਟੇ
15 ਮਿੰਟ ਮੇਰੇ ਰਾਹ 'ਚ ਲੱਗਦੇ ਜਾਣ ਤੇ 15 ਆਉਣ ਤੇ ਕੱਲੀ ਕੱਲੀ ਚੀਜ਼ ਦਾ ਟਾਈਮ ਟੇਬਲ ਬਣਾਓ, ਸਾਰੇ ਦਿਨ ਦਾ ਸ਼ਡਿਊਲ ਬਣਾਓ, ਕੱਲ ਦਾ ਸ਼ਡਿਊਲ ਬਣਾਓ, ਕੱਲ ਨੂੰ ਰਾਤ ਨੂੰ ਸੌਣ ਲੱਗਿਆਂ ਪਰਸੋਂ ਦਾ ਸ਼ਡਿਊਲ ਬਣਾਓ, ਪਰਸੋਂ ਨੂੰ ਸੌਣ ਲੱਗਿਆਂ ਚੌਥੇ ਦਾ ਸ਼ਡਿਊਲ ਬਣਾਓ। ਬੋਰਿੰਗ ਪਤਾ ਜ਼ਿੰਦਗੀ ਕਦੋਂ ਲੱਗਦੀ ਹੈ? 8 ਵੱਜ ਗਏ, ਰੋਟੀ ਖਾ ਲਈ, ਬੈਠੇ ਆ ਹੁਣ ਬਸ ਵਿਹਲੇ, ਕੀ ਕਰਨਾ ਹੈ? ਬੱਕਾ ਵੇਖਦੇ ਆ ਵੀ ਕੀ ਕਰਨਾ ਹੈ, ਸੋਚਦੇ ਆ ਬਸ, ਚੱਲਦੇ ਆ ਤਾਸ਼ਾਂ ਵਾਲਿਆਂ ਕੋਲ ਬਹਿ ਗਏ, 3 ਵੱਜ ਗਏ, 4 ਵੱਜ ਗਏ, 5 ਵੱਜ ਗਏ, 3 ਕੁ ਵਜੇ ਲੰਚ ਟਾਈਮ ਜਿਵੇਂ ਚਾਹ ਪੀਣ ਆਉਣੀ ਹੁੰਦੀ ਘਰੇ, 3 ਵਾਲੀ ਪੀ ਕੇ ਫੇਰ ਉੱਥੇ ਬਸ ਚੱਲੀ ਜਾਂਦਾ, ਕਰਦੇ ਆ ਬਸ ਵਿਹਲੇ। ਐ ਨਹੀਂ ਜ਼ਿੰਦਗੀ ਲੰਘਦੀ, ਰਸ ਨਹੀਂ ਆਉਂਦਾ ਵੀਰੋ ਭਰਾਵੋ। ਦਿਨ ਦੇ ਦੀਵਾਨ ਚੱਲਦੇ ਨਾ ਸਾਡੇ, ਤੇ ਮੈਂ ਉੱਥੇ ਬੇਨਤੀ ਕਰਦਾ ਹੁੰਦਾ, ਜਦੋਂ ਵੱਜਦੇ ਆ ਨਾ ਸ਼ਾਮ ਦੇ 4 ਵਜੇ ਹਿਲਜੁਲ ਹੋਣ ਲੱਗ ਜਾਂਦੀ, ਕਿਉਂਕਿ ਜਿਨ੍ਹਾਂ ਨੇ ਪੱਠੇ ਪਾਉਣੇ ਹੁੰਦੇ ਘਰੇ ਜਾ ਕੇ ਉਹਨਾਂ ਨੂੰ 4 ਵਜੇ ਹੁੰਦਾ ਵੀ ਭੋਗ ਪਵੇ ਚੱਲੀਏ ਘਰ ਨੂੰ। ਜਿਹੜੀਆਂ ਬੀਬੀਆਂ ਨੇ ਘਰੇ ਜਾ ਕੇ ਰੋਟੀ ਭੁਗਣ ਬਣਾਉਣੀ ਹੁੰਦੀ ਹੈ, ਉਹ ਵੀ ਪਰੇਸ਼ਾਨ ਹੋ ਜਾਂਦੀਆਂ ਵੀ ਘਰ ਵਾਲਾ ਕਹੇਗਾ ਵੀ ਤੂੰ 4 ਵਜੇ, 5 ਵਜੇ, 6 ਵਜੇ ਘਰ ਵੜੀ ਹੈ, ਉਹ ਵੀ ਪਰੇਸ਼ਾਨ ਹੁੰਦੀ ਹੈ। ਸੁਣਿਓ, ਸੁਖੀ ਬੰਦਾ ਕਿਹੜਾ ਬੈਠਾ ਹੁੰਦਾ ਦੀਵਾਨ ਵਿੱਚ? ਜਿਹੜੇ ਦੀਵਾਨ ਸੁਣਦੇ ਹੋ, ਮੈਂ ਦੀਵਾਨ 'ਚ ਇਹ ਗੱਲ ਬਹੁਤ ਵਾਰ ਕਰਦਾ, ਉਹ ਸੁਖੀ ਪਤਾ ਕਿਹੜਾ ਬੈਠਾ ਹੈ? ਜਿਹਨੂੰ ਪਤਾ ਵੀ ਦੀਵਾਨ 'ਚ ਜਾਣਾ ਹੈ, ਸ਼ਾਮ ਦੇ ਵੱਜ ਜਾਣਗੇ 5, ਆਪਾਂ ਐਂ ਕਰੀਏ ਅੱਜ ਪੱਠੇ ਦੱਥੇ ਪਾ ਕੇ ਜਾਈਏ, ਪੱਠੇ ਵੇਲੇ ਨਾਲ ਵੱਢ ਕੇ ਲਿਆਇਆ, ਮੱਝਾਂ ਦਾ ਨਵੇੜ ਕੇ ਖੁਰਲੀਆਂ 'ਚ ਪਾ ਕੇ ਆਇਆ, ਜਾ ਕੇ ਕੀ ਕਰਨਾ? ਬਸ ਮੱਝਾਂ ਖੋਲਣੀਆਂ, ਖੁਰਲੀਆਂ ਤੇ ਬੰਨ ਦੇਣੀਆਂ, ਪਿਓ ਲੜੇਗਾ? ਦੱਸੋ, ਨਵੇੜ ਕੇ ਆਇਆ ਨਾ। ਅੱਛਾ ਸੁਣੋ, ਉਹ ਆਰਾਮ ਨਾਲ ਬਹਿ ਕੇ ਦੀਵਾਨ ਸੁਣੂ, ਕੋਈ ਨਹੀਂ ਭਾਈ, ਭਾਵੇਂ 4 ਵੱਜਣ ਭਾਵੇਂ 5 ਵੱਜਣ, ਆਰਾਮ ਨਾਲ ਐਂ ਬਹਿ ਕੇ ਰਿਲੈਕਸ ਹੋ ਕੇ। ਕੋਈ ਟੈਨਸ਼ਨ ਹੈ ਉਸ ਬੰਦੇ ਨੂੰ? ਦੁਖੀ ਹੈ? ਨਹੀਂ। ਅੱਛਾ ਵੇਖਿਓ, ਜਿਹੜੀ ਬੀਬੀ ਦੀਵਾਨ ਸੁਣਨ ਆਈ ਹੈ, ਉਹਨੇ ਕੀ ਕੀਤਾ? ਸਵੇਰੇ ਸਬਜ਼ੀ ਬਣਾਈ, ਸ਼ਾਮ ਵਾਲੀ ਬਣਾ ਕੇ ਫਰਿੱਜ 'ਚ ਰੱਖਤੀ, ਆਟਾ ਗੁੰਨ ਕੇ ਫਰਿੱਜ 'ਚ ਰੱਖਤਾ, ਘਰੇ ਜਾ ਕੇ ਕੀ ਕਰਨਾ ਹੁਣ? ਸਬਜ਼ੀ ਗਰਮ ਕਰਨੀ ਹੈ ਤੇ ਫੁਲਕੇ ਲਾ ਲੈਣੇ ਆ, ਉਹ ਦੀਵਾਨ 'ਚ ਆਰਾਮ ਨਾਲ ਬੈਠੂ, ਕੋਈ ਟੈਨਸ਼ਨ ਹੈ ਉਹਨੂੰ? ਬੀਬੀ ਨੂੰ ਰਿਲੈਕਸ ਬੈਠੀ ਹੈ। ਤੇ ਜੇ ਕੰਮ ਕੀਤਾ ਨਹੀਂ, ਅਜੇ 6 ਵਜ ਚੱਲੇ ਆ, ਸਬਜ਼ੀ ਖਰੀਦੀ ਨਹੀਂ, ਆਟਾ ਗੁੰਨਿਆ ਨਹੀਂ, ਤੇ ਘਰ ਵਾਲਾ ਜਾਂਦਿਆਂ ਨੂੰ ਡਾਂਗ ਲੈ ਖੜੋ, ਵੀ ਕਿੱਥੋਂ ਆਈ ਹੈ ਤੂੰ? ਉਹ ਕਹਿੰਦਾ ਮੈਂ ਦੀਵਾਨ ਸੁਣ ਕੇ ਆਈ ਹਾਂ, ਨਾਲੇ 4 ਗਾਲਾਂ ਬਾਬੇ ਨੂੰ ਕੱਢ ਦੇ। ਕਿਹੜੇ ਬਾਬੇ ਦਾ ਦੀਵਾਨ ਸੁਣ ਕੇ ਆਈ ਤੂੰ? ਨਾਲੇ ਅਗਲਾ ਮੈਨੂੰ ਗਾਲਾਂ ਕੱਢੂ, ਨਾਲੇ ਬੀਬੀ ਨੂੰ ਕੱਢੂ ਕਿ ਨਹੀਂ ਕੱਢੂ? ਉਹ ਬੀਬੀ ਦਾ ਜੀ ਲੱਗ ਸਕਦਾ ਦੀਵਾਨ ਵਿੱਚ ਬਹਿ ਕੇ, ਜਿਹਨੂੰ ਫਿਕਰ ਹੋਵੇ, ਟੈਨਸ਼ਨ ਹੋਵੇ, ਸ਼ਾਂਤ ਹੋ ਸਕਦੀ ਹੈ? ਲਓ ਜੀ, ਇਹੋ ਜੀਆਂ ਬੀਬੀਆਂ ਜਿਨ੍ਹਾਂ ਨੂੰ ਘਰ ਡਾਂਗ ਵਾਲਾ ਖੜਾ ਹੈ, ਇੱਥੇ ਬੈਠੀਆਂ ਹੈ, ਤੁਹਾਡੇ 'ਚ ਵੀਰ ਬੈਠਾ ਹੈ ਕੋਈ ਜਿਹਨੇ ਸਾਰੇ ਕੰਮ ਕਰਨ ਵਾਲੇ ਹੈ, ਤੇ ਮੈਂ ਕਹਾਂ ਲਓ ਤੁਹਾਡਾ ਸਿਮਰਨ ਕਰਾਈਏ, ਤੁਹਾਡਾ ਧਿਆਨ ਟਿਕਾਈਏ, ਅੱਖਾਂ ਬੰਦ ਕਰੋ, ਐ ਬਹਿ ਜਾਓ, ਰੀੜ ਦੀ ਹੱਡੀ ਕਰ ਲਓ ਸਿੱਧੀ। ਸੁਣਿਓ, ਜੇ ਮੈਂ ਕਹਿ ਦਾਂ ਵੀ ਬਹਿ ਜਾਓ, ਤੇ ਤੁਸੀਂ ਦੱਸੋ ਵੀ ਜਿੰਨੇ ਮਰਜ਼ੀ ਜ਼ੋਰ ਲਾ ਲਾ ਮੈਂ, ਚਾਹੇ ਜੋ ਮਰਜ਼ੀ ਕਰ ਲਾਂ, ਉਹ ਜਿਹੜੇ ਜਿਨ੍ਹਾਂ ਦੇ ਸਿਰ ਤੇ ਟੈਨਸ਼ਨ ਹੈ ਨਾ, ਉਹਨਾਂ ਨੂੰ ਮੈਂ ਸ਼ਾਂਤ ਨਹੀਂ ਕਰ ਸਕਦਾ। ਜ਼ਿੰਮੇਵਾਰੀਆਂ ਤੋਂ ਭਗੌੜਿਆਂ ਨੂੰ ਮੈਂ ਸ਼ਾਂਤ ਨਹੀਂ ਕਰ ਸਕਦਾ। ਦੁਨੀਆ ਦਾ ਕੋਈ ਸਿਮਰਨ ਨਹੀਂ ਕਰਦਾ, ਕੋਈ ਬਾਬਾ ਨਹੀਂ ਕਰਦਾ, ਕੋਈ ਗੁਰੂ ਨਹੀਂ ਕਰਦਾ। ਗੁਰੂ ਸਾਹਿਬ ਤੇ ਗਿਆਨ ਦਿੰਦੇ ਐ, ਕਹਿੰਦੇ ਆਪਣੇ ਕੰਮਾਂ ਨੂੰ ਟਾਈਮ ਸਿਰ ਕਰਿਆ ਕਰ, ਰਿਲੈਕਸ ਰਹੇਗਾ। ਵੇਖਿਓ, ਮੈਂ ਐਗਜ਼ੈਂਪਲ ਦਿੰਦਾ, ਇੱਥੇ 10:35 ਹੋ ਗਏ, ਪੂਰੇ 10:45 ਤੇ ਆਨੰਦ ਸਾਹਿਬ ਪੜਦੇ ਆ, 10 ਮਿੰਟ ਵੱਧ ਨਹੀਂ, ਅੱਜ 11 ਨਹੀਂ ਵੱਜਣ ਦਿੰਦੇ, 11:15, ਤੁਸੀਂ 3.25 ਘੰਟੇ ਹੋ ਗਏ ਬੜੇ ਟਿਕ ਕੇ ਬੈਠੋ, ਇਦਾਂ ਹੀ ਰਹੋ, ਸਿਰਫ 5 ਮਿੰਟ 'ਚ ਆ ਗੱਲ ਪੂਰੀ ਕਰ ਦੇਣੀ ਹੈ, ਮੈਂ ਆਨੰਦ ਸਾਹਿਬ ਪੜ ਦੇਣੀ। ਪਰ ਇਹ ਨੁਕਤਾ ਤੁਹਾਨੂੰ ਸਮਝਣਾ ਪੈਣਾ ਹੈ, ਜੇ ਦਿਮਾਗ 'ਚ ਲੈ ਜਾਓ ਵਸਾ ਕੇ, ਮੇਰੀਓ ਭੈਣੋ, ਮੇਰਿਓ ਵੀਰੋ, ਜ਼ਿੰਦਗੀ ਬਦਲ ਸਕਦੀ ਹੈ। ਜਿੰਨੇ ਗੋਰੇ ਹੈ ਨਾ, ਉਹਨਾਂ ਦੀ ਜ਼ਿੰਦਗੀ 'ਚ ਡਿਸਿਪਲਨ ਹੈ, ਉਹਨਾਂ ਦਾ ਟਾਈਮ ਟੇਬਲ ਹੈ, ਉਹ ਸ਼ਾਂਤ ਤਾਂ ਹੈ। ਮੈਂ ਇਹ ਗੱਲ ਬਹੁਤ ਵਾਰ ਕੀਤੀ ਹੈ, ਤੁਸੀਂ ਮੈਨੂੰ ਦੱਸਣਾ ਹੈ ਵੀ ਇੱਕ ਬੰਦਾ ਉਹ ਹੈ ਜਿਹਨੇ ਟ੍ਰੇਨ ਫੜਨੀ ਹੈ ਬਠਿੰਡੇ, ਤੇ ਟ੍ਰੇਨ ਦਾ ਟਾਈਮ ਹੈ ਸਵੇਰੇ 8 ਵਜੇ ਦਾ, 8 ਵਜੇ ਦਾ ਟਾਈਮ ਹੈ, ਜੇ ਬਠਿੰਡੇ 8 ਵਜੇ ਪਹੁੰਚਣਾ ਤੇ ਘਰੋਂ ਕਿੰਨੇ ਵਜੇ ਚੱਲਣਾ ਪਊ? 7 ਵਜੇ ਚੱਲਣਾ ਪਊ। ਜੇ ਉਹਨੇ 7 ਵਜੇ ਟ੍ਰੇਨ ਫੜਨੀ ਹੈ ਤੇ ਘਰੋਂ ਕਿੰਨੇ ਵਜੇ ਚੱਲਣਾ ਪਊ? 6 ਵਜੇ। ਹੁਣ ਇੱਕ ਬੰਦਾ ਉਹ ਹੈ, ਸੁਣਿਓ ਹੁਣ ਧਿਆਨ ਨਾਲ ਗੱਲ ਪਕੜਿਓ, ਇੱਕ ਬੰਦਾ ਉਹ ਹੈ ਜਿਹੜਾ ਸਵੇਰੇ 4 ਵਜੇ ਉੱਠਿਆ, 4 ਵਜੇ ਉੱਠ ਕੇ ਏਦਾਂ ਨਾ ਜੀ ਬਿਸਤਰੇ ਤੇ ਬੜੀ ਮੌਜ ਨਾਲ ਕਹਿੰਦਾ
ਜਹਿ ਪ੍ਰਸਾਦ ਸੁਖ ਸੇਜ ਸੋਈ ਜੈ। ਬਈ ਮਾਲਕ ਦੀ ਖੇਡ ਵੇਖੋ ਕਿੰਨਾ ਵਧੀਆ, ਬਿਸਤਰਾ ਆਸਣ ਸਭ ਕੁਛ ਕਿੰਨਾ ਸ਼ੁਕਰ ਹੈ, ਸ਼ੁਕਰ ਹੈ। ਸਾਹ ਚੱਲਦੇ ਐ, ਦਿਮਾਗ ਚੱਲਦਾ ਹੈ, ਘਰ ਬਣਾਇਆ, ਕੋਠੀਆਂ ਬਣਾਈਆਂ, ਬੈੱਡ ਤੇ ਪਏ ਆ, ਸ਼ੁਕਰ ਹੈ, ਸੌਖੇ ਆ, ਬੜੇ ਸੌਖੇ। ਵੇਖਿਓ ਬੜਾ ਸ਼ਾਂਤ ਸ਼ਾਂਤ ਉੱਠਿਆ, ਟ੍ਰੇਨ ਕਿੰਨੇ ਵਜੇ ਫੜਨੀ ਹੈ? 7 ਵਜੇ। 4 ਵਜੇ ਉੱਠ ਪਿਆ, 7 ਵਜੇ ਟ੍ਰੇਨ ਫੜਨੀ ਹੈ, 6 ਵਜੇ ਘਰੋਂ ਤੁਰਨਾ। 2 ਘੰਟੇ ਪਹਿਲਾਂ ਉੱਠਿਆ ਤੇ ਉੱਠ ਕੇ ਪਹਿਲਾਂ ਤੇ 5-7 ਮਿੰਟ ਐਂ ਬਸ ਬੈੱਡ ਤੇ ਬੈਠਾ ਰਿਹਾ, ਐਂ ਰਿਲੈਕਸ। ਤੇ ਸੁੱਤਾ ਕਿੰਨੇ ਵਜੇ ਸੀ ਜੀ? ਜੇ 4 ਵਜੇ ਉੱਠਣਾ ਹੋਵੇ ਤੇ ਨੀਂਦ ਨਾਰਮਲ ਬੰਦੇ ਨੂੰ ਕਿੰਨੀ ਚਾਹੀਦੀ ਹੈ? 7 ਘੰਟੇ। ਤੇ ਸੁੱਤਾ ਕਿੰਨੇ ਵਜੇ ਹੋਣਾ ਫਿਰ? 9 ਵਜੇ। 9 ਵਜੇ ਸੁੱਤਾ ਹੋ, 9 ਵਜੇ ਦਾ ਸੁੱਤਾ ਹੈ, 8 ਵਜੇ ਰੋਟੀ ਖਾਧੀ ਹੋਣੀ ਹੈ, 9 ਵਜੇ ਸੁੱਤਾ ਹੋਣਾ ਹੈ। ਸੈੱਲ ਸੈੱਲ ਚਾਰਜ ਹੈ ਜੀ, 7 ਘੰਟੇ ਸੌਣ ਕਰਕੇ ਬਾਡੀ ਦਾ ਸੈੱਲ ਸੈੱਲ ਚਾਰਜ, ਐ ਸਰੀਰ ਐਕਟਿਵ, ਦਿਮਾਗ ਖੁੱਲ ਗਿਆ, ਫਟਾਫਟ ਬੈਠਾ ਹੈ। ਫਿਰ 10 ਮਿੰਟ ਬਹਿ ਕੇ ਫਿਰ ਗਿਆ ਬਾਥਰੂਮ, ਫਰੈਸ਼ ਹੋਇਆ, ਚੰਗੀ ਤਰ੍ਹਾਂ ਬਰੀਜ ਨਾਲ ਬ੍ਰਸ਼ ਕਰਦਾ ਹੈ, ਫਿਰ ਸਾਰੇ ਸਰੀਰ ਤੇ ਤੇਲ ਮਲਦਾ ਹੈ, ਫਿਰ ਡੰਡ ਲਾਉਂਦਾ, ਮਾੜਾ ਜਿਹਾ ਖੋਲੋ ਇਹ, ਸਟ੍ਰੈਚਿੰਗ ਕਰੋ, ਸਰੀਰ ਖੋਲੋ, 5-4 ਬੈਠਕਾਂ ਬੂਠਕਾਂ ਮਾਰੀਆਂ, ਛਾਲਾਂ ਛੂਲਾਂ ਮਾਰੀਆਂ, ਸਰੀਰ ਐਂ ਹੋ ਗਿਆ, ਖੁੱਲ ਗਿਆ ਘੋੜੇ ਵਰਗਾ, ਐ ਕੈਮ ਕੈਮ ਹੋ ਗਿਆ। ਫਿਰ ਰੀਝ ਨਾਲ ਨਹਾਤਾ, 1/2 ਘੰਟਾ ਲਾ ਕੇ ਨਹਾਤਾ, ਫਿਰ ਬੰਨੀ ਪੱਗ ਦਸਤਾਰ, ਬੰਨੀ ਰੀਝ ਨਾਲ, ਘਰ ਵਾਲੀ ਨੇ ਉਧਰੋਂ ਪਰੌਂਠੇ ਬਣਾਤੇ, ਨਾਲ ਦਹੀਂ ਨਾਲ ਅੰਬ ਦਾ ਅਚਾਰ, ਬਣ ਗਿਆ ਸਾਰਾ ਕੁਝ, ਤਿਆਰ ਹੋ ਗਿਆ। ਹੁਣ ਇਹ ਸਾਰਾ ਕੁਝ ਨਿਬੇੜ ਕੇ ਹੁਣ ਇਹਨੇ ਤੁਰਨਾ ਹੈ ਘਰੋਂ 6 ਵਜੇ, ਘੰਟੇ ਦੇ ਵਿੱਚ ਐ ਰੈਡੀ ਹੋ ਕੇ 5 ਵਜਦੇ ਨੂੰ, ਫਿਰ ਗਿਆ ਬੇਬੇ ਕੋਲ ਬਹਿ ਗਿਆ, 5 ਮਿੰਟ ਬੇਬੇ ਦਵਾਈ ਦਾ ਧਿਆਨ ਰੱਖੀ ਮੈਂ, ਆ ਜੂ ਛੇਤੀ। ਬਾਪੂ ਕੋਲ ਬੈਠਾ, 5 ਮਿੰਟ ਉਹਦੇ ਕੋਲੇ ਲਾਏ, ਬਾਪੂ ਲੱਤਾਂ ਲੁੱਤਾਂ ਘੁੱਟ ਲੀਆਂ ਉਹਦੀਆਂ, ਬਾਪੂ ਕਾਇਮ ਰਹੀ, ਬਸ ਮੈਂ ਆਇਆ 2 ਦਿਨਾਂ 'ਚ ਕੰਮ ਤੇ ਚੱਲਿਆ। ਬਾਪੂ ਵੀ ਖੁਸ਼ ਵੀ ਸਾਡਾ ਪੁੱਤ ਸਾਡੇ ਕੋਲੇ 5 ਮਿੰਟ ਬਹਿ ਕੇ ਸਾਡਾ ਹਾਲ ਚਾਲ ਪੁੱਛਦਾ, ਦਵਾਈ ਨਾਲ ਨਹੀਂ, ਤੁਹਾਡਾ ਹਾਲ ਪੁੱਛਣ ਨਾਲ ਬਜ਼ੁਰਗ ਠੀਕ ਹੋ ਜਾਂਦੇ। ਬੜੇ ਆ ਜੀ ਸਾਡੇ 'ਚ ਕਈ ਪਿਓ ਨਾ ਪੁੱਤ ਨੂੰ ਪਿਆਰ ਬਹੁਤ ਕਰਦੇ ਆ, ਪਰ ਕਦੇ ਪੁੱਤ ਨੂੰ ਐਂ ਘੁੱਟ ਕੇ ਲਾ ਕੇ ਐਂ ਨਹੀਂ ਕਹਿੰਦੇ ਵੀ ਪੁੱਤ ਮੈਂ ਤੈਨੂੰ ਪਿਆਰ ਬਹੁਤ ਕਰਦਾ, ਕਹਿੰਦੇ ਨਹੀਂ, ਪਿਓ ਨਹੀਂ ਕਹਿੰਦੇ। ਸਾਡੇ 'ਚ ਕਿੰਨੇ ਬੰਦੇ ਆ ਪਿਓ ਨੂੰ ਪਿਆਰ ਬਹੁਤ ਕਰਦੇ ਆ, ਸਾਡੇ 'ਚ ਵੀ ਕਈ ਕਰਦੇ, ਜਿਹਦੇ ਮਰ ਗਿਆ ਰੋਵਾਂਗੇ ਬਹੁਤ, ਪਰ ਜਿਉਂਦੇ ਜੀ, ਜਿਉਂਦੇ ਜੀ ਅਸੀਂ ਪਿਓ ਨੂੰ ਐਂ ਜੱਫੀ ਪਾ ਕੇ ਕਦੇ ਨਹੀਂ ਕਿਹਾ ਵੀ ਬਾਪੂ ਮੈਂ ਤੈਨੂੰ ਬਹੁਤ ਪਿਆਰ ਕਰਦਾ, ਕਦੇ ਕਹਿੰਦੇ ਆ ਅਸੀਂ। ਮਰ ਜਾਂਦੇ ਆ ਜੇ ਮਰ ਗਿਆ ਜਿੱਦੇ ਉਹਦੇ ਜਿਹਦੇ ਚਿਖਾਂ ਨੂੰ ਅੱਗ ਲਾਉਣੀ, ਪਰ ਕਹਿੰਦੇ ਨਹੀਂ, 5 ਮਿੰਟ ਕੋਲ ਨਹੀਂ ਬਹਿੰਦੇ, ਦਵਾਈਆਂ ਲਿਆ ਦੂਗਾ ਆਪੇ ਫੜਾ ਦੀ, ਇਦਾਂ ਦਾ ਸੁਭਾਅ ਹੈ ਸਾਡਾ, ਖੁੱਲ ਕੇ ਕਦੀ ਗੱਲ ਨਹੀਂ ਕੀਤੀ, ਘਰ ਵਾਲੀ ਨਾਲ ਰਹੀ ਜਾਂਦਾ ਹੈ, ਪਰ ਇੱਕ ਵਾਰ ਵੀ ਕਦੇ ਉਹਨੂੰ ਇਹ ਨਹੀਂ ਕਹਿੰਦਾ ਵੀ ਜਿੱਦੇ ਤੂੰ ਮਰ ਗਈ ਮੇਰਾ ਘਰ ਉੱਜੜ ਜੂ, ਮੈਂ ਪਿਆਰ ਤੇਰੇ ਨਾਲ ਬਹੁਤ ਕਰਦਾ, ਕਦੇ ਨਹੀਂ, ਕਦੇ ਵੀ ਅਸੀਂ ਇਹ ਗੱਲਾਂ ਨਹੀਂ ਕਰਦੇ, ਖੁੱਲ ਕੇ ਕਦੀ ਨਹੀਂ ਕਿਹਾ। ਵੇਖੋ ਪਿਓ ਕੋਲ ਬਹਿ, ਪਿਓ ਨਾਲ ਗੱਲ ਕੀਤੀ 5 ਮਿੰਟ, ਬਾਪੂ ਨੂੰ 5, ਮਾਂ ਨੂੰ 5 ਮਿੰਟ ਦਿੱਤੇ, ਫਿਰ ਬੱਚਿਆਂ ਨਾਲ ਗੱਲ ਕਰਦਾ, ਹਾਂ ਵੀ ਪੜ੍ਹਾਈ ਵਿਖਾਓ, ਤੁਹਾਡੀਆਂ ਕਿਤਾਬਾਂ ਕਤੂਬਾਂ ਕਿਵੇਂ ਐ, 5 ਮਿੰਟ ਨਿਆਣਿਆਂ ਤੇ ਲਾਤੇ, ਖਿਡੌਣੇ ਵੇਖੇ, ਨਿਆਣਿਆਂ ਦਾ ਸਮਾਨ ਸਮੂਨ ਵੇਖਿਆ, ਪੜ੍ਹਾਈ ਵੇਖੀ, ਫਿਰ ਘਰ ਵਾਲੀ ਦੇ ਉਹਦੇ ਨਾਲ ਬਹਿ ਕੇ ਗੱਲਾਂ ਕਰਦਾ, ਨਾਲੇ ਖਾਂਦਾ ਪਰੌਂਠੇ, ਨਾਲੇ ਕਹਿੰਦਾ ਵੀ ਤੇਰੇ ਵਰਗੇ ਪਰੌਂਠੇ ਨਹੀਂ ਬਣਾ ਸਕਦਾ, ਉਹ ਵੀ ਖੁਸ਼ ਵੀ ਕਿਉਂਕਿ ਵਿਚਾਰੀ ਸਵੇਰ ਦੀ ਲੱਗੀ ਹੈ, ਸੁਣਨਾ ਤਾਂ ਚਾਹੁੰਦੀ ਹੋਈ ਹੈ ਵੀ ਵਧੀਆ ਬਣਿਆ, ਹੁਣ ਉਹਨੂੰ ਵੀ ਸ਼ਾਬਾਸ਼ੇ ਦੇ ਦਿੱਤੀ, ਉਹ ਵੀ ਬੜੀ ਖੁਸ਼ ਹੈ ਵੀ ਵਾਹ ਘਰ ਵਾਲਾ ਹੋਵੇ ਤੇ ਇਹਦੇ ਹਰੇਕ ਜਨਮ ਵਿੱਚ ਮੈਨੂੰ ਇਹਦੇ ਵਰਗਾ ਹੀ ਬੰਦਾ ਮਿਲੇ। ਹੁਣ ਕਹਿੰਦਾ ਭਗਵਾਨ ਨੇ 4 ਵਜੇ ਦੀ ਉੱਠੀ ਫਿਰਦੀ, ਹੁਣ ਦਿਨੇ ਸੌਲੀ ਤੂੰ ਪਰੌਂਠੇ ਪਰੌਂਠੇ ਬਣ ਗਏ, ਟੌਰ ਨਾਲ ਖਾਧੀ, ਘਰ ਵਾਲੀ ਨੂੰ ਵੀ ਟਾਈਮ ਦਿੱਤਾ, ਬੱਚਿਆਂ ਨੂੰ ਵੀ ਟਾਈਮ ਦਿੱਤਾ, ਮਾਂ ਪਿਓ ਨੂੰ ਵੀ ਟਾਈਮ ਦਿੱਤਾ, ਆਪਣੇ ਸਰੀਰ ਨੂੰ ਵੀ ਟਾਈਮ ਦਿੱਤਾ, ਮਾਲਿਸ਼ ਕੀਤੀ, ਸਿਹਤ ਬਣਾਈ, ਐਕਸਰਸਾਈਜ਼ ਕੀਤੀ, ਨਹਾਤਾ, ਫੁੱਲ ਰਿਲੈਕਸ ਆਰਾਮ ਕੀਤਾ, ਫਿਰ ਬੈਠਾ ਗੱਡੀ 'ਚ, ਗੱਡੀ ਦੇ ਵਿੱਚ ਬਾਣੀ ਦੀ ਟੇਪ ਚੱਲ ਪਈ, ਸ਼ਬਦ ਚੱਲਦਾ ਹੈ, ਤੁਰਿਆ ਜਾਂਦਾ ਹੌਲੀ ਹੌਲੀ, ਆਰਾਮ ਨਾਲ ਪਹੁੰਚਿਆ ਬਠਿੰਡੇ, ਬਠਿੰਡੇ ਗੱਡੀ ਲਾਤੀ ਸਟੇਸ਼ਨ ਤੇ, ਉੱਥੇ ਉਤਰ ਕੇ ਕਹਿੰਦਾ ਟ੍ਰੇਨ ਅਜੇ 5 ਮਿੰਟ ਰਹਿੰਦੇ, ਪਹਿਲਾਂ ਹੀ 5 ਮਿੰਟ ਪਹੁੰਚ ਗਿਆ, ਜਾ ਕੇ ਕੌਫੀ ਪੀਤੀ ਸਟੇਸ਼ਨ ਤੇ, ਖੜ ਕੇ ਟ੍ਰੇਨ ਦੇ ਵਿੱਚ ਬੈਠਾ ਹੈ, ਟ੍ਰੇਨ 'ਚ ਬੈਠਾ, ਉਹਨੂੰ ਕੋਈ ਬੰਦਾ ਕਹਿੰਦਾ ਆਜੋ ਤੈਨੂੰ ਸਿਮਰਨ ਕਰਾਵਾਂ, ਟ੍ਰੇਨ 'ਚ ਅੱਗੇ ਇੱਕ ਬੰਦਾ ਬੈਠਾ ਕਹਿੰਦਾ ਤੈਨੂੰ ਸਿਮਰਨ ਕਰਾਵਾਂ, ਕਹਿੰਦੇ ਸਿਮਰਨ ਨਾਲ ਕੀ ਹੋਊ, ਇਹ ਪੁੱਛਦਾ, ਕਹਿੰਦੇ ਆਨੰਦ ਜਿਹਾ ਆਊ, ਕਹਿੰਦਾ ਜਦੋਂ ਮੈਂ ਸੌਣ ਲੱਗਿਆ ਸੀ ਉਦੋਂ ਵੀ ਆਨੰਦ ਹੀ ਸੀ,
ਜਦੋਂ ਮੈਂ ਸਵੇਰੇ ਉੱਠਿਆ ਉਦੋਂ ਵੀ ਆਨੰਦੀ ਸੀ, ਜਦੋਂ ਮੈਂ ਬਾਪੂ ਕੋਲੇ ਬੈਠਾ ਉਦੋਂ ਵੀ ਆਨੰਦੀ ਸੀ, ਜਦੋਂ ਮਾਂ ਨੂੰ ਮਿਲਿਆ ਉਦੋਂ ਵੀ ਆਨੰਦ, ਜਦੋਂ ਗੱਡੀ 'ਚ ਆਇਆ ਉਦੋਂ ਵੀ ਆਨੰਦੀ ਸੀ, ਹੁਣ ਵੀ ਆਨੰਦੀ ਹੈ, ਸਦਾ ਆਨੰਦ ਰਹੇ ਦਿਨ ਰਾਤੀ, ਸਦਾ ਹੀ ਆਨੰਦ 'ਚ ਰਹੀਦਾ, ਹਰ ਵੇਲੇ ਹੀ ਰਹੀਦਾ, ਕਦੇ ਮਿਸ ਹੀ ਨਹੀਂ ਹੁੰਦਾ, ਹਰ ਵੇਲੇ ਆਨੰਦ ਹੀ ਆਨੰਦ ਹੈ। ਇੱਕ ਇੱਕ ਬੰਦੇ ਦੀ ਗੱਲ ਹੋ ਗਈ, ਹੁਣ ਦੂਜੇ ਦੀ ਸੁਣਿਓ। ਇੱਕ ਮੇਰੇ ਵਰਗਾ ਲੀਚੜ ਵਿਹਲੜ ਨਿਕੰਮਾ ਇੱਕ ਉਹ ਹੈ, ਉਹਨੇ ਸੌਣਾ ਸੀ 9 ਵਜੇ ਕਿਉਂਕਿ ਉੱਠਣਾ ਸੀ 4 ਵਜੇ, ਉਹ ਫਿਲਮ ਚੱਲਦੀ ਸੀ ਵਧੀਆ, ਛੱਡਣ ਨੂੰ ਜੀ ਨਹੀਂ ਕੀਤਾ, ਵੱਜ ਗਿਆ ਇੱਕ, ਕਿੰਨੇ ਵੱਜ ਗਏ ਇੱਕ, ਅਲਾਰਮ ਲਾਇਆ 4 ਵਜੇ ਦਾ, ਅੱਖ ਹੀ ਨਹੀਂ ਖੁੱਲੀ, ਹੁਣ ਕਿੰਨੇ ਵਜੇ ਜਾਗ ਆਈ 5:30 ਬਹਿ ਗਿਆ ਬੇੜਾ 5:30, ਜੇ ਵਿਲ ਨਾਲ ਉੱਠਣਾ ਤੇ ਸੌਣਾ ਵੀ ਵਿਲ ਨਾਲ ਪੈਂਦਾ, ਹੁਣ 5:30 ਜਦੋਂ ਬੰਦਾ ਉੱਠਿਆ, ਚੱਕ ਕੇ ਮਾਲੀ ਰਜਾਈ ਪਰੇ, ਬਰੱਸ਼ ਵਾਲਾ ਕੰਮ ਤੇ ਕਹਿੰਦਾ ਰਹਿਣ ਹੀ ਦਿਓ, ਇਹ ਔਖਾ, 5 ਮਿੰਟ ਲੱਗ ਜਾਣਗੇ, ਹੁਣ ਪੇਟ ਵੇਖੋ, ਜਦੋਂ ਬ੍ਰੇਨ ਬ੍ਰੇਨ ਪੇਟ ਵੀ ਉਦੋਂ ਹੀ ਸਾਫ਼ ਹੋਣਾ ਜਦੋਂ ਤੁਸੀਂ ਠੀਕ ਹੋਵੋਗੇ, ਬ੍ਰੇਨ ਰਿਲੈਕਸ ਹੋਊਗਾ, ਸਟ੍ਰੈਸ ਪੈ ਗਈ ਉਧਰੋਂ ਵੀ ਠੀਕ ਹੀ ਹੈ ਕੰਮ। ਫਿਰ ਉਹ ਕਹਿੰਦਾ, ਉਹ ਸੁਣੋ ਵੀ ਸੁਣੋ ਗੱਲ, ਸੁਣੋ ਧਿਆਨ ਨਾਲ ਸੁਣਿਓ, ਗੱਲ ਆਪਾਂ ਨੂੰ ਘਰ ਦੀ ਕਰਨੀ ਪੈਣੀ, ਸਿੱਧੀ ਸਾਡੀ ਰੋਜ਼ ਜ਼ਿੰਦਗੀ 'ਚ ਆਉਣ ਵਾਲੀ ਗੱਲ ਕਰਨੀ। ਵੇਖਿਓ ਉਹ ਕਹਿੰਦਾ, ਨਹਾਉਣ ਨੂੰ ਰਹਿਣ ਦਿਓ 5 ਇਸ਼ਨਾਨਾ, ਠੀਕ ਨਾ ਤਾਰੀ ਐਂ ਕਰਕੇ ਨਾ ਪੱਪਲ ਪੀੜਾ ਜਿਹੀ ਐਂ ਪਾ ਕੇ ਮੂੰਹ ਤੇ ਪਾਣੀ ਤੇ ਭੱਜ ਲਿਆ, ਹੁਣ ਨਾ ਤੇ ਮਾਂ ਨੂੰ ਮਿਲਿਆ, ਵੇ ਪੁੱਤ ਗੱਲ ਸੁਣ, ਵੇ ਪੁੱਤ ਦਵਾਈ ਮੇਰੀ, ਉਹ ਗੱਲ ਨਹੀਂ ਸੁਣੀ, ਨਿਆਣਿਆਂ ਕਨੀ ਤੇ ਵੇਖਿਆ ਵੀ ਨਹੀਂ, ਉਹ ਕਹਿੰਦੀ ਪਰੌਂਠੇ ਜੀ ਬਣੇ ਨੇ ਸਵੇਰ, ਪਰੇ ਲੈ ਜਾ ਪਰੌਂਠੇ, ਤੈਨੂੰ ਪਤਾ ਨਹੀਂ ਮੈਂ ਲੇਟ ਹੋ ਗਿਆ, ਤੈਨੂੰ ਪਰੌਂਠਿਆਂ ਦੀ ਅੱਗ ਲੱਗੀ ਪਈ ਆ, ਪਰ ਤੂੰ ਅੱਗੇ ਪਰੇ ਹੱਕਰ, ਉਹਦਾ ਐਡਾ ਮੂੰਹ ਸੁੱਜ ਗਿਆ, ਹੁਣ ਉਹ ਤੇ ਸੁੱਜਣਾ ਹੀ ਹੈ ਵੀ ਮਰ ਜਾਣਿਆ ਮੈਂ ਸਵੇਰ ਦੀ 4 ਵਜੇ ਦੀ ਲੱਗੀ, ਵੀ ਤੂੰ ਪੁੱਠਿਆ ਤੇ ਤੂੰ ਨਹੀਂ ਨਿਕੰਮਾ, ਤੂੰ ਵਿਹਲੜਾ, ਤੂੰ ਸੁੱਤਾ ਹੈ ਨਹੀਂ ਰਾਤ, ਹੁਣ ਮੈਂ 4 ਵਜੇ ਦੀ ਲੱਗੀ ਹਾਂ, ਤੇਰੇ ਲਈ ਮੈਂ ਮੋਹਰਾ ਬਣਾਇਆ, ਤੂੰ ਖਾ ਤੇ ਜਾ, ਹੁਣ ਕਹਿੰਦੀਆਂ ਕਿ ਨਹੀਂ ਕਹਿੰਦੀਆਂ, ਇੱਦਾਂ ਗੁੱਸੇ 'ਚ ਅਗਲਾ ਕਰੇ ਕੀ ਫਿਰ, ਹੁਣ ਨਿਕੰਮਿਆਂ ਬੰਦਿਆਂ ਨੂੰ ਛਿੱਤਰ ਹੀ ਪੈਂਦੇ ਨੇ, ਮਾਂ ਨੇ ਵੀ ਮਾਰਨੇ ਨੇ, ਘਰ ਵਾਲੀ ਵੀ ਮਾਰਨੇ ਨੇ, ਪਿਓ ਨੇ ਵੀ ਮਾਰਨੇ, ਨਿਆਣੇ ਵੀ ਕਹਿਣਗੇ ਕਾਹਦਾ ਪਿਓ ਹੈ ਯਾਰ ਤੂੰ, ਕਦੇ ਚੈੱਕ ਵੀ ਕਰਦਾ, ਕਦੇ ਡੈਰੀ ਵੇਖੀ ਮੇਰੀ, ਕਦੇ ਕਿਤਾਬਾਂ ਵੇਖੀਆਂ ਮੇਰੀਆਂ, ਕਦੇ ਮੈਨੂੰ ਪੁੱਛਿਆ ਤਾਂ ਠੀਕ ਹੈ ਕਿ ਨਹੀਂ, ਤੈਨੂੰ ਪੱਤਿਆਂ ਤੋਂ ਬਿਨਾਂ, ਤੈਨੂੰ ਉੱਥੇ ਖੇਡਣ ਤੋਂ ਬਿਨਾਂ, ਤੈਨੂੰ ਮੋਬਾਈਲ ਤੋਂ ਬਿਨਾਂ ਕਦੇ ਸਾਡੇ ਕੰਨੀ ਦੇਖਦਾ ਤੂੰ, 5 ਮਿੰਟ ਟਾਈਮ ਦੇਣਾ ਤੂੰ ਮੈਨੂੰ, ਕਾਹਦਾ ਪਿਓ ਹੈ ਯਾਰ ਤੂੰ, ਨਿਆਣਿਆਂ ਨੇ ਕਹਿਣਾ ਤੁਹਾਨੂੰ। ਉਹ ਵੇਖਿਓ ਉਹਦਾ ਐਡਾ ਮੂੰਹ ਸੁੱਜ ਗਿਆ ਵੀ ਲੈ ਇਹ ਹੱਦ ਹੋ ਗਈ, ਗੱਡੀ ਦੇ ਵਿੱਚ ਮਾਰੀ ਸੈਲਫ, ਕਿਹੜੀ ਬਾਣੀ ਦੀ ਟੇਪ ਉੱਥੇ ਭਜੋਲੀ ਗੱਡੀ, ਅੱਛਾ ਜੀ ਗੱਡੀ ਤੇਜ਼ ਚੱਲਦੀ ਹੈ, ਅੱਗੇ ਨਾ ਸਵੇਰੇ ਹੀ ਪੁਲਿਸ ਵਾਲੇ ਖੜੇ ਕੈਮਰਾ ਲਾ ਕੇ, ਉਹਨਾਂ ਨੇ ਗੱਡੀ ਘੇਰ ਲਈ, ਚਲਾਨ ਕੱਟਤਾ 1200 ਰੁਪਈਆ, ਕਹਿੰਦੇ ਭਰ ਕੇ ਜਾ, 1200 ਦੀ ਟਿਕਟ ਲੱਗ ਗਈ, ਜਦੋਂ ਪਹੁੰਚਿਆ ਬਠਿੰਡੇ ਜਾਂਦਿਆਂ ਨੂੰ ਟ੍ਰੇਨ ਲੰਘ ਗਈ, ਹੁਣ ਹੁਣ ਕਹਿੰਦੇ ਉਹ ਕਹਿੰਦੇ ਨਵੀਂ ਟਿਕਟ ਖਰੀਦ, ਦੂਜੀ ਟ੍ਰੇਨ ਆਊ 1200-1500 ਹੋਰ ਲੱਗ ਗਿਆ, ਨੁਕਸਾਨ ਕਿੰਨੇ ਦਾ ਹੋ ਗਿਆ 3000 ਦਾ, ਤੇ ਹੁਣ ਨਾ ਜੀ 3000 ਦਾ ਨੁਕਸਾਨ ਕਰਾ ਕੇ ਨਵੀਂ ਟਿਕਟ ਲੈ ਕੇ 12 ਵਜੇ ਤੱਕ ਸਟੇਸ਼ਨ ਤੇ ਬੈਠਾ ਰਿਹਾ, ਤੇ 12 ਵਜੇ ਜਦੋਂ ਗੱਡੀ 'ਚ ਬੈਠਾ, ਹੁਣ ਇਹਨੂੰ ਗੁਟਕਾ ਫੜਾਓ ਵੀ ਨਿਤਨੇਮ ਕਰਦਾ, ਸਹਿਜ ਪਾਠ ਕਰਾਈਏ ਭਲਾ ਇਹਦੇ ਤੋਂ, ਇਹਨੂੰ ਅਰਥ ਸੁਣਾਈਏ, ਢੱਡਰੀਆਂ ਵਾਲਾ ਭਾਓ ਇਹਦੇ ਅੱਗੇ ਵੀ ਅਰਥ ਸੁਣਾ ਇਹਨੂੰ, ਹੁਣ ਮੇਰੀ ਕਥਾ ਉਹ ਸੁੱਜਿਆ ਮੂੰਹ ਕਿਵੇਂ ਠੀਕ ਕਰੂ, ਮੈਂ ਤੇ ਉਹਦੇ ਸਾਹਮਣੇ ਬਹਿ ਜੂ ਵੀ ਲੈ ਤੈਨੂੰ ਨਾਮ ਜਪਾਵਾਂ, ਕੋਈ ਆ ਜਾ ਤੈਨੂੰ ਸ਼ਾਂਤ ਕਰਾਂ, ਮੈਂ ਉਹਨੂੰ ਸ਼ਾਂਤ ਕਰ ਦੂੰ ਉਹਨੂੰ, ਮੈਂ ਉਹਨੂੰ ਵਾਹਿਗੁਰੂ ਕਰਾਈਏ ਵੀ ਐਂ ਅੱਖਾਂ ਬੰਦ ਕਰ ਭਾਈਆ, ਐਂ ਮੇਰੇ ਸਾਹਮਣੇ ਬਹਾਲਾ ਟ੍ਰੇਨ ਦੇ ਵਿੱਚ ਵੀ ਅੱਖਾਂ ਬੰਦ, ਐਂ ਤਾਂ ਨੂੰ ਚਾੜ ਸੁਰਤ, ਉਹਨੂੰ ਉਹਦਾ ਸੁੱਜਿਆ ਮੂੰਹ ਦਿਸੀ ਜਾਣਾ ਵੀ ਉਹ ਕਹੂਗੀ ਵੀ ਲੈ ਉਹਦੇ ਲੜਕੇ ਆਇਆ ਘਰ ਵਾਲੀ ਨਾਲ, ਉਹਨਾਂ ਬੰਦਿਆਂ ਨੂੰ ਕੋਈ ਨਹੀਂ ਸ਼ਾਂਤ ਕਰ ਸਕਦਾ ਜਿਹੜੇ ਜ਼ਿੰਮੇਵਾਰੀਆਂ ਤੋਂ ਭਗੌੜੇ ਐ, ਆਪਣੇ ਫਰਜ਼ਾਂ ਤੋਂ ਭਗੌੜੇ ਐ, ਤੇ ਜਿਹੜੇ ਜ਼ਿੰਮੇਵਾਰੀਆਂ ਹੱਸ ਹੱਸ ਕੇ ਨਿਭਾਉਂਦੇ ਐ, ਉਹਨਾਂ ਨੂੰ ਦੁਨੀਆ 'ਚ ਜੰਮਿਆ ਨਹੀਂ ਕੋਈ ਜਿਹੜਾ ਦੁਖੀ ਕਰ ਸਕੇ, ਦੁਖੀ ਨਹੀਂ ਕਰ ਸਕਦਾ, ਫਰਜ਼ ਨਿਭਾਉਂਦੇ ਐ। ਉਹ ਵੀਰੋ ਤੁਹਾਡੀ ਤੇ ਸਿਹਤ ਹੀ ਚੀਕਾਂ ਮਾਰਦੀ ਰਹਿੰਦੀ ਹੈ ਵੀ ਮੈਨੂੰ ਮਾੜਾ ਮੋਟਾ ਲੱਤਾਂ ਕਹਿੰਦੀਆਂ, ਹਲਾਲ ਹੈ ਮਾੜਾ ਜਿਹਾ, ਮੈਨੂੰ ਤੁਰ ਲਿਆ ਕਰ ਮਾੜਾ ਜਿਹਾ, ਗੋਡੇ ਨਹੀਂ ਕਹਿੰਦੇ ਤੁਹਾਨੂੰ,
ਹਰ ਵੇਲੇ ਆ ਸੇਤ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਿੰਨੇ ਖਾਣ ਪੀਣ ਵਾਲੇ ਵੀਰ ਆ ਜਿਹੜੇ ਕਹਿੰਦੇ ਐ ਵੀ ਯਾਰ ਨਾ ਚਮਚਾ ਮਿਲੇ ਨਾ ਸਵੇਰੇ ਤੋੜ ਜੀ ਲੱਗਦੀ ਹੈ ਕਹਿੰਦੇ ਨਾ ਕਈ ਸੁਣੋ ਧਿਆਨ ਨਾਲ ਸੁਣੋ ਨਸ਼ਾ ਸਿਹਤ ਵਿਗਾੜਦਾ ਕਿ ਸਵਾਰਦਾ ਗੱਜ ਕੇ ਸਿਹਤ ਲਈ ਹਾਨੀਕਾਰਕ ਨਸ਼ਾ ਨਸ਼ਾ ਹੈ ਕਿ ਨਹੀਂ ਹੈ ਨਾ ਨਸ਼ਾ ਹੁਣ ਸੁਣੋ ਅੱਜ ਮੈਂ ਤੈਨੂੰ ਕਹਿ ਦਾਂ ਵੀ ਇੱਕ ਗੱਡੀ ਚੂਜ਼ ਕਰ ਲੈ ਇੱਕ ਗੱਡੀ ਸਭ ਤੋਂ ਮਹਿੰਗੀ ਸਭ ਤੋਂ ਵਧੀਆ ਇੱਕ ਗੱਡੀ ਦੱਸ ਜਿਹਦੇ 'ਚ ਸਾਰੀ ਜ਼ਿੰਦਗੀ ਤੈਨੂੰ ਕੱਢਣੀ ਪੈਣੀ ਇੱਕ ਗੱਡੀ ਦਾ ਨਾਂ ਲੈ ਤੂੰ ਕਹਿ BMW ਲੈਂਡ ਕਰੂਜ਼ਰ ਰੋਇਲ ਰੋਜ਼ ਗੱਡੀ ਕਹਿ ਦੇ ਆਡੀ ਕਹਿ ਦੇ ਬੈਂਟਲੇ ਕਹਿ ਦੇ ਜਿਹੜੀ ਗੱਡੀ ਕਹਿ ਦੇ ਚੱਲ ਸਾਡੇ ਇੰਡੀਆ ਵਾਲੀਆਂ ਫੋਰਚੂਨਰ ਕਹਿ ਦੇ ਅੰਡੈਵਰ ਕਹਿ ਦੇ ਵੀ ਇੱਕ ਗੱਡੀ ਉਦੋਂ ਬਾਅਦ ਤੈਨੂੰ ਮੈਂ ਨਾਲ ਹੀ ਕੰਨ 'ਚ ਕਹਿ ਦੇਣਾ ਵੀ ਇੱਕ ਗੱਡੀ ਹੈ ਹੁਣ ਨਹੀਂ ਮਿਲਣੀ ਜ਼ਿੰਦਗੀ 'ਚ ਤੈਨੂੰ ਇੱਕੋ ਹੀ ਇਹਦੇ ਨਾਲ ਤੈਂ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਤੈਂ ਇਹਦੇ ਨਾਲ ਕੱਢਣੀ ਹੁਣ ਤੂੰ ਵੇਖ ਲੈ ਵੀ ਜੇ 20 ਸਾਲ ਦਾ ਹੈ ਤੇ ਜੇ 60 ਦਾ ਮਰੇਗਾ ਤੇ 40 ਸਾਲ ਇਹੀ ਗੱਡੀ ਰਹੂ ਜੇ 90 ਦਾ ਹੋ ਕੇ ਮਰੇਗਾ ਹਿਸਾਬ ਲਾ ਲੈ ਵੀ 70 ਸਾਲ ਇਹੀ ਗੱਡੀ ਰਹੂ ਮੈਨੂੰ ਤੁਸੀਂ ਜਵਾਬ ਦਿਓ ਫਿਰ ਉਹ ਗੱਡੀ ਵਿੱਚ ਕੋਈ ਮਿੱਟੀ ਦਾ ਤੇਲ ਪਾਊ ਬੋਲੋ ਬੋਲੋ ਵੀਰੋ ਠੰਡੇ ਨਾ ਪਾਓ ਨਹੀਂ ਪਾਊਗਾ ਉਹ ਗੱਡੀ ਦਾ ਫਿਰ ਧਿਆਨ ਕਿਵੇਂ ਰੱਖੂ ਯਾਰ ਵੀ ਸਾਰੀ ਜ਼ਿੰਦਗੀ ਇੱਕੋ ਹੀ ਰਹਿਣੀ ਹੈ ਬਦਲ ਵੀ ਨਹੀਂ ਸਕਦਾ ਮੈਂ ਧਿਆਨ ਰੱਖੂ ਕਿ ਨਹੀਂ ਰੱਖੂ ਹੁਣ ਤੁਸੀਂ ਮੈਨੂੰ ਜਵਾਬ ਦਿਓ ਜਾਂ ਅੱਖਾਂ ਬਦਲ ਜਾਣੀਆਂ ਕਿ ਨਹੀਂ ਇੱਕ ਵਾਰੀ ਮਿਲੀਆਂ ਕਿ ਨਹੀਂ ਮਿਲੀਆਂ ਆ ਗੋਡੇ ਲੀਵਰ ਗੁਰਦੇ ਆ ਸਾਰਾ ਕੁਛ ਇੱਕ ਵਾਰੀ ਨਹੀਂ ਮਿਲਿਆ ਆ ਦੰਦ ਫੇਰ ਆ ਜਾਂਦੇ ਹੁੰਦੇ ਮੁੜ ਕੇ ਨਕਲੀ ਲਵਾਈ ਫਿਰਦੇ ਆ ਖਤਰਾ ਹੀ ਖਤਰਾ ਮੇਰਾ ਨਾਨਾ ਨਾ ਕੈਪਸੂਲ ਤੇ ਪਾਇਆ ਮੂੰਹ 'ਚ ਇੱਕ ਦੰਦ ਉਹਦੇ ਨਕਲੀ ਸੀ ਕੈਪਸੂਲ ਮੂੰਹ 'ਚ ਰਹਿ ਗਿਆ ਦੰਦ ਅੰਦਰ ਲੰਘ ਗਿਆ ਨਕਲੀਆਂ ਦਾ ਇਹੋ ਜਿਹਾ ਕੰਮ ਹੀ ਹੁੰਦਾ ਸੱਚੀ ਕਹਿ ਰਿਹਾ ਇੱਦਾਂ ਹੀ ਹੋਇਆ ਮੈਂ ਕੋਲ ਬੈਠਾ ਪਾਣੀ ਮੈਂ ਲਿਆ ਕੇ ਦਿੱਤਾ ਦੰਦ ਅੰਦਰ ਲੰਘਾ ਗਿਆ ਕੈਪਸੂਲ ਮੂੰਹ 'ਚ ਰਹਿ ਗਿਆ ਇਹਦੇ ਇਹੋ ਜਿਹਾ ਕੰਮ ਹੁੰਦਾ ਲਵਾਈ ਫਿਰ ਉਹ ਨਕਲੀ ਪਰ ਅਸਲੀਆਂ ਵਾਲੀ ਗੱਲ ਬਣਦੀ ਕਿਤੇ ਕਿਤੇ ਬਣ ਜਾਣੀ ਕਿਤੇ ਉਹ ਸਰੀਰ ਇੱਕ ਵਾਰੀ ਮਿਲਿਆ ਤੇ ਮੈਂ ਰਹਿਣਾ 90 ਸਾਲ 70 ਸਾਲ 60 ਸਾਲ ਤੇ ਕੱਟਣੀ ਕਿਹਦੇ ਨਾਲ ਪੈਣੀ ਹੈ ਇਸੇ ਨਾਲ ਇੱਕੋ ਹੀ ਹੈ ਆਹੀ ਹੱਥ ਰਹਿਣੇ ਬਦਲ ਜਾਣੇ ਕਿਤੇ ਯਾਰ ਆਹੀ ਰਹਿਣਾ ਸਰੀਰ ਗੋਡੇ ਆਹੀ ਰਹਿਣੇ ਫਿਰ ਮੈਂ ਤੁਰਦਾ ਕਿਉਂ ਨਹੀਂ ਮੈਂ ਸਾਂਭਦਾ ਕਿਉਂ ਨਹੀਂ ਮੈਂ ਸੰਭਾਲਦਾ ਕਿਉਂ ਨਹੀਂ ਬਦਲ ਜਾਣਾ ਯਾਰ ਟੀਸੀ ਲਾ ਲੈਂਦਾ ਪਕੌੜਿਆਂ ਦੀ ਜਦੋਂ ਮੈਂ ਜਾਂਦਾ ਕਿਸੇ ਵਿਆਹ 'ਚ ਡਾਕਟਰ ਕਹਿੰਦੇ ਖਾ ਨਾ ਹੈ ਫਿਕਰ ਮੈਨੂੰ ਜਦ ਮੂੰਹ 'ਚੋਂ ਪਾਣੀ ਆ ਜਾਂਦਾ ਵੇਖ ਲਓ ਪਕੌੜਿਆਂ ਦਾ ਨਾਂ ਸੁਣ ਕੇ ਆਉਂਦਾ ਕਿ ਨਹੀਂ ਆਉਂਦਾ ਹੁਣ ਵੇਖੋ ਹੁਣ ਡਾਕਟਰ ਕਹਿੰਦੇ ਆ ਸ਼ੂਗਰ ਹੋ ਗਈ ਗੁਲਾਬ ਜਾਮਣ ਖਾਣੇ ਨਹੀਂ ਹੁਣ ਜਦੋਂ ਸਾਹਮਣੇ ਪਏ ਹੁੰਦੇ ਨੇ ਫਿਰ ਹੁਣ ਨਹੀਂ ਬੰਦੇ ਤੋਂ ਰਹਿ ਕਿੱਥੇ ਹੁੰਦਾ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮਿਲ ਜਾਣਾ ਸਰੀਰ ਯਾਰ ਮੁੜ ਕੇ ਹੁਣ ਤੂੰ ਦੱਸ ਭੁੱਖੀ ਦੇ ਚਮਚੇ ਦਾ ਚਮਚਾ ਵਿੱਚ ਸਿੱਟੀ ਜਾਂਦਾ ਚਿੱਟਾ ਸਿੱਟੀ ਜਾਂਦਾ ਸ਼ਰਾਬ ਸਿਹਤ ਲਈ ਉਹ ਵੀ ਸਿੱਟੀ ਜਾਂਦਾ ਮਿੱਟੀ ਦਾ ਤੇਲ ਪਾਉਂਦਾ ਵੇਖਿਆ ਕੋਈ ਡੀਜ਼ਲ ਗੱਡੀ 'ਚ ਪਰ ਲੋਕੀ ਪਾ ਰਹੇ ਉਹ ਗੱਡੀ ਦੀ ਵੀ ਕਦਰ ਕਰਦੇ ਐ ਮੋਟਰਸਾਈਕਲ ਦੀ ਵੀ ਕਦਰ ਕਰਦੇ ਐ ਆ ਇੰਨਾ ਸੋਹਣਾ ਮਿਲਿਆ ਸਰੀਰ ਹੈ ਇਹਦੀ ਕਦਰ ਮਿਲਦੀ ਪੁੱਛ ਕੇ ਤੇ ਵੇਖੋ ਜਿਹਦੇ ਲੀਵਰ ਖਰਾਬ ਹੋ ਗਏ ਅੰਨੇ ਨੂੰ ਪੁੱਛੋ ਅੱਖਾਂ ਦੀ ਕਦਰ ਕੀ ਹੈ ਆ ਸਰੀਰ ਗਲ ਗਏ ਜਿਨ੍ਹਾਂ ਦੇ ਪੁੱਛੋ ਤੇ ਸਹੀ ਉਹਨਾਂ ਨੂੰ ਇੰਨਾ ਸੋਹਣਾ ਸਰੀਰ ਐਡੀ ਸੁੰਦਰ ਕਾਇਆ ਗਾਲ ਕੇ ਰੱਖ ਲਈਆ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਜੀ ਕਿ ਸਰੀਰ ਦਾ ਧਿਆਨ ਰੱਖੋ ਤੇ ਸਭ ਤੋਂ ਜ਼ਰੂਰੀ ਫਰਜ਼ ਪਹਿਲੇ ਨੰਬਰ ਦੇ ਉੱਤੇ ਤੇ ਵੇਖਿਓ ਮਾਈਂਡ ਆ ਦਿਮਾਗ ਖੁੱਲਣਾ ਚਾਹੀਦਾ ਇਹ ਦਿਮਾਗ ਪ੍ਰਤੀ ਮੇਰਾ ਫਰਜ਼ ਹੈ ਆ ਖੋਲਣਾ ਹੈ ਪੜ੍ਹਨਾ ਹੈ ਵਧੀਆ ਵਧੀਆ ਪੜ੍ਹਨਾ ਹੈ ਸੰਗਤ ਵਧੀਆ ਕਰਨੀ ਸੰਗਤ ਵਧੀਆ ਕਰਨ ਦਾ ਮਤਲਬ ਕੀ ਸੁਣਿਓ ਲਾਸਟ ਗੱਲ ਕਹਿੰਦੇ ਆ ਸੰਗਤ ਵਧੀਆ ਕਰਨ ਦਾ ਮਤਲਬ ਇਹ ਹੈ ਜੋ ਚੰਗੇ ਹੈ ਹੁਣ ਵੇਖੋ ਫਿੱਟ ਫਿੱਟ ਬੰਦੇ ਹੋਣ ਸਾਡੇ ਨਾ ਪਰਮੇਸ਼ਰ ਦੁਆਰ ਤੇ ਢਿੱਡਲ ਬੰਦਾ ਕੋਈ ਨਹੀਂ ਜਿਹਦਾ ਐਡਾ ਢਿੱਡ ਹੋਵੇ ਇਹੋ ਜਿਹਾ ਕੋਈ ਇੱਕ ਨਹੀਂ ਪਤਾ ਕਿਉਂ ਨਹੀਂ ਬਾਕੀ ਦੇ ਸਾਰਿਆਂ ਦੇ ਢਿੱਡ ਅੰਦਰ ਨੂੰ ਨੇ ਜੇ ਇੱਕ ਵੀ ਵਿੱਚ ਆ ਜਾਂਦਾ ਉਹਨੂੰ ਸ਼ਰਮ ਆਉਣ ਲੱਗ ਜਾਂਦੀ ਹੈ ਵੀ ਯਾਰ ਮੈਂ ਇਕੱਲਾ ਹੀ ਢਿੱਡ ਲਾ ਇਹਨਾਂ 'ਚ ਲੱਗਦਾ ਨਾ ਉਹਨੂੰ ਤਾਂ ਕਰਕੇ ਹੁਣ ਵੇਖੋ ਜਿਹੜਾ ਬੰਦਾ ਪਤਲਾ ਹੋਣਾ ਚਾਹੁੰਦਾ ਹੈ ਉਹ ਫਿਰ ਕਿੰਨਾ 'ਚ ਰਹੇ
ਬੋਲੋ ਬੋਲੋ ਤੇ ਜੇ 20-25,000 ਵੀ ਢਿੱਡਲ ਜੇ ਆਪ ਵੀ ਉਹਨੂੰ ਇਹ ਲੱਗਣਾ ਵੀ ਸਾਰੇ ਢਿੱਡਾਂ ਵਾਲੇ ਹੀ ਹੁੰਦੇ ਆ ਕੋਈ ਫਰਕ ਨਹੀਂ ਪੈਂਦਾ ਉਸ ਗੱਲਾਂ ਪਤਾ ਕਿੱਦਾਂ ਕਹਿਣਗੇ ਦੇਖੋ ਜਦੋਂ ਦਿਮਾਗ ਦੂਜੇ ਪਾਸੇ ਦਲੀਲਾਂ ਘੜਦਾ ਹੈ ਉਹ ਫਲਾਣਾ ਬੰਦਾ ਹੈ ਯਾਰ ਨਾ ਉਹਨੇ ਕੋਈ ਐਕਸਰਸਾਈਜ਼ ਕਰੀ ਪਕੌੜੇ ਉਹ ਖਾਂਦਾ ਹੈ ਸਮੋਸੇ ਉਹ ਖਾਂਦਾ ਹੈ 90 ਸਾਲ ਦਾ ਫਿਰਦਾ ਘੋੜੇ ਵਰਗਾ ਉਹਦਾ ਕੁਝ ਨਹੀਂ ਵਿਗੜਿਆ ਦਿਮਾਗ ਸਾਡਾ ਐਂ ਦੱਸੋ ਸਾਰੇ ਛੱਡ ਪਰੇ ਕੋਈ ਲੋੜ ਨਹੀਂ ਐਕਸਰਸਾਈਜ਼ਾਂ ਕਰਨ ਦੀ ਕੋਈ ਲੋੜ ਨਹੀਂ ਸਿਹਤ ਦਾ ਧਿਆਨ ਰੱਖਣ ਦੀ ਐਦਾਂ ਦਿਮਾਗ ਘਾੜ ਤਾਂ ਘੜਦਾ ਸੰਗਤ ਕੀ ਕਰਨੀ ਹੈ ਆਪਣੇ ਤੋਂ ਸਿਆਣੇ ਮੇਰੇ ਤੋਂ ਫਿੱਟ ਨੇ ਜਿਹੜੇ ਉਹਦੀ ਸੰਗਤ ਕਰਾਂ ਦਿਮਾਗ 'ਚ ਮੇਰੇ ਨਾਲੋਂ ਤੇਜ਼ ਨੇ ਜਦੋਂ ਮੈਂ ਉਹਨਾਂ ਨਾਲ ਗੱਲ ਕਰਦਾ ਮੈਨੂੰ ਸ਼ਰਮ ਆਉਂਦੀ ਹੈ ਉਹਨਾਂ 'ਚ ਬੈਠਾ ਜਿਨ੍ਹਾਂ 'ਚ ਬਹਿ ਕੇ ਮੈਨੂੰ ਇਹ ਲੱਗੇ ਵੀ ਮੈਨੂੰ ਨਹੀਂ ਆਉਂਦੀ ਯਾਰ ਆਹ ਗੱਲ ਇਹਨੂੰ ਗਿਆਨ ਬਹੁਤ ਹੈ ਉਹਨਾਂ ਦੀ ਸੰਗਤ ਕਰਾਂ ਮੈਂ ਆਪਣੇ ਤੋਂ ਥੱਲੇ ਵਾਲਿਆਂ ਦੀ ਨਹੀਂ ਜੇ ਢਿੱਡ ਘਟਾਉਣਾ ਆਪਣੇ ਤੋਂ ਵੱਡੇ ਢਿੱਡਾਂ ਵਾਲਿਆਂ 'ਚ ਨਹੀਂ ਬਹਿਣਾ ਆਪਣੇ ਤੋਂ ਘੱਟ ਵਾਲਿਆਂ 'ਚ ਤਾਂ ਲੱਗੂ ਵੀ ਮੈਨੂੰ ਸ਼ਰਮ ਆਉਂਦੀ ਹੈ ਇੱਥੇ ਆ ਕੇ ਉਹਨਾਂ ਬੰਦਿਆਂ 'ਚ ਬਹਿਣਾ ਸ਼ੁਰੂ ਕਰੋ ਜਿਹੜੇ ਸਿਆਣੇ ਐ ਸਮਝਦਾਰ ਐ ਜਿਨ੍ਹਾਂ ਦੀ ਪ੍ਰੈਕਟੀਕਲਟੀ ਵਧੀਆ ਵਿਹਾਰ ਵਧੀਆ ਉਹ ਚੰਗੀ ਸੰਗਤ ਸ਼ੁਰੂ ਕਰੋ ਤਾਂ ਮੈਂ ਬੇਨਤੀ ਕਰਦਾ ਭਾਈ ਪਹਿਲੇ ਨੰਬਰ ਤੇ ਸਿਹਤ ਦਾ ਖਿਆਲ ਤੇ ਫਰਜ਼ ਪਛਾਣੋ ਆਪਣੇ ਗੁਰਬਾਣੀ ਦਾ ਗਿਆਨ ਲੈ ਕੇ ਜ਼ਿੰਮੇਵਾਰ ਬਣੀਏ ਜਿਵੇਂ ਫਰਜ਼ ਪਛਾਣੋਗੇ ਮਨ ਸ਼ਾਂਤ ਹੋ ਜਾਏਗਾ ਠੰਡਾ ਹੋ ਜਾਏਗਾ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਮੈਂ ਤੁਹਾਡੇ ਏਰੀਏ ਵਿੱਚ ਪਹਿਲੀ ਵਾਰੀ ਮੈਨੂੰ ਲੱਗਦਾ ਸ਼ਾਇਦ ਐਸ ਫੱਗੂ ਲੱਗੇ ਸੀ ਦੀਵਾਨ ਇੱਕ ਵਾਰੀ ਇੱਧਰ ਪਿੰਡ ਹੈ ਇੱਕ ਵਾਰੀ ਕਾਲਿਆਂ ਵਾਲੀ ਮੰਡੀ ਰੱਖੇ ਸੀ ਉਦੋਂ ਉਹ ਬੇਅਦਬੀ ਹੋਈ ਬਰਗਾੜੀ ਉਦੋਂ ਉੱਥੇ ਚਲੇ ਗਏ ਕੈਂਸਲ ਹੋ ਗਏ ਹੁਣ ਆਪਾਂ ਮਈ ਦੇ ਵਿੱਚ ਦੀਵਾਨ ਰੱਖੇ ਹੈ ਪਿੰਡ ਜੱਜਲ ਮਈ 35 ਕਿਲੋਮੀਟਰ ਪੈਂਦਾ ਇੱਥੋਂ ਪਿੰਡ ਜੱਜਲ ਬਠਿੰਡੇ ਵਾਲੇ ਰੋਡ ਤੇ ਹੀ ਹੋਣਾ ਰਾਹ 'ਚ ਹੈ ਕਿਤੇ ਇੱਧਰ ਹੀ ਹੈ ਤਲਵੰਡੀ ਸਾਬੋ ਵਾਲੇ ਰੋਡ ਤੇ ਹੈ ਜੀ ਜੱਜਲ ਪਿੰਡ ਹੈ ਜੀ ਤਲਵੰਡੀ ਸਾਬੋ ਵਾਲੇ ਰੋਡ ਤੇ ਉੱਥੇ ਦੀਵਾਨ ਲੱਗਣੇ ਪਰਸੋਂ ਨੂੰ ਹਿੰਦੂ ਕੰਨਿਆ ਕਾਲਜ ਸ਼ਹਿਰ ਜੀਂਦ ਪਰਸੋਂ ਦਾ ਰਾਤ ਦਾ ਦੀਵਾਨ ਹੈ ਦਮਦਮਾ ਟੀਵੀ ਉੱਤੇ ਫਾਸਟ ਵੇ ਚੈਨਲ 132 ਉੱਤੇ 24 ਘੰਟੇ ਦੀਵਾਨ ਚੱਲਦਾ ਰਹਿੰਦਾ ਦਮਦਮਾ ਟੀਵੀ ਉਹ ਲਾਈਵ ਵੀ ਕਰਦੇ ਐ ਜਿੱਥੇ ਵੀ ਕਿਤੇ ਦੀਵਾਨ ਹੁੰਦਾ ਰੋਜ਼ ਘਰਾਂ 'ਚ ਆਉਂਦਾ ਦਮਦਮਾ ਟੀਵੀ ਐ ਫਾਸਟ ਵੇ ਚੈਨਲ ਉੱਤੇ 132 ਨੰਬਰ ਚੈਨਲ ਤੇ ਚੱਲਦਾ ਜਿਹੜੇ ਘਰਾਂ 'ਚ ਬੈਠਦੇ ਹੋ ਦੀਵਾਨ ਜ਼ਰੂਰ ਸੁਣਿਆ ਕਰੋ ਜਿੰਨਾ ਕੋਲ ਟਾਈਮ ਹੋਵੇ ਐਮਪੀ ਚੈਨਲ EMPEE ਐਮਪੀ ਇਹ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਘਰੇ ਬਹਿ ਕੇ ਸੁਣਿਆ ਅੱਜ ਕੱਲ੍ਹ ਇਹ ਸੌਖਾ ਮਾਧਿਅਮ ਹੈ ਇਹਦੇ ਰਾਹੀਂ ਪਤਾ ਲੱਗਦਾ ਰਹਿੰਦਾ ਵੀ ਕੀ ਹੋ ਰਿਹਾ ਤੇ ਬਾਕੀ ਜਿਨ੍ਹਾਂ ਕੋਲ ਟਾਈਮ ਹੋਵੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਬਹੁਤਾ ਦੂਰ ਤੇ ਨਹੀਂ ਪੈਂਦਾ 2-2.5 ਘੰਟੇ ਲੱਗਦੇ ਐ ਬਠਿੰਡੇ ਤੋਂ ਹੁਣ ਤੇ ਡਬਲ ਰੋਡ ਬਣ ਗਿਆ ਸਾਰਾ ਹੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ ਰਾਤ ਦਾ ਇਸ ਵਾਰੀ ਅਪ੍ਰੈਲ ਦਾ ਪ੍ਰੋਗਰਾਮ ਹੋਣਾ ਹੈ 6 ਅਪ੍ਰੈਲ ਦਿਨ ਸ਼ਨੀਵਾਰ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਤੇ ਨਾਲ ਅੰਮ੍ਰਿਤ ਸੰਚਾਰ ਹੁੰਦਾ ਹੈ ਜਿਹੜੇ ਵੀਰਾਂ ਕੋਲ ਟਾਈਮ ਹੁੰਦਾ ਹੈ ਗੱਡੀਆਂ ਹੁੰਦੀਆਂ ਜਿਨ੍ਹਾਂ ਕੋਲ ਸਾਧਨ ਹੈ ਨੇ ਉਹ ਟਾਈਮ ਕੱਢ ਕੇ ਹਾਜ਼ਰੀ ਭਰਿਆ ਕਰੋ ਜਿਹੜੇ ਇਕੱਠੇ ਹੋ ਕੇ ਬੱਸ ਵਗੈਰਾ ਕਰਾ ਕੇ ਆ ਸਕਦੇ ਆ ਉਹ ਆਉਣ ਉਹ ਜਿਨ੍ਹਾਂ ਇਦਾਂ ਬਹਿ ਕੇ ਸੁਣਨਾ ਹੈ ਜਿਨ੍ਹਾਂ ਨੂੰ ਚੰਗਾ ਲੱਗਦਾ ਹੈ ਇੱਕ ਗੱਲ ਪੱਕੀ ਹੈ ਇਹ ਜਿੱਥੇ ਮਰਜ਼ੀ ਕਹਿ ਲਓ ਵੀ ਢੱਡਰੀਆਂ ਵਾਲਾ ਉਹ ਹੈ ਜਿਹੜਾ ਰੱਬ ਨੂੰ ਨਹੀਂ ਮੰਨਦਾ ਕਿਹੜੇ ਰੱਬ ਨੂੰ ਜਿਹੜਾ ਪੁਜਾਰੀ ਦਾ ਕੜਿਆ ਹੋਇਆ ਇੱਕ ਰੱਬ ਉਹ ਹੈ ਜਿਹੜਾ ਸਾਡੇ ਵਿੱਚ ਹੈ ਅਸੀਂ ਰੱਬ ਦਾ ਰੂਪ ਹਾਂ ਉਹਨੂੰ ਜ਼ਰੂਰ ਮੰਨਦੇ ਹਾਂ ਉਹਨੂੰ ਅਸੀਂ ਜ਼ਰੂਰ ਮੰਨਦੇ ਹਾਂ ਅਸੀਂ ਕੰਮ ਕਰਨੇ ਅਸੀਂ ਕਾਰਜ ਕਰਨੇ ਆ ਸਾਡੀਆਂ ਲੱਤਾਂ ਤੇ ਭਾਰ ਪਾਇਆ ਗੁਰੂ ਸਾਹਿਬ ਨੇ ਸਾਨੂੰ ਰੱਬ ਦਾ ਰੂਪ ਕਹਿ ਕੇ ਤੇਰੇ 'ਚ ਰੱਬ ਦਾ ਰੂਪ ਹੈ ਤੂੰ ਰੱਬ ਦਾ ਰੂਪ ਹੈ ਤੇਰੇ ਕਾਰਜ ਤੈਨੂੰ ਆਪ ਕਰਨੇ ਵੀਰੋ ਮੈਨੂੰ ਜਵਾਬ ਦੇਣਾ ਵੀ ਉੱਠਣ ਦੀ ਹਿੰਮਤ ਆਪ ਕਰਨੀ ਪੈਣੀ ਹੈ ਨਾ ਸਿਹਤ ਦਾ ਖਿਆਲ ਆਪ ਰੱਖਣਾ ਪੈਣਾ ਪੜ੍ਹਾਈ ਆਪ ਕਰਨੀ ਪੈਣੀ ਹੈ ਰੱਬ ਸਾਡੇ ਵਿੱਚ ਹੈ ਆਪੇ ਕਾਰਜ ਕਰਨੇ ਪੈਣਗੇ ਕਰੋ ਦਿਮਾਗ ਖੋਲੋ ਆਪਣੇ ਤਕੜੇ ਹੋ ਕੇ ਆਪਾਂ ਸਾਰੇ ਹਿੰਮਤ ਕਰੀਏ ਜਿੱਥੇ ਵੀ ਕਿਤੇ ਨੇੜੇ ਤੇੜੇ ਪ੍ਰੋਗਰਾਮ ਹੋਵੇ ਲਾਹਾ ਪ੍ਰਾਪਤ ਕਰਨਾ ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣ ਕੇ ਫਿਰ ਚਾਲਾ ਪਾਉਣਾ ਮਲੋਟ ਦੇ ਵੀ ਦੀਵਾਨ ਆਉਣ ਵਾਲੇ ਸਮੇਂ 'ਚ ਹੈ ਮਈ ਮਹੀਨੇ ਵਿੱਚ ਮਲੋਟ ਵੀ ਸ਼ਾਇਦ ਇੱਥੋਂ ਵਿੱਚ ਦੀ ਨੇੜੇ ਹੀ ਪੈਂਦਾ ਹੋਵੇਗਾ ਮਲੋਟ ਵੀ ਦੀਵਾਨ ਹੈ ਮਲੋਟ ਮੁਕਤਸਰ ਸਾਹਿਬ ਮਾਫ ਕਰਨਾ ਮੁਕਤਸਰ ਸਾਹਿਬ ਹੈ ਮਲੋਟ ਨਹੀਂ ਮੁਕਤਸਰ ਸਾਹਿਬ ਮੁਕਤਸਰ ਸਾਹਿਬ ਸ਼ਾਇਦ ਦੂਰ ਪੈਂਦਾ ਹੋਣਾ ਥੋੜਾ
ਮੁਕਤਸਰ ਸਾਹਿਬ ਵੀ ਪ੍ਰੋਗਰਾਮ ਹੈ ਤੇ ਇੱਥੇ ਜੰਜਲ ਪਿੰਡ ਜਿੱਥੇ ਨੇੜੇ ਆਵੇ ਉੱਥੇ ਹਾਜ਼ਰੀ ਭਰਨੀ ਗੱਜ ਕੇ ਅਨੰਦ ਸਾਹਿਬ 'ਚ ਬੋਲਣਾ ਹੈ ਪਰਸ ਮੋਬਾਈਲ ਗਹਿਣੇ ਉਹੀ ਬੇਨਤੀ ਫੇਰ ਸੰਭਾਲ ਕੇ ਰੱਖਿਓ ਵਿੱਚ ਬੜੇ ਸ਼ਰਾਰਤੀ ਬੰਦੇ ਆ ਜਾਂਦੇ ਆ ਸਾਰਿਆਂ ਨੂੰ ਬੇਨਤੀ ਹੈ ਜੀ ਗੁਰੂ ਜੀ ਜਾਣਗੇ ਫੇਰ ਆਪਾਂ ਚੱਲਦੇ ਹਾਂ 5 ਕੁ ਮਿੰਟ ਟਕਾ ਰੱਖੋ ਜਿੰਨਾ ਮੱਥਾ ਨਹੀਂ ਟੇਕਿਆ ਉਹ ਆ ਕੇ ਨਮਸਕਾਰ ਕਰ ਲਓ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਲੰਗਰ 'ਚ ਸੇਵਾ ਕੀਤੀ ਪਹਿਰੇ ਤੇ ਸੇਵਾ ਕੀਤੀ ਲੰਗਰ ਪਕਾਉਣ ਦੀ ਸੰਗਤ ਲਿਆਉਣ ਦੀ ਸੇਵਾ ਕੀਤੀ ਸਭ ਦਾ ਧੰਨਵਾਦ ਗੁਰੂ ਜੀ ਜਾਂਦੇ ਆ ਜੀ ਆਪਾਂ ਮਗਰ ਮਗਰ ਜਾਣਾ ਹੈ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਅਰਦਾਸ 'ਚ ਖੜਿਓ ਰਾਮਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰ ਰਾਜ ਰਤਨ ਪਰਵਾਰ ਪਰੀਆਂ ਸ਼ਬਦ ਦਾ ਬਣਿਆ ਸਤਿਗੁਰੂ ਮੈਂ ਪਾਇਆ ਸਦਾ ਰਹੋ ਨਾਲ ਮੇਰੇ ਤੂੰ ਸ਼ਬਦ ਸਾਰ ਸਵਾਮੀ ਸੋ ਕਿਉਂ ਮਨੋਂ ਵਸਾਰੇ ਸਾਚੇ ਸਾਹਿਬ ਕਿਆ ਨਹੀਂ ਕਰਦੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਰਾਮ ਜਿਨ ਕੈ ਮਨ ਵਸਿਆ ਵਾਟੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚ ਹਰ ਸ਼ਾਂਤ ਸੁਖ ਮਨਿਆ ਉਸਿਆ ਦੀ ਇੱਛਾ ਸਭ ਖੁਜਾਈ ਕਹਿ ਨਾਨਕ ਸੁਣੋ ਸੰਤੋ ਸ਼ਬਦ ਪਰ ਹੋ ਪਿਆਰੋ ਸੱਚ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਨ ਘਰ ਧਾਰਿਆ ਪੰਜ ਦੂਤ ਨਿਵਾਸ ਕੀਤੇ ਕਾਲ ਪੰਥ ਕੁਮਾਰਿਆ ਹੋਰ ਕਰਮ ਪਾਇਆ ਬੁੱਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈਸ ਕੋ ਆਪ ਕਰਿਆ ਹਦਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋੜ ਤੁਮੇ ਪਾਰ ਬ੍ਰਹਮ ਪਾਇਆ ਉਪਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਸਾਰਿਨ ਭਏ ਸੰਸੇ ਪੂਰੇ ਹੋਇਤੇ ਜਾਣੀ ਸੁਣਤੇ ਪੁਨੀ ਕਹਤੇ ਪੁਰ ਸਤਿਗੁਰ ਰਹਿਆ ਪੁਰ ਪੂਰੇ ਨਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਅਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਦੂਰ ਜਿਨੀ ਨਾਮ ਆਇਆ ਪ੍ਰੇਮ ਸਖਤ ਕਾਲ ਜਿਨੀ ਨਾਮ ਆਇਆ ਪ੍ਰੇਮ ਸਖਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਧਨਸਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵਹਿ ਹਰ ਹਰਿ ਉਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਸੇਵਕ ਸਿੱਖ ਪੂਜਣ ਸਭ ਆਵਹਿ
ਸਭ ਗਾਵੇ ਹਰ ਹਰਿ ਉਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਭਵ ਜਲ ਤੀਰਥ ਹਰ ਦਰ ਤਿਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨ ਹੋ ਜਾਨੀ ਰਹਾਉ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓਹਾ ਹਰ ਭਾਨੀ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓਹਾ ਹਰ ਭਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ